ਸਹੁਰੇ ਦੇ ਕਹਿਣ ਤੇ ਹਰਿਆਣਵੀ ਨੂੰਹ ਨੇ ਸਿੱਖੀ ਘੋੜ ਸਵਾਰੀ। ਨੂੰ ਹਰਿਆਣਵੀ ਤੇ ਸਹੁਰੇ ਬੋਲਦੇ ਆ ਠੇਠ ਪੰਜਾਬੀ। ਸਹੁਰਿਆਂ ਨੇ ਪੁੱਤਾਂ ਤੋਂ ਵੱਧ ਕੇ ਰੱਖੀ ਨੂੰਹ। ਸਾਡਾ ਪੁੱਤ ਬੇਜ਼ਬਾਨਾਂ ਦੀ ਸੇਵਾ ਕਰਦਾ ਸੀ ਤੇ ਉਹਨਾਂ ਪਸ਼ੂ ਪੰਛੀਆਂ ਵਾਸਤੇ ਸਾਡੇ ਪੁੱਤ ਨੇ ਰਹਿਣ ਬਸੇਰਾ ਵੀ ਬਣਾਇਆ। ਸਾਡਾ ਪੁੱਤ ਕਿਸੇ ਵੀ ਕੁੜੀ ਨਾਲ ਰਿਸ਼ਤਾ ਕਰਾਉਣ ਤੋਂ ਨਾ ਕਰਦਾ ਸੀ। ਕਹਿੰਦਾ ਸੀ ਕਿ ਜੇਕਰ ਕੱਲ ਨੂੰ ਕੋਈ ਮੇਰੇ ਨਾਲ ਵਿਆਹੀ ਜਾਊਗੀ ਉਹ ਮੈਨੂੰ ਸੇਵਾ ਕਰਨ ਤੋਂ ਰੋਕ ਦੂਗੀ। ਫਿਰ ਸਾਨੂੰ ਨੂੰਹ ਵੀ ਇਹੋ ਜਿਹੀ ਮਿਲੀ ਜੋ ਆਪ ਵੀ ਬੇਜ਼ਬਾਨਾਂ ਦੀ ਸੇਵਾ ਕਰਦੀ ਹੈ। ਸੱਸ ਕਹਿੰਦੀ ਹੈ ਕਿ ਧੀਏ ਘਰ ਦੇ ਕੰਮ ਸਾਰੇ ਮੈਂ ਕਰ ਲੂੰ, ਤੁਸੀਂ ਦੋਨੇ ਜਾਣੇ ਬੇਜ਼ਬਾਨਾਂ ਦੀ ਸੇਵਾ ਕਰੋ। ਮੇਰੇ ਸਸੁਰ ਹੈ, ਸਭ ਤੋਂ ਪਹਿਲੇ ਮੈਨੂੰ ਉਹਨਾਂ ਨੇ ਬੋਲਾ ਸੀ ਕਿ ਰਾਈਡਿੰਗ ਸਿੱਖਣੀ ਹੈ ਪੁੱਤ ਤੂੰ। ਅੱਛਾ, ਸਹੁਰੇ ਦੇ ਕਹਿਣ ਤੇ ਤੁਸੀਂ ਸਿੱਖੀ? ਹਾਂ। ਤੁਹਾਡਾ ਇਰਾਦਾ ਹੈਗਾ ਸੀ ਭੈਣੇ ਕੋ ਘੋੜ ਸਵਾਰੀ ਸਿੱਖਣ ਦਾ? ਨਹੀਂ, ਮੇਰਾ ਪਾਪਾ ਕੇ ਬੋਲਣੇ ਕੇ ਬਾਅਦ ਹੀ ਬਣਾ। ਇੰਟਰਸਟ ਬਾਅਦ ਚ ਬਣਾ? ਹਾਂਜੀ। ਅੱਛਾ, ਤੁਹਾਡੇ ਬੋਲ ਪਗਾਤੇ ਨੇ? ਹਾਂ ਮੇਰੇ, ਹਾਂ ਮੇਰੇ ਬੋਲ ਪਗਾਤੇ। ਹੁਣ ਵਧੀਆ ਘੋੜ ਸਵਾਰੀ ਕਰ ਲੈਂਦੀ ਹੈ, ਵੀਡੀਓ ਦੇਖਦਾ ਬੜੀ ਸੋਹਣੀ ਲੱਗਦੀ, ਬੜਾ ਅੱਛਾ ਲੱਗਦਾ ਮਨ ਨੂੰ, ਬੜਾ ਫੀਲ ਹੁੰਦਾ ਵੀ ਯਾਰ ਵਾਕਈ ਮੇਰੀ ਬੇਟੀ ਆ ਰਹੀ ਹੈ ਘੋੜੇ ਤੇ ਚੜ੍ਹ ਕੇ। ਅੱਜ ਤਾਂ ਨਾ ਹੀ ਘੋੜਿਆਂ ਵਾਲਾ ਰੱਖ ਰੱਖਿਆ, ਹੁਣ ਇਹ ਤਾਂ ਘੋੜੇ ਵਾਲੇ ਆਏ ਨਹੀਂ, ਜਾਂ ਕੋਈ ਘਰੇ ਕੋਈ ਲੇਟ ਹੋ ਜਾਂਦੇ ਆ, ਘੋੜਿਆਂ ਵਾਲੇ ਕਿੱਧਰ ਗਏ? ਦੋਨਾਂ ਨੂੰ ਕਹਿੰਦੇ? ਦੋਨਾਂ ਨੂੰ ਹੀ, ਘੋੜਿਆਂ ਵਾਲੇ ਨਾ ਹੀ ਘੋੜਿਆਂ ਵਾਲਾ ਰੱਖ ਰੱਖਿਆ। ਜੇ ਕੱਲ੍ਹ ਨੂੰ ਇਹਨੇ ਆਖਿਆ ਵੀ ਮੈਨੂੰ ਤਾਂ ਥਾਰ ਚਲਾਉਣ ਦਾ ਸ਼ੌਂਕ ਆ। ਹਾਂ ਕੋਈ ਨਹੀਂ, ਥਾਰ ਲੈ ਦਿਆਂਗੇ, ਇੱਕ ਵੱਡੀ ਚੀਜ਼ ਹੈ। ਹਾਂ, ਰਿਟਾਇਰਮੈਂਟ ਹੋ ਗਈ ਜੀ ਆਪਾਂ 12ਵੇਂ ਮਹੀਨੇ 'ਚ, ਇਹਨਾਂ ਦੇ ਸ਼ੌਂਕ ਪੂਰੇ ਕਰਨ ਨੂੰ ਬੈਠੇ ਹਾਂ। ਹਾਂ, ਨੁਹਾਂ ਦੇ ਬੇਟਿਆਂ ਦੇ ਸ਼ੌਂਕ ਪੂਰੇ ਕਰਨੇ। ਬੜੇ ਬੜੇ ਵਧੀਆ ਰਿਸ਼ਤੇ ਆਏ, ਬੜੇ ਸੋਹਣੇ ਰਿਸ਼ਤੇ ਆਏ, ਵੀ ਕੁੜੀਆਂ ਵੀ ਪੜ੍ਹੀਆਂ ਲਿਖੀਆਂ, ਜ਼ਮੀਨ ਜਾਇਦ ਵੀ ਦਾਦ ਵੀ ਆਉਂਦੀ ਸੀ, ਭਰਾ ਨਹੀਂ ਸੀ ਉਹਨਾਂ ਦੇ, ਬਠਿੰਡੇ ਤੋਂ ਕੋਲੋਂ ਰਿਸ਼ਤਾ ਆਇਆ, ਇੱਕ ਇੱਥੋਂ ਨਾਲ ਮਿੱਠੜੀ ਦੇ ਕੋਲੋਂ ਰਿਸ਼ਤਾ ਆਇਆ। ਅਸੀਂ ਪਰੇਸ਼ਾਨ, ਇਹ ਕਹਿੰਦੇ ਕਰੇ ਨਹੀਂ ਮੈਂ ਅਜੇ ਠਹਿਰ ਕੇ ਲਊਂਗਾ, ਮੈਂ ਅਜੇ ਠਹਿਰ ਕੇ ਲਊਂਗਾ। ਅਤੇ ਮੈਂ ਫਿਰ ਅਸੀਂ ਘਰੇ ਬੈਠ ਕੇ ਦੋਨਾਂ ਨੇ ਰਾਇ ਕਰੀ, ਇਹਦੀ ਮੰਮੀ ਨੇ ਅਤੇ ਮੈਂ, ਵੀ ਇਹ ਕਿਉਂ ਨਹੀਂ ਰਿਸ਼ਤੇ ਲੈਂਦਾ। ਫਿਰ ਸਾਨੂੰ ਜਿਹੜੀ ਅਸਲੀ ਇਹਦੀ ਸੀਨਾ ਜੜ ਉਦੋਂ ਪਤਾ ਲੱਗੀ ਵੀ ਇਹ ਕਹਿੰਦਾ ਹੈ ਵੀ ਮੈਨੂੰ ਆਪਦੇ ਮੇਚ ਦੀ ਪਾਪਾ ਮੇਰੇ ਕੁੜੀ ਹੋਵੇ, ਮੇਰੇ ਜਿਹੜੀ ਜ਼ਮੀਨਾਂ ਜਾਇਦਾਦ ਵਾਲੀਆਂ ਕੁੜੀ ਉਹ ਮੇਰੇ ਟਿਕਣੀ ਨੀਗੀ, ਵੀ ਅੱਜ ਤੁਸੀਂ ਰਿਸ਼ਤਾ ਲੈ ਲਓਗੇ ਅਤੇ ਕੱਲ੍ਹ ਨੂੰ ਮੈਂ ਇਹ ਕੰਮ ਕਰਨਾ, ਮੇਰੇ ਹੱਥ ਗੰਦੇ ਹੋਣਗੇ, ਜਾਂ ਮੈਂ ਜਾਨਵਰ ਚੱਕੂੰਗਾ, ਜਾਂ ਮੈਂ ਲੇਟ ਘਰੇ ਆਊਂਗਾ, ਜਾਂ ਮੈਂ ਉੱਠ ਕੇ ਜਲਦੀ ਜਾਊਂਗਾ, ਤਾਂ ਉਹਨੇ ਸੋਚਣਾ ਵੀ ਮੈਂ ਤਾਂ ਇੱਕ ਪਿੱਛੇ ਹਰੀਸ਼ ਧੀ ਦੀ ਕੁੜੀ ਹਾਂ, ਮੈਂ ਤਾਂ ਰਾਜੇ ਦਰਬਾਰ 'ਚੋਂ ਆਈ ਹਾਂ ਅਤੇ ਮੈਨੂੰ ਇਹੋ ਜਿਹੇ ਕੁੱਤਿਆਂ ਵਾਲੇ ਨਾਲ ਵਿਆਹ ਤਾ, ਅਤੇ ਮੈਂ ਉੱਧਰੋਂ ਕੋਈ ਜ਼ਖਮੀ ਜਾਨਵਰ ਹੋ ਗਿਆ, ਮੈਂ ਉਹਨੂੰ ਚੱਕਦਾ ਫਿਰਾਂ। ਉਹ ਕਹਿੰਦੇ ਵੀ ਇਹ ਤਾਂ ਸਮੈਲ ਮਾਰਦੀ ਹੈ, ਇਹ ਤਾਂ ਕੁੱਤੇ ਚੱਕਿਆ, ਇਹ ਤਾਂ ਬਿੱਲੀ ਚੱਕਿਆ, ਇਹ ਤਾਂ ਚਿੜੀ ਕਬੂਤਰ ਚੱਕੀ ਫਿਰਦਾ, ਵੀ ਮੈਂ ਉਹਦੇ ਪੇਕੀ ਜਾਂਦੀ ਹਾਂ। ਫਿਰ ਉਹ ਰੋਜ਼ ਰੋਜ਼ ਦੇ ਕਲੇਸ਼ ਨਾਲੋਂ ਵੀ ਨਾ ਹੀ ਚੰਗੀ, ਤਾਂ ਹੀ ਮੈਂ ਆਖਿਆ ਸੀਗਾ, ਮੈਂ ਕਿਹਾ ਕੁੜੀ ਉਹੀ ਜਿਹੀ ਲੈ ਕੇ ਆਵਾਂਗੇ ਵੀ ਜਿਹੜੀ ਸੇਵਾ ਕਰਦੀ ਹੈ। ਅਤੇ ਇਹਨੂੰ ਬੈਂਕ 'ਚ ਵੀ ਲਾਤਾ ਸੀਗਾ, ਬੈਂਕ 'ਚ ਲੱਗਿਆ ਰਿਹਾ 3-4 ਮਹੀਨੇ, ਇਹ ਕਹਿੰਦਾ ਪਾਪਾ ਮੇਰੇ ਤੋਂ ਉੱਥੇ ਬੈਠ ਕੇ ਨਹੀਂ ਲੋਟ ਆਉਂਦਾ ਕੰਮ। ਫਿਰ ਮੈਂ ਨਾ ਇੱਕ ਰੋਡਵੇਜ਼ ਦੇ ਵਿੱਚ ਵੀ, ਚਲੋ ਜਿਵੇਂ ਵੀ ਚੋਕ ਕਰਕੇ ਮੈਨੂੰ, ਮੈਂ ਕੰਡਕਟਰ ਦੇ ਫਾਰਮ ਭਰੇ ਸੀ, ਔਰ ਉੱਥੋਂ ਅਪਲਾਈ ਲੈਟਰ ਵੀ ਆ ਗਿਆ ਸੀਗਾ ਵੀ ਹਾਂ ਅਸੀਂ ਇਹਨੂੰ ਰੁਕਵਾ ਦਿਆਂਗੇ, ਅਤੇ ਮੈਂ ਇਹਨਾਂ ਨਾਲ ਗੱਲ ਕੀਤੀ ਹੈ, ਮੈਨੂੰ ਫਿਰ ਕਹਿਣ ਲੱਗਿਆ ਅਸਲੀ ਗੱਲ ਇਹਨੇ ਘੜਦੀ ਦੱਸੀ, ਕਹਿੰਦਾ ਪਾਪਾ ਕਿੰਨੀ ਰੋਡਵੇਜ਼ ਦੇ ਵਿੱਚ ਤਨਖਾਹ ਹੋਊਗੀ ਕੰਡਕਟਰ ਦੀ? ਮੈਂ ਕਿਹਾ ਬੇਟਾ 50,000 ਰੁਪਏ ਤਾਂ ਹੈ ਹੀ ਹੈ ਕੰਡਕਟਰ ਦੀ। ਕਹਿੰਦਾ ਤੁਸੀਂ ਮੇਰੇ ਤੋਂ 50,000 ਰੁਪਇਆ ਮਹੀਨੇ ਦਾ ਲੈ ਲਿਆ ਕਰੋ, ਮੈਨੂੰ ਆਪਦਾ ਕੰਮ ਕਰਨਾ। ਆਪਣਾ ਜਿੰਮ ਦਾ 6 ਸਾਲ ਤੋਂ ਜਿੰਮ ਦੀ ਇਨਕਮ ਆਉਂਦੀ ਹੈ, ਆਪਣਾ 1 ਰੁਪਇਆ ਘਰੇ ਨਹੀਂ ਹੈ, ਸਾਰਾ ਉਹ ਪਸ਼ੂ ਪੰਛੀਆਂ ਦੇ ਲਾਗੇ, ਸਾਰਾ ਉੱਥੇ ਲੱਗਿਆ ਘਰੇ। ਬਾਪੂ ਦੀ 1,25,00,000 ਬਾਪੂ ਦੀ ਤਨਖਾਹ ਸੀਗੀ, 50,000-55,000 ਭਰਾ ਦੀ, 50,55,000 ਭਾਬੀ ਦੀ ਪ੍ਰਿੰਸੀਪਲ ਹੈ ਹੁਣ ਲਾ ਲਓ, ਅਤੇ ਜ਼ਮੀਨ ਹੈ, ਜ਼ਮੀਨ ਦਾ ਠੇਕਾ ਵੀ ਆਉਂਦਾ, ਹਿੱਸਾ ਵੀ ਆਉਂਦਾ, ਫਿਰ ਘਰੇ ਤਾਂ ਲੋੜ ਹੈ ਹੀ ਨਹੀਂ ਪੈਸੇ ਦੀ। ਫਿਰ ਸਾਰਾ ਉੱਥੋਂ ਵਾਲਾ ਪੈਸਾ ਉੱਥੇ ਲਾਇਆ, ਘਰੇ ਪੈਸਾ ਨਹੀਂ ਮੰਗਿਆ ਇਹਨਾਂ ਨੇ ਮੇਰੇ। ਅੱਛਾ, ਇੱਕ ਤੁਹਾਡੇ ਪਰਿਵਾਰ ਦੀ ਗੱਲ ਅੰਕਲ ਜੀ ਬੜੀ ਵਧੀਆ ਲੱਗੀ ਮੈਨੂੰ, ਕਿ ਤੁਹਾਡੇ ਤੁਸੀਂ ਦੱਸਦੇ ਹੋ ਵੀ ਕੰਮ ਵਾਲੀਆਂ ਵੀ ਲੱਗੀਆਂ, ਪਰ ਜਿਹੜੀ ਅਸੀਂ ਉੱਧਰ ਆਪਣੇ ਜਾਨਵਰ ਪੰਛੀਆਂ ਦੀਆਂ ਰੋਟੀਆਂ ਬਣਾਉਣੀਆਂ ਨੇ, ਉਹ ਅਸੀਂ ਸਾਰਾ ਟੱਬਰ ਆਪ ਆਪਦੇ ਹੱਥੀਂ ਬਣਾਉਣੇ। ਇਹ ਪੱਠੀ ਬੇਟਾ ਆਪਾਂ ਜਾਨਵਰਾਂ ਦੇ ਵਾਸਤੇ ਰੋਟੀਆਂ ਵਾਸਤੇ ਬਣਾਈਏ। ਅੱਛਾ, ਅਤੇ ਇਹ ਕਿਉਂ ਆਪਾਂ ਆਮ ਚੁੱਲ੍ਹੇ 'ਤੇ ਰੋਟੀਆਂ ਬਣਾਈਏ ਤਾਂ ਥੋੜ੍ਹੀਆਂ NGO ਦੇ ਜਾਨਵਰਾਂ ਨੂੰ ਵੀ ਰੋਟੀ ਆ ਜਾਂਦੀ ਹੈ, 70-80 ਰੋਟੀ ਬਣਦੀ ਹੈ, ਆਮ ਰੋਟੀ ਬਣਾਉਣੀ ਬਹੁਤ ਔਖੀ ਹੋ ਜਾਂਦੀ ਹੈ 70-80 ਰੋਟੀ। ਫਿਰ ਇਹ ਪੱਠੀ ਦੇ ਉੱਤੇ 4-5 ਰੋਟੀਆਂ ਪੈ ਜਾਂਦੀਆਂ, ਸਾਰਾ ਪਰਿਵਾਰ ਬੈਠ ਕੇ ਇਸ ਪੱਠੀ 'ਤੇ ਰੋਟੀਆਂ ਬਣਾਉਣੀਆਂ, ਉਹ ਜਾਨਵਰਾਂ ਵਾਸਤੇ, ਉਹਨਾਂ ਜਾਨਵਰਾਂ ਵਾਸਤੇ ਸੇਵਾ ਜਿਹੜੀ ਜਾਨਵਰਾਂ ਦੀ ਕਰਨੀ ਉਹ ਅਸੀਂ ਆਪਦੇ ਹੱਥੀਂ ਕਰਨੀ। ਕਿਆ ਬਾਤ ਹੈ, ਤੁਹਾਡੀਆਂ ਨੂੰਹਾਂ ਵੀ ਲੱਗ ਜਾਂਦੀਆਂ? ਹਾਂ, ਸਾਰਾ ਪਰਿਵਾਰ ਹੀ, ਜਿੱਥੇ ਮੈਂ ਲੱਗਦਾ
ਤੜਕੇ ਮੰਨ ਲਓ ਮੈਂ ਤੁਹਾਨੂੰ ਦੱਸਿਆ ਮੈਂ 9:15 ਜਿੰਮ ਤੋਂ ਆ ਗਿਆ ਅਤੇ ਉਦੋਂ ਮੈਂ ਫੋਨ ਕਹੇ ਤਾਂ ਫੋਨ ਆ ਜਾਂਦਾ ਜਿੰਮ 'ਚ ਜਲਦੀ ਆ ਜਾਓ ਰੋਟੀ ਵੀ ਉਤਾਰਨੀ ਹੈ ਰੋਟੀ ਲਾਉਣੀ ਹੈ ਤਾਂ ਮਤਲਬ 9:15 ਜਿੰਮ ਤੋਂ ਆ ਗਏ 9:30 ਤੱਕ ਉਦੋਂ ਆਟਾ ਗੁੰਨ ਕੇ ਬੈਠੀ ਹੁੰਦੀ ਹੈ ਇਹਦਾ ਦੇਖੋ ਇਹਦਾ ਬਾਂਹ ਕੱਟੀ ਹੋਈ ਹੈ ਇਹਦੀ ਬਾਂਹ ਕੱਟੀ ਹੋਈ ਆ ਹਾਂ ਇਹ ਕਰੰਟ ਨਾਲ ਲੱਗੇ ਹੋਏ ਆ ਬਈ ਸਾਰੇ ਹਾਂ ਬਈ ਇਹ ਕਸਾਈ ਕੋਲੇ ਸੀਗੀ ਤੇ ਉਹਨਾਂ ਦਾ ਫੋਨ ਆਇਆ ਸੀਗਾ ਵੀ ਅਸੀਂ ਤਾਂ ਵੱਢਣੀ ਆ ਵੀ ਤੁਸੀਂ ਉੱਥੇ ਰੱਖਣੀ ਹੈ ਤਾਂ ਲਿਜਾ ਸਕਦੇ ਹੋ ਫਿਰ ਮੈਂ ਕਿਹਾ ਕਾਹਦੇ ਵਾਸਤੇ ਵੀ ਵੱਢਣ ਵਾਸਤੇ ਤਾਂ ਹੋਰ ਵੀ ਬਲੈਲਰ ਮੁਰਗੇ ਬਥੇਰੇ ਆ ਵੀ ਆਪਾਂ ਸਾਰਿਆਂ ਨੂੰ ਨਹੀਂ ਬਚਾ ਸਕਦੇ ਪਰ ਕਿਸੇ ਨੂੰ ਬਚਾ ਸਕੀਏ ਤਾਂ ਉਹਦੇ ਵਾਸਤੇ ਤਾਂ ਰੱਬ ਦਾ ਰੂਪ ਹੀ ਹੈ ਆਹ ਦੇਖ ਲਓ ਹੁਣ ਇਹ ਅੰਨੀ ਹੈ ਹੱਥ ਲੱਗੂਗਾ ਤਾਂ ਇਹਨੂੰ ਪਤਾ ਲੱਗੂਗਾ ਹੱਥ ਲੱਗਦਾ ਫਿਰ ਪਤਾ ਲੱਗਦਾ ਉਵੇਂ ਨੂੰ ਬਈ ਕੁਛ ਨਹੀਂ ਪਤਾ ਲੱਗਦਾ ਅੱਛਾ ਬਾਈ ਇੱਕ ਤੁਸੀਂ ਤੋਤਾ ਵੀ ਦਿਖਾਇਆ ਸੀ ਉਹਨੂੰ ਵੀ ਅੱਖਾਂ ਤੋਂ ਦਿਖਦਾ ਨਹੀਂ ਹੋਇਆ ਜੀ ਉਹ ਖੂਜੇ ਤੇ ਲੱਗਿਆ ਬੈਠਾ ਉਹ ਅੰਨਾ ਹੈ ਜੀ ਉਹ ਤੋਤਾ ਵੀ ਅੰਨਾ ਇਹ ਅੰਨਾ ਇਹ ਹਾਂਜੀ ਇਹ ਬਈ ਕਿਸੇ ਨੂੰ ਡਿੱਗਿਆ ਹੋਇਆ ਮਿਲਿਆ ਸੀਗਾ ਦੇਖੋ ਨਹੀਂ ਹੈਗਾ ਨਹੀਂ ਚੁੰਝ ਮਾਰਦਾ ਹੁਣ ਦੇਖੋ ਹੱਥ ਲਾਵਾਂਗੇ ਉਦੋਂ ਦੇਖਿਓ ਇਹਨੂੰ ਐ ਨੀ ਪਤਾ ਵੀ ਹੱਥ ਕਿੱਥੇ ਆ ਦੇਖੋ ਖਾਲੀ ਹਵਾ ਚ ਚੁੰਝਾ ਮਾਰੀ ਜਾਂਦਾ ਇਹਦੇ ਬਈ ਸਾਰਾ ਥੱਲੋਂ ਗਲਿਆ ਹੋਇਆ ਸਪਿੰਜਰ ਦਿਖਦਾ ਹੁੰਦਾ ਸੀਗਾ ਇਹਦਾ ਘੋੜੇ ਦਾ ਸਾਰਾ ਤੇ 1.75 ਦਾ ਆਪਾਂ ਨੂੰ ਘੋੜਾ ਪਿਆ ਇਹ ਉਹਦੇ ਵਾਸਤੇ ਤਾਂ ਐਂ ਵੀ ਉਹਦੇ ਭਾਵੇਂ ਘਰੇ ਮਰ ਜੇ ਪਰ ਜਿਹਦੇ ਘਰੇ ਖੜਾ ਉਹ ਤਾਂ ਅਗਲਾ ਆਖੂ ਵੀ ਚੀਜ਼ ਮੇਰੀ ਹੈ ਵੀ ਰੇਟ ਮੇਰਾ ਹੀ ਹੋਊਗਾ ਮੈਂ ਤੁਹਾਨੂੰ ਆਖਿਆ ਮੈਂ ਕਿਹਾ ਬਈ ਜਿੰਨਾ ਤੂੰ ਕਹਿੰਦਾ ਓਨਾ ਹੀ ਦੇ ਦਾਂਗੇ ਵੀ ਘੋੜਾ ਅਸੀਂ ਲੈ ਕੇ ਜਾਵਾਂ ਤਾਂ ਇਸ ਨੂੰ ਕਸਾਈ ਵੱਢਣ ਵਾਲੇ ਸੀਗੇ ਉਹ ਫਿਰ ਜਦੋਂ ਅਸੀਂ ਵੇਖਿਆ ਉਹਨੂੰ ਆਖ ਮੈਂ ਕਿਹਾ ਯਾਰ ਵੀ ਆਹ ਬੱਕਰਾ ਮੈਂ ਕਿਹਾ ਬੱਕਰਾ ਲੈਣਾ ਕਹਿੰਦੇ ਸਫਾਈ ਕਰਕੇ ਦੇ ਦੇਣਾ ਮੈਂ ਕਿਹਾ ਸਫਾਈ ਸਫੂਈ ਨਾ ਕਰੋ ਮੈਂ ਕਿਹਾ ਮੈਨੂੰ ਜਿਉਂਦਾ ਦੇ ਦਿਓ ਕਿੰਨੇ ਦੇ ਇਹ ਬਈ ਮੈਂ 6750 ਰੁਪਈਆਂ ਦਾ ਲਿਆ ਸੀਗਾ ਅਤੇ ਉਹ ਕਹਿੰਦੇ ਇਹਦੀ ਕਿਸਮਤ ਹੀ ਵਧ ਗਿਆ ਸੀਗੀ ਉਹ ਕਹਿੰਦੇ ਅਸੀਂ ਮੁੰਡੇ ਨੂੰ ਦੱਸਿਆ ਸੀਗਾ ਵੀ ਬੱਕਰਾ ਲਿਆ ਵੱਢਣ ਵਾਸਤੇ ਉਹ ਫੋਨ 'ਚ ਲੱਗਿਆ ਹੋਇਆ ਸੀ ਕਹਿੰਦਾ ਕਹਿੰਦਾ ਉਹਨੂੰ ਮੈਂ ਕਹਿੰਦਾ ਇਹ ਚਿੱਟਾ ਲਿਆ ਵੀ ਪਹਿਲਾਂ ਚਿੱਟੇ 'ਚ ਮਾਸ ਸਹੀ ਹੈ ਅਤੇ ਪਹਿਲਾਂ ਚਿੱਟਾ ਵੱਢ ਲੈਂਦੇ ਹਾਂ ਉਹ ਫੋਨ 'ਚ ਲੱਗਿਆ ਹੋਇਆ ਸੀ ਕਿੱਧਰ ਉਹਨੇ ਕਾਲੇ ਦਾ ਕੰਨ ਫੜਿਆ ਉਹ ਕਾਲਾ ਅੰਦਰ ਲੈ ਗਿਆ ਕਾਲਾ ਵਲੀ ਚੜ ਗਿਆ ਤੇ 1-2 ਵਜੇ ਇਹ ਅੱਜ ਤੱਕ ਜਾਂਦਾ ਹੁਣ ਤਾਂ ਬਈ ਇਹ ਜਾਂਦਾ ਹੀ ਰਹੂਗਾ ਸਾਰੀ ਉਮਰ ਹੀ ਕਿੰਨੀ ਵਾਰ ਆਉਂਦੇ ਹੋ ਇੱਥੇ ਤੁਸੀਂ ਮਹੀਨੇ 'ਚ 30-30 ਦਿਨ ਆਉਂਦੇ ਹੋ ਮਹੀਨੇ ਤੁਸੀਂ 30-30 ਦਿਨ ਇੱਥੇ ਆਉਂਦੇ ਹੋ ਹਾਂਜੀ ਨਹੀਂ ਤੁਸੀਂ ਨੂੰ ਇਹ ਨਹੀਂ ਆਖਿਆ ਹੈਗਾ ਵੀ ਤੂੰ ਬਈ ਘਰ ਦੇ ਕੰਮ ਕਰ ਤੂੰ ਉੱਧਰ ਕੀ ਕਰਨ ਜਾਂਦੀ ਹੈ ਨਹੀਂ ਕਦੇ ਨਹੀਂ ਆਖਿਆ ਸਾਨੂੰ ਕਦੇ ਇਸ ਤਰ੍ਹਾਂ ਇਹ ਕਹਿੰਦੇ ਵੀ ਜੇ ਲੇਟ ਹੋ ਗਏ ਤੁਸੀਂ ਭੁੱਖੇ ਨਾ ਜਾਇਓ ਘਰੋਂ ਰੋਟੀ ਖਾ ਕੇ ਜਾਇਓ ਇੱਥੇ ਵੀ ਆ ਰਹਿਣਾ ਇੱਥੇ ਵੀ ਆ ਰਹਿਣਾ ਉੱਧਰਲੇ ਪਾਸੇ ਵੀ ਚਿੜੀਆਂ ਬੈਠੀਆਂ ਹਨਾ ਤੁਹਾਡੇ ਉਹ ਪਾਣੀ ਦੇ ਛੰਨੇ ਰੱਖੇ ਹੋਏ ਨੇ ਆਹ ਬਈ ਰੋਟੀਆਂ ਦੇਖ ਲਓ ਚੂਰੀਆਂ ਹੋਈਆਂ ਤੜਕੇ ਦੀਆਂ ਆਹ ਰੂੰ ਰੱਖੀ ਹੋਈ ਹੈ ਬਈ ਸਾਰੇ ਕਿਤੇ ਦੇਖ ਲਓ ਹੁਣ ਨਹੀਂ ਰੱਖੀ ਨਾ ਤੁਸੀਂ ਤਾਂ ਹੋਣਾ ਯਾਰ ਇਹਦੇ 'ਚ ਹੈ ਉਹ ਰੂੰ ਰੱਖੀ ਹੋਈ ਰੂੰ ਰੱਖਣ ਦਾ ਕਾਰਨ ਇਹ ਰੂੰ ਬਈ ਕਾਟਵਾਂ ਚਿੜੀਆਂ ਇਹ ਥੋੜ੍ਹੀ ਥੋੜ੍ਹੀ ਰੂੰ ਨਾ ਚੁੰਝਾਂ ਦੇ ਵਿੱਚ ਇੱਥੋਂ ਪੱਟ ਪੱਟ ਕੇ ਅਤੇ ਆਪਦੇ ਆਲਣਾ 'ਚ ਲੈ ਕੇ ਉਹ ਦੇਖ ਲਓ ਬਈ ਉੱਥੇ ਵੀ ਆਲਣਾ ਨਹੀਂ ਅਗਲਾ ਪੱਟ ਕੇ ਚਲਾ ਕੇ ਮਾਰੇ ਵੀ ਗੰਦ ਪਾ ਰੱਖਿਆ ਜਿਹੜਾ ਉਹ ਗੀਜ਼ਰ ਦੇ ਆਲਣਾ ਪਾ ਰੱਖਿਆ ਉਹ ਜੋੜਾ ਬੈਠਾ ਉਹ ਪੱਟਾਂ ਤੁਸੀਂ ਨਹੀਂ ਬਈ ਇਹ 4 ਸਾਲ ਹੋ ਗਏ ਆਪਾਂ ਨੂੰ ਘਰ ਆਏ ਨੂੰ ਅਤੇ 4 ਸਾਲ ਉਹਦੇ ਗੀਜ਼ਰ ਲਵਾਇਆ ਸੀ ਚਾਹ ਤੁਸੀਂ ਘਰੇ ਵੀ ਆਲਣੇ ਲੈ ਰੱਖਿਆ ਹੈ ਹਾਂ ਆਹ ਦੇਖੋ ਬਈ ਆਲਣਾ ਦੇ ਵਿੱਚ ਰੂਮ ਆ ਤੁਹਾਨੂੰ ਥੱਲੇ ਦਿਖਾਈਏ ਅਤੇ ਉਹ ਦੇਖੋ ਆਲਣਾ ਦੇ ਵਿੱਚ ਉਹ ਸਾਰੇ ਆਲਣਾ ਦੇ ਵਿੱਚ ਚਿੜੀਆਂ ਇੱਧਰ ਵੀ ਦਿਖਾਇਓ ਬਈ ਕੈਮਰਾ ਮਾਰ ਕੇ ਆਹ ਦੇਖੋ ਰੂਮ ਬਈ ਲਿਖ ਲਈ ਪਰ ਆਪਾਂ ਤਾਂ ਬਈ ਉਹਨਾਂ ਨੂੰ ਪਲਾਟ ਦਿੱਤਾ ਹੈ ਹਾਂ ਹਾਂ ਘਰ ਤਾਂ ਉਹ ਆਪ ਬਣਾਉਂਦੇ ਬਟੇਊ ਬੋਲਤੇ ਹੈ ਹਮਾਰੇ ਜੋ ਮਤਲਬ ਜਮਾਈ ਜਮਾਈ ਕੋ ਤੋ ਵੀ ਆਪਣੇ ਤੋਂ ਅਲੱਗ ਬਿਠਾਤੇ ਹੈ ਉਸਕੋ ਬਈ ਫੈਮਿਲੀ ਕੇ ਸਾਥ ਜ਼ਿਆਦਾ ਅਟੈਚਮੈਂਟ ਨਹੀਂ ਹੋਤੀ ਹੈ ਇੱਕ ਨਾ ਸ਼ਰਮ ਹੋਤੀ ਹੈ ਬੀਚ ਮੇਂ ਲੇਕਿਨ ਯੇ ਹਾਂ ਅਬ ਯੇ ਗਏ ਨਾ ਤੋ ਬੀਚ ਮੇਂ ਸਭ ਕੇ ਬੀਚ ਮੇਂ ਬੈਠੇ ਹੈ ਬਿਲਕੁਲ ਫਰੈਂਕਲੀ ਹੈ ਸਭ ਸੇ ਬਾਤ ਕਰ ਰਹੇ ਹੈ ਤੋ ਮੇਰੀ ਦਾਦੀ ਨੇ ਯੇ ਬਾਤ ਬੋਲੀ ਕਿ ਵੀ ਐਸਾ ਬਟੇਊ ਤੋ ਟੋਣੇ ਸੇ ਵੀ ਨਹੀਂ ਮਿਲਤਾ ਅੱਛਾ ਵੀ ਇਹ ਜਿਹਾ ਤਾਂ ਨੱਬੇ ਤੋਂ ਵੀ ਨਹੀਂ ਮਿਲਦਾ ਹਾਂਜੀ ਪਹਿਲਾਂ ਤਾਂ ਇਹ ਦੱਸੋ ਕਿਵੇਂ ਰਿਹਾ ਨਵੀਂ ਨੂੰਹ ਦਾ ਤੁਹਾਡੇ ਪਰਿਵਾਰ 'ਚ ਆਉਣਾ ਦੇਖੋ ਜੀ ਨਵੀਂ ਨੂੰਹ ਤਾਂ ਬਹੁਤ ਵਧੀਆ ਸਾਡਾ ਰਿਹਾ ਬਹੁਤ ਵਧੀਆ ਚੰਗੀ ਪੜ੍ਹੀ ਲਿਖੀ ਹੈ ਬਹੁਤ ਆਗਿਆਕਾਰੀ ਹੈ ਜਿੰਨਾ ਕਹਿ ਦੇ ਉਨਾ ਹੀ ਹਰ ਇੱਕ ਕੰਮ ਦੇ ਵਿੱਚ ਐਕਸਪੈਲਟ ਹੈ
ਕੋਈ ਇਹ ਨਹੀਂ ਵੀ ਇਕੱਲੀ ਪੜ੍ਹਾਈ ਕਰ ਲਈ ਵੀ ਇਹਨੂੰ ਹੋਰ ਕੰਮ ਨਹੀਂ ਕਰਦਾ, ਕੰਮ ਨਹੀਂ ਆਉਂਦਾ, ਜਾਂ ਅੱਜ ਦੀਆਂ ਬੱਚੀਆਂ ਹੁੰਦੀਆਂ ਵੀ ਇਹਨਾਂ ਨੂੰ ਰੋਟੀ ਦਾ ਨਹੀਂ ਆਉਂਦਾ ਜਾਂ ਸਬਜ਼ੀ ਨਹੀਂ ਬਣਾਉਣੀ ਆਉਂਦੀ। ਮੈਂ ਕਹੂੰ ਵੀ ਹਰ ਕੰਮ ਦੇ ਵਿੱਚ ਐਕਸਪਰਟ ਹੈ ਜੀ। ਅੱਛਾ, ਹਾਂ ਇਹ ਤਾਂ ਚਲੋ ਬਾਅਦ 'ਚ ਆਉਣ ਤੋਂ ਬਾਅਦ ਪਤਾ ਲੱਗਿਆ ਸਾਨੂੰ, ਅਤੇ ਬਹੁਤ ਵਧੀਆ ਜੀ, ਅਸੀਂ ਬਹੁਤ ਖੁਸ਼ ਹਾਂ। ਅੱਛਾ ਅੱਛਾ ਭਾਈ ਜਸਪਾਲ, ਅੰਕਲ ਜੀ ਹੋਰੀ ਦੱਸਦੇ ਆ ਵੀ ਤੁਹਾਡੇ ਕੋਲ ਰਿਸ਼ਤੇ ਬਹੁਤ ਆਏ ਅਤੇ ਤੁਸੀਂ ਨਾ ਕਰਦੇ ਰਹੇ ਰਿਸ਼ਤਿਆਂ ਨੂੰ, ਕੀ ਗੱਲ ਸੀ ਉਹ ਸਾਰੀ? ਆਏ ਰਿਸ਼ਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕੈਮਰੇ ਤੋਂ ਵੀ ਜ਼ਮੀਨਾਂ ਵਾਲਿਆਂ ਦੇ ਰਿਸ਼ਤੇ ਆਏ ਸੀਗੇ, ਪਰ ਜ਼ਮੀਨਾਂ ਵਾਲਿਆਂ ਦੇ ਬਈ ਆਏ ਜੇ ਕੱਲ੍ਹ ਨੂੰ ਕੋਈ ਆਪਾਂ ਜ਼ਮੀਨ ਵਾਲੇ ਦੇ ਕਿਸੇ ਦਾ ਰਿਸ਼ਤਾ ਕਰ ਲਿਆ ਅਤੇ ਮੈਂ ਉੱਧਰੋਂ ਕੋਈ ਜ਼ਖਮੀ ਜਾਨਵਰ ਹੋ ਗਿਆ, ਮੈਂ ਉਹਨੂੰ ਚੱਕਦਾ ਫਿਰਾਂ, ਉਹ ਕਹਿੰਦੇ ਵੀ ਇਹ ਤਾਂ ਸਮੈਲ ਮਾਰਦੀ ਹੈ, ਇਹ ਤਾਂ ਕੁੱਤੇ ਚੱਕਿਆ, ਇਹ ਤਾਂ ਬਿੱਲੀ ਚੱਕਿਆ, ਇਹ ਤਾਂ ਚਿੜੀ ਕਬੂਤਰ ਚੱਕੀ ਫਿਰਦਾ, ਵੀ ਮੈਂ ਉਹਦੇ ਪੇਕੀ ਜਾਂਦੀ ਹਾਂ। ਫਿਰ ਉਹ ਰੋਜ਼ ਰੋਜ਼ ਦੇ ਕਲੇਸ਼ ਨਾਲੋਂ ਵੀ ਨਾ ਹੀ ਚੰਗੀ, ਤਾਂ ਹੀ ਮੈਂ ਆਖਿਆ ਸੀਗਾ, ਮੈਂ ਕਿਹਾ ਕੁੜੀ ਉਹੀ ਜਿਹੀ ਲੈ ਕੇ ਆਵਾਂਗੇ ਵੀ ਜਿਹੜੀ ਸੇਵਾ ਕਰਦੀ ਹੋਵੇ। ਕਿਆ ਬਾਤ ਹੈ। ਅੱਛਾ ਭੈਣੇ, ਤੁਹਾਡੇ ਰਿਸ਼ਤੇ ਜੁੜਨ ਦੇ ਪਿੱਛੇ ਵੀ ਬਹੁਤ ਵੱਡੀ ਕਹਾਣੀ ਆ। ਇਹ ਪਰਿਵਾਰ ਪੰਜਾਬੀ ਹੈ ਨਾ ਤੇ ਠੇਠ ਪੰਜਾਬੀ ਬੋਲਦੇ ਆ ਤੇ ਤੁਸੀਂ ਹਰਿਆਣੇ ਦੇ ਤੇ ਬੋਲਦੇ ਵੀ ਹਿੰਦੀ ਹੋ, ਇਹ ਕੀ ਗੱਲਬਾਤ ਸੀ ਸਾਰੀ? ਇਹ ਵੀਰ ਹੋਣਾ ਨਾਲ ਕਿਵੇਂ ਮੇਲ ਜੋਲ ਹੁੰਦਾ, ਇਹ ਕਿਵੇਂ ਸੰਪਰਕ ਹੁੰਦਾ? ਤੁਸੀਂ ਦੱਸ ਦਿਓ ਵੀ ਇਹ ਤੁਹਾਡੇ ਘਰ ਦੇ ਸਾਹਮਣੇ ਸੇਵਾ ਕਰਦੇ ਹੁੰਦੇ ਸੀ, ਕੀ ਗੱਲਬਾਤ ਸੀ ਉਹ ਸਾਰੀ? ਇਹ ਵੀਰ ਹੋਣਾ ਨਾਲ ਕਿਵੇਂ ਸੰਪਰਕ ਹੁੰਦਾ ਕਿ ਇੱਥੇ ਤਾਂ ਇਹ ਕੁੜੀਆਂ ਦੇ ਰਿਸ਼ਤੇ ਰਿਜੈਕਟ ਕਰਦੇ ਰਹੇ ਵੀ ਨਹੀਂ ਆਪਾਂ ਜ਼ਮੀਨ ਜਾਇਦਾਦ ਪੈਸਾ ਕੁਛ ਨਹੀਂ ਦੇਖਣਾ, ਤੇ ਇਹ ਤੁਹਾਡੇ ਨਾਲ ਰਿਸ਼ਤਾ ਕਿਵੇਂ ਜੁੜਦਾ ਵੀਰ ਹੋਣਾ ਦਾ, ਇਹ ਕਿਵੇਂ ਸਬੱਬ ਬਣਦਾ? ਘਰ ਕੇ ਬਿਲਕੁਲ ਸਾਹਮਣੇ ਇਹਨਾਂ ਨੇ ਸ਼ੈਲਟਰ ਹਾਊਸ ਬਣਾਇਆ ਆਪਣਾ, ਜਿਸ ਮੇਂ ਵੋ ਡੋਗਸ ਵਗੈਰਾ ਰੱਖਤੇ ਥੇ ਯੇ। ਤੋ ਮੈਂ ਮੇਰੀ ਮੰਮੀ ਉੱਪਰ ਕੱਪੜੇ ਸੁਖਾਨੇ ਜਾਤੇ ਥੇ, ਤਬ ਇਨਕੋ ਦੇਖਤੇ ਥੇ ਵੀ ਮੰਮੀ ਕਿ ਇਹ ਕੈਸੇ ਗੰਦਾ ਸਾ ਕਾਮ ਕਰ ਰਹੇ ਹੈ, ਡੋਗਸ ਕੋ ਰੱਖ ਰਹੇ ਹੈ। ਤੋ ਮੰਮੀ ਕਹਤੀ ਥੀ ਕੋਈ ਬਾਤ ਨਹੀਂ ਬੇਟਾ, ਇਹ ਇਨਕਾ ਕਾਮ ਹੈ, ਛੋੜ ਪਰੇ, ਆਪਣੇ ਕੋ ਕਿਆ ਲੈਣਾ ਦੇਣਾ ਹੈ। ਉਹ ਜ਼ਖਮੀ ਹੁੰਦੇ ਸੀ? ਹਾਂਜੀ, ਟ੍ਰੀਟਮੈਂਟ ਕਰਵਾਤੇ ਥੇ ਤੋ ਸਮੈਲ ਆਤੀ ਥੀ ਉਨਮੇ ਸੇ ਰਾਤ ਕੋ। ਫਿਰ ਹਮਨੇ ਸੋਚਾ ਚਲੋ ਕੋਈ ਨਾ, ਫਿਰ ਚਾਰ ਪੰਜ ਆਂਟੀਓ ਨੇ ਮਿਲ ਕੇ ਇਨਕਾ ਸ਼ੈਲਟਰ ਵਾਂ ਸੇ ਉਠਵਾ ਦਿਆ। ਫਿਰ ਤੁਸੀਂ ਇਹਨਾਂ ਦਾ ਉੱਥੋਂ ਡੇਰਾ ਚਕਾਤਾ ਹੈ? ਅੱਛਾ, ਫਿਰ ਕਾਫੀ ਟਾਈਮ ਹੋ ਗਿਆ, ਉਸਕੇ ਬਾਅਦ ਹਮਨੇ ਵੋ ਘਰ ਵੀ ਚੇਂਜ ਕਰ ਲਿਆ। ਫਿਰ ਇਨਕਾ ਇੰਸਟਾ ਪੇ ਮੈਸੇਜ ਆਇਆ ਕਿ ਆਪ ਇਨਕੋ ਇੰਟਰਸਟ ਰੱਖਤੇ ਹੋ ਕਿਆ ਇਨ ਚੀਜ਼ੋ ਮੇ ਵੀ ਹਮਾਰੀ ਟੀਮ ਸੇ ਜੁੜਨਾ ਚਾਹੋਗੇ ਕਿਆ? ਐਨ ਜੀ ਓ ਸੀ ਇਹਨਾਂ? ਹਾਂਜੀ ਹਾਂਜੀ ਬਈ, ਐਨ ਜੀ ਓ ਐਨੀਮਲ ਵਰਲਡ ਵੈਲਫੇਅਰ ਸੋਸਾਇਟੀ ਜੋ ਹੈ ਉਸ ਟੀਮ ਸੇ ਜੁੜੋਗੇ? ਤੋ ਮੈਨੇ ਕਹਾ ਹਾਂਜੀ ਹਾਂਜੀ, ਬਹੁਤ ਅੱਛਾ ਕੰਮ ਕਰ ਰਹੇ ਹੋ ਆਪ। ਵੈਸੀ ਆਖਿਆ? ਹਾਂਜੀ ਹਾਂਜੀ ਬਿਲਕੁਲ। ਫਿਰ ਇਨਕੀ ਨਾ ਮਤਲਬ ਫੋਲੋ ਕੀਆ ਪੇਜ, ਫਿਰ ਮੈਨੇ ਇਨਕੀ ਪੂਰੀ ਸਟੋਰੀ ਸਮਝੀ ਇਨਸੇ ਵੀ ਹਾਂ ਐਕਚੁਅਲ ਮੈਂ ਇਹ ਕਰ ਕਿਉਂ ਰਹੇ ਹੈ ਐਸਾ ਵੀ। ਫਿਰ ਮੇਰੇ ਕੋ ਸਮਝ ਆਉਣੇ ਲਗਾ, ਹਾਂ ਵੀ ਇਨਮੇ ਵੀ ਜਾਨ ਹੈ, ਇਹ ਮਾਸੂਮ ਹੈ, ਮਾਸੂਮੀਅਤ ਹੈ, ਔਰ ਹਮ ਲੋਕ ਅੱਤਿਆਚਾਰ ਕਰ ਰਹੇ ਹੈ ਉਨਕੇ ਉੱਪਰ। ਫਿਰ ਇਹ ਸਭ ਸਮਝ ਆਉਣੇ ਕੇ ਬਾਅਦ ਮੇਰਾ ਇੰਟਰਸਟ ਇਨ ਚੀਜ਼ੋ ਮੈਂ ਚਲਾ ਗਿਆ। ਅੱਛਾ, ਪਹਿਲਾਂ ਤੁਸੀਂ ਇਹ ਚੀਜ਼ਾਂ 'ਚੋਂ ਸੂਗ ਮੰਨਦੇ ਸੀਗੇ ਵੀ ਇਹ ਕਿਵੇਂ ਜ਼ਖਮੀ ਕੁੱਤੇ ਨੂੰ ਚੱਕੀ ਫਿਰਦੇ ਆ? ਬਿਲਕੁਲ, ਮੇਰੇ ਘਰ ਪੇ ਮੈਂ ਹਮਨੇ ਕਭੀ ਡੋਗ ਨਹੀਂ ਰੱਖਾ ਥਾ, ਔਰ ਫਿਰ ਇਨਸੇ ਇਹ ਸਭ ਚੀਜ਼ਾਂ ਸਿੱਖਣੇ ਕੇ ਬਾਅਦ ਹਮਨੇ ਖੁਦ ਹਮਾਰੇ ਘਰ ਪੇ ਅਬ ਦੋ ਡੋਗਸ ਹੈ। ਅੱਛਾ ਹਾਂਜੀ। ਅੱਛਾ, ਜਦੋਂ ਤੁਸੀਂ ਇਹ ਤੁਹਾਡੇ ਘਰ ਦੇ ਸਾਹਮਣੇ ਹੁੰਦੇ ਸੀ, ਤੁਹਾਡੀ ਸੋਸਾਇਟੀ ਤੁਹਾਡੇ ਘਰ ਦੇ ਇਹ ਚੀਜ਼ਾਂ ਤੋਂ ਸੂਗ ਮੰਨਦੇ ਸੀ ਤੇ ਤੁਸੀਂ ਵੀ ਸੂਗ ਮੰਨਦੇ? ਹਾਂਜੀ ਹਾਂਜੀ। ਤੇ ਉਦੋਂ ਤੁਸੀਂ ਆਪਦੀ ਮੰਮੀ ਨੂੰ ਇਹ ਵੀ ਕਹਿੰਦੇ ਰਹੇ ਵੀ ਇਹ ਕਿਵੇਂ ਕਰਦੇ ਆ ਹਨਾ ਇਹ ਕੰਮ, ਵੀ ਇਹਨਾਂ ਨੂੰ ਸੂਗ ਨਹੀਂ ਆਉਂਦੀ ਜਾਂ ਇਹ ਬਿਲਕੁਲ ਬਲੱਡ ਇਨਕੇ ਹੱਥੋਂ ਮੇ ਸੇ ਟਪਕ ਰਹਾ ਹੁੰਦਾ ਥਾ, ਐਸਾ ਹਾਲ ਵੀ ਦੇਖਾ ਹੈ ਮੈਨੇ। ਅੱਛਾ ਹਾਂਜੀ। ਤੁਸੀਂ ਜਦੋਂ ਇਹਨਾਂ ਨੂੰ ਉਸ ਟਾਈਮ ਨਾ ਐਂਬੂਲੈਂਸ ਨਹੀਂ ਹੁੰਦੀ ਥੀ ਇਨਕੇ ਪਾਸ, ਤੋ ਡੋਗਸ ਉਸ ਕਾ ਰੈਸਕਿਊ ਇਹ ਬਾਈਕ ਪੇ ਹੀ ਕਰਤੇ ਥੇ। ਅੱਛਾ, ਫਿਰ ਤੁਸੀਂ ਉਹ ਚੀਜ਼ਾਂ ਦੇਖੀਆਂ ਅੱਖੀ? ਹਾਂਜੀ ਬਿਲਕੁਲ ਦੇਖੀ ਹੋਈ ਹੈ। ਫਿਰ ਉਦੋਂ ਤੁਹਾਨੂੰ ਸੂਗ ਆਈ ਇਹ ਚੀਜ਼ਾਂ? ਹਾਂਜੀ ਹਾਂਜੀ। ਉਹ ਕੱਪੜੇ ਕੁੱਪੜੇ ਭਰ ਜਾਂਦੇ ਸਾਰੇ। ਤੁਸੀਂ ਕੀ ਮਹਿਸੂਸ ਕਰਦੇ ਰਹੇ ਜਦੋਂ ਇਹਨਾਂ ਨੂੰ ਜਿਹੜੇ ਖੂਨ ਖਰਾ ਹੋਇਆ ਹੁੰਦਾ ਸੀ ਰੱਥ ਪਾਤੇ ਇਹ?
मतलब थोड़ा अवॉइड करती थी भी ये ना आए मेरे सामने ये सब चीजें। अच्छा भी ये भी ना सामने आना। अच्छा अच्छा फिर भाई ਤੁਸੀਂ ਇਹਨਾਂ ਨੂੰ ਇਹਨਾਂ ਨੇ ਜਦੋਂ ਤੁਸੀਂ ਇਹਨਾਂ ਨੂੰ ਮੈਸੇਜ ਕਰਿਆ ਤਾਂ ਇਹ ਚੀਜ਼ਾਂ ਤੋਂ ਤਾਂ ਇਹ ਅੜਕਤ ਕਰਦੇ ਸੀ ਸੂ ਗਵਾਉਂਦੇ ਸੀ ਇਹ ਚੀਜ਼ਾਂ ਤੋਂ ਤਾਂ ਫਿਰ ਇਹਨਾਂ ਨੂੰ ਕਿਵੇਂ ਇਹਨਾਂ ਦੇ ਉਹ ਪਸ਼ੂ ਪੰਛੀਆਂ ਦੀ ਕਿਵੇਂ ਇਹਨਾਂ ਨੂੰ ਆਖਿਆ ਵੀ ਉਹਨਾਂ 'ਚ ਵੀ ਜਾਨ ਆ? ਨਹੀਂ ਨਹੀਂ ਜਦੋਂ ਮੈਸੇਜ ਕੀਤਾ ਉਦੋਂ ਬਾਅਦ ਇਹਨਾਂ ਨੇ ਦੇਖਿਆ ਵੀ ਇਹ ਉਸ ਐਨ ਜੀ ਓ ਦਾ ਪੇਜ ਹੈ, ਫਿਰ ਇਹਨਾਂ ਨੇ ਐਨ ਜੀ ਓ ਵਾਲੇ ਪੇਜ ਨੂੰ ਫੋਲੋ ਕੀਤਾ, ਫਿਰ ਜਿਹੜੀਆਂ ਡੇਲੀ ਦੀਆਂ ਅਪਡੇਟਸ ਹੈ ਸਟੋਰੀਆਂ ਉਹ ਦੇਖਣ ਲੱਗੇ, ਫਿਰ ਰੀਲਸ ਆਪਾਂ ਪੋਸਟ ਕਰਦੇ ਹੁੰਦੇ ਸੀਗੇ ਆਪਣੇ ਦਿਮਾਗ ਚ ਹੌਲੀ ਹੌਲੀ ਅਟੈਚਮੈਂਟ ਹੋ ਜਾਂਦੀ ਹੈ। ਪਹਿਲਾਂ ਤਾਂ ਘਰ ਦੇ ਵੀ ਸ਼ੁਰੂ 'ਚ ਤਾਂ ਹਰੇਕ ਦੇ ਹੁੰਦੇ, ਮੰਨ ਲਓ ਤੁਸੀਂ ਵੀ ਸ਼ੁਰੂ ਕਰੋਗੇ ਨਾ ਤੁਹਾਡੇ ਵੀ ਘਰ ਦੇ ਮਨਾ ਹੀ ਕਰਨਗੇ ਵੀ ਕੋਈ ਕੰਮ ਕਿਤੇ ਲੱਗ ਜਾ, ਚੰਗੇ ਆਪਦਾ ਕੰਮ ਕਿਤਾ ਦੇਖ ਲਾ। ਪਹਿਲਾਂ ਤਾਂ ਘਰ ਦੇ ਹੀ ਸਪੋਰਟ ਨਹੀਂ ਕਰਦੇ ਸੀਗੇ, ਹੁਣ ਬਈ ਸਾਰਾ ਟੱਬਰ ਹੀ ਰੋਟੀਆਂ ਬਣਾਉਂਦੇ। ਅੱਛਾ ਅੰਕਲ ਜੀ, ਤੁਹਾਡਾ ਬੇਟਾ ਬੇਜ਼ਬਾਨਾਂ ਦੀ ਸੇਵਾ ਕਰਨ ਲੱਗ ਗਿਆ, ਪਸ਼ੂ ਪੰਛੀ ਕੋਈ ਕਿਤੇ ਖੂਨ ਨਾਲ ਲੱਥ ਪੱਤ ਪਿਆ ਹੁੰਦਾ ਉਹਨੂੰ ਚੱਕ ਲੈਣਾ, ਕੋਈ ਕੁੱਤਾ ਬਿਮਾਰ ਪਿਆ, ਕੋਈ ਡੰਗਰ ਵੱਛਾ ਬਿਮਾਰ ਪਿਆ ਉਹਨੂੰ ਚੱਕ ਲੈਣਾ, ਤੁਸੀਂ ਦੱਸ ਦਿਓ ਵੀ ਤੁਹਾਡਾ ਪਰਿਵਾਰ ਚੰਗਾ ਪਰਿਵਾਰ ਸੀਗਾ ਪੈਸੇ ਪੱਖੋਂ ਵੀ ਹਰ ਪੱਖੋਂ ਵੀ, ਹੈ ਨਾ? ਜਿਵੇਂ ਇਹਨਾਂ ਦੇ ਭਰਜਾਈ, ਇਹ ਇਹਨਾਂ ਦਾ ਵੀਰਾ, ਤੁਸੀਂ ਹੈ ਨਾ ਵਧੀਆ ਗਵਰਮੈਂਟ ਜੋਬ 'ਤੇ ਸੀ, ਇਹ ਕੀ ਸਬੱਬ ਬਣਿਆ ਇਹ ਵੀਰ ਹੋਣਾ ਦਾ ਜੁੜਨ ਦਾ? ਅੱਛਾ ਅੰਕਲ ਜੀ, ਇਹ ਬਾਈ ਨੂੰ ਕਿਵੇਂ ਸ਼ੌਂਕ ਪਿਆ ਇਹ ਚੀਜ਼ਾਂ ਦਾ ਸਾਰੀਆਂ ਦਾ? ਸ਼ੌਂਕ ਜੀ, ਇੱਕ ਤਾਂ ਨਾ ਮੇਰੀ ਮਾਤਾ ਜੀ ਸੀ ਅਤੇ ਉਹਨਾਂ ਦੀ ਡੈਥ ਹੋਏ ਨੂੰ ਹੋ ਗਏ ਹੋਣਗੇ 10-10 ਸਾਲ ਹੋ ਗਏ, ਅਤੇ ਉਹਨਾਂ ਤੋਂ ਬੜਾ ਪ੍ਰਭਾਵਿਤ ਹੋਇਆ ਇਹ। ਛੋਟਾ ਹੁੰਦਾ ਨਾ ਇਹ ਪਿੰਡ ਜ਼ਿਆਦਾ ਰਿਹਾ ਸੀ, ਅਤੇ ਵੈਸੇ ਤਾਂ ਇਹਦਾ ਜਨਮ ਪਿੰਡ ਦਾ, ਅਤੇ ਅਸੀਂ ਇਹਦੇ ਜਨਮ ਤੋਂ ਪਹਿਲਾਂ ਇੱਥੇ ਆ ਗਏ, 90 'ਚ ਅਸੀਂ ਆ ਗਏ ਸੀ, 92 ਦਾ ਜਨਮਦਿਨ ਹੈ, ਅਤੇ ਉਹ ਤੋਂ ਜ਼ਿਆਦਾ ਪ੍ਰਭਾਵ ਹੋਇਆ। ਕੀ ਕਰਦੇ ਸੀ ਮਾਤਾ ਜੀ? ਮਾਤਾ ਜੀ ਘਰੇਲੂ ਗ੍ਰਹਿਣੀ ਸੀ, ਕਦੇ ਉਹਨੇ ਜਾਨਵਰਾਂ ਨੂੰ ਮੁੱਠੀ ਭਰ ਕੇ ਦਾਣੇ ਪਾਉਣੇ, ਅਤੇ ਕਦੇ ਆਪਣੇ ਕੋਈ ਹੋਰ ਵੀ ਜਿਵੇਂ ਵੀ ਦਾਣੇ ਸਵੇਰੇ ਉੱਠ ਕੇ ਉਹਨੇ ਦਾਣੇ ਪਾਉਣੇ ਪਾਉਣੇ ਸੀ, ਉਹਨੂੰ ਦੇਖਦਾ ਇਹ ਗਾਂ ਨੂੰ ਪੇੜਾ, ਅਤੇ ਗਾਂ ਨੂੰ ਪੇੜਾ ਦੇਣਾ, ਆਪਣੇ ਨੌਕਰਾਂ ਦੇ ਕੋਈ ਕੰਮ ਕਰਕੇ ਉਹਨਾਂ ਨੂੰ ਗੁੜ ਦੀ ਡਲੀ ਦੇਣੀ, ਉਦੋਂ ਕਾੜਨੀਆਂ 'ਚ ਦੁੱਧ ਹੁੰਦਾ ਸੀਗਾ, ਦੁੱਧ ਉਹਨੂੰ ਵਾਟੀ ਭਰ ਕੇ ਦੇਣੀ। ਫਿਰ ਇਹ ਇੱਕ ਵਾਰੀ ਰੋੜੀ ਚਲਿਆ ਗਿਆ, ਰੋੜੀ ਇਹਦੇ ਨਾਨਕੇ ਹੈ, ਨਾਨਕੇ ਘਰ ਜਾ ਕੇ ਇਹਨੇ ਨਾ ਰੋੜੀ ਇੱਕ ਕਬੂਤਰ ਡਿੱਗਿਆ ਪਿਆ ਉਹਨੂੰ ਮਿਲਿਆ, ਜਿੱਥੋਂ ਜ਼ਿਆਦਾ ਇਹਦਾ ਪ੍ਰਭਾਵਿਤ ਹੋਇਆ, ਵੀ ਉਹ ਕਬੂਤਰ ਨੂੰ ਦੇਖ ਕੇ ਇਹ ਰੋਇਆ ਵੀ ਇਸ ਤਰ੍ਹਾਂ ਇਹ ਐਂ ਪਿਆ ਹੋਇਆ, ਉਹ ਕਬੂਤਰ ਤੋਂ ਫਿਰ ਇਹਨਾਂ ਪ੍ਰਭਾਵਿਤ ਹੋ ਗਿਆ, ਫਿਰ ਇਸ ਲਾਈਨ ਦੇ ਵਿੱਚ ਪਿਆ। ਅੱਛਾ, ਤੁਸੀਂ ਉਹ ਕਬੂਤਰ ਦੇਖ ਲਿਆ? ਉਹ ਘੁੱਗੀ ਸੀਗੀ, ਉਹ ਘੁੱਗੀ ਦਾ ਕਬੂਤਰ ਸੀ, ਹਾਂ, ਅਤੇ ਉਹ ਰੇਹ ਨਹੀਂ ਚੱਕ ਲਿਆਉਂਦੇ ਆਪਾਂ ਗੱਟੇ, ਹਾਂ, ਉੱਥੋਂ ਅਸੀਂ ਰੇਹ ਚੱਕਣ ਗਏ ਸੀਗੇ ਅਤੇ ਉੱਥੇ ਉਹ ਪਿਆ ਸੀਗਾ ਡਿੱਗਿਆ, ਉਹਨੂੰ ਫਿਰ ਮੈਂ ਚੱਕ ਲਿਆਇਆ ਸੀਗਾ ਅਤੇ ਉਹਨੂੰ ਰੱਖਿਆ, ਫਿਰ ਇੱਕ ਕੁੱਕੜੀ ਦਾ ਚੂਚਾ ਆਇਆ ਸੀਗਾ ਅਤੇ ਉਹਨੂੰ ਰੱਖਿਆ, ਉਹ ਦੋਵੇਂ ਵਾਹਵਾ ਟਾਈਮ ਰੱਖੇ ਫਿਰ ਮੈਂ, ਅਤੇ ਉਹਨਾਂ ਨੂੰ ਕਿਧਰੇ ਬਿੱਲੀ ਖਾ ਗਈ, ਫਿਰ ਬੜਾ ਰੋਇਆ ਸੀਗਾ ਮੈਂ, ਉਦੋਂ ਦੋਨੇ ਮਾਰਤੇ ਸੀਗੇ ਬਿੱਲੀ ਨੇ, ਬਸ ਉਦੋਂ ਫਿਰ ਲਗਾਵ ਵੱਧਦਾ ਹੀ ਗਿਆ ਹੌਲੀ ਹੌਲੀ ਉਹਨਾਂ ਵਾਲੇ। ਅੱਛਾ, ਫਿਰ ਜਦੋਂ ਇਹ ਬਾਈ ਜਵਾਨ ਹੋਇਆ ਥੋੜ੍ਹਾ ਜਿਹਾ, ਜਦੋਂ ਰਿਸ਼ਤੇ ਦੀਆਂ ਗੱਲਾਂ ਅਕਸਰ ਚੱਲਣ ਲੱਗ ਜਾਂਦੀਆਂ ਨੇ, ਤੁਹਾਡੇ ਕੋਲ ਰਿਸ਼ਤੇ ਆਉਂਦੇ ਹੋਣਗੇ ਅਤੇ ਮਾਤਾ ਜੀ ਹੋਰਾਂ ਕੋਲ ਜਨਾਨੀਆਂ ਦੱਸ ਪਾਉਂਦੀਆਂ ਹੋਣਗੀਆਂ, ਹੈ ਨਾ, ਫਿਰ ਉਦੋਂ ਕਿਹੋ ਜਿਹਾ ਮਾਹੌਲ ਬਣਦਾ ਰਿਹਾ? ਮਾਹੌਲ ਦੇਖੋ ਜੀ, ਵੱਡਾ ਬੇਟਾ ਸੀ ਮੇਰਾ, ਉਹਨੇ MBA ਕਰਕੇ ਅਤੇ ਉਹ ਮੈਨੇਜਰ ਹੈ ਬੈਂਕ ਦੇ ਵਿੱਚ, ਉਹਨੂੰ ਕੋਈ ਦਿੱਕਤ ਨਾ ਆਈ, ਉਹਨੇ ਜਿਵੇਂ ਵੀ ਕਹਿਤਾ ਸਾਨੂੰ ਵੀ ਹਾਂ ਵੀ ਮੈਂ ਉਸ ਟਾਈਮ ਡਿਊਟੀ 'ਤੇ ਸੀ, ਹਾਲਾਂਕਿ ਤਲਵੰਡੀ ਦੇ ਨੇੜੇ ਪਿੰਡ ਹੈ ਜਿੱਥੋਂ ਆਪਾਂ ਗੁੜੀਆ ਵਿਆਹ ਕੇ ਲੈਂਦੀ ਹੈ ਵੱਡੀ ਨੂੰ, ਅਤੇ ਮੈਂ ਵੀ ਨਹੀਂ ਗਿਆ ਬਲਕਿ ਛੋਟਾ ਭਾਈ ਗਿਆ ਸੀ, ਅਤੇ ਉਹਨਾਂ ਜਾ ਕੇ ਮੈਨੂੰ ਫੋਨ ਗਿਆ, ਮੈਂ ਔਨ ਡਿਊਟੀ ਸੀਗਾ ਵੀ ਐਂ ਕਰਕੇ ਗੁੜੀਆ ਠੀਕ ਹੈ, ਮੈਂ ਵੀ ਤੁਹਾਡੇ ਪਸੰਦ ਹੈ ਤਾਂ ਠੀਕ ਹੈ, ਸ਼ਗਨ ਪਾਇਆ, ਹੁਣ ਕੋਈ ਦਿੱਕਤ ਨਹੀਂ ਵੱਡੇ ਦੇ ਕੋਈ ਰਿਸ਼ਤੇ ਬਾਰੇ,
ਵਿਆਹ ਹੋ ਗਿਆ ਬੜਾ ਵਧੀਆ, ਕੋਈ ਉਹ ਨਹੀਂ ਸੀ। ਇਹਦੀ ਸ਼ਾਦੀ ਬਾਰੇ ਇਹਦੀ ਉਮਰ ਨਿਕਲਣ ਲੱਗ ਗਈ 25-30, ਆਪਣੇ ਆਮ ਹੁੰਦੇ ਆ ਵੀ 25 ਸਾਲ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਦੇਖੀਏ ਘਰ, ਹਾਂ ਵੀ ਮੁੰਡੇ ਦਾ ਵਿਆਹ ਕਰੀਏ। 30 ਦਾ ਵੀ ਹੋ ਗਿਆ, 31 ਲੱਗ ਗਿਆ, ਅਸੀਂ ਬੜੇ ਪਰੇਸ਼ਾਨ। ਜਿਹਨੂੰ ਕਹਿੰਦਿਆ ਕਰੀਏ ਵੀ ਆ ਰਿਸ਼ਤਾ ਲੈ, ਬੜੇ ਬੜੇ ਵਧੀਆ ਰਿਸ਼ਤੇ ਆਏ, ਬੜੇ ਸੋਹਣੇ ਰਿਸ਼ਤੇ ਆਏ, ਵੀ ਕੁੜੀਆਂ ਵੀ ਪੜ੍ਹੀਆਂ ਲਿਖੀਆਂ, ਜ਼ਮੀਨ ਜਾਇਦਾਦ ਵੀ ਆਉਂਦੀ ਸੀ, ਭਰਾ ਨਹੀਂ ਸੀ ਉਹਨਾਂ ਦੇ, ਬਠਿੰਡੇ ਤੋਂ ਕੋਲ ਰਿਸ਼ਤਾ ਆਇਆ, ਇੱਕ ਇੱਥੋਂ ਨਾਲ ਮਿੱਠੜੀ ਦੇ ਕੋਲੋਂ ਰਿਸ਼ਤਾ ਆਇਆ, ਕਈ ਹੋਰ ਰਿਸ਼ਤੇ ਆਏ, ਅਸੀਂ ਪਰੇਸ਼ਾਨ। ਇਹ ਕਹਿੰਦੇ ਕਰੇ ਨਹੀਂ ਮੈਂ ਅਜੇ ਠਹਿਰ ਕੇ ਲਊਂਗਾ, ਮੈਂ ਅਜੇ ਠਹਿਰ ਕੇ ਲਊਂਗਾ। ਅਤੇ ਮੈਂ ਫਿਰ ਅਸੀਂ ਘਰ ਬੈਠ ਕੇ ਦੋਨਾਂ ਨੇ ਰਾਇ ਕਰੀ, ਇਹਦੀ ਮੰਮੀ ਨੇ ਅਤੇ ਮੈਂ, ਵੀ ਇਹ ਕਿਉਂ ਨਹੀਂ ਰਿਸ਼ਤੇ ਲੈਂਦਾ। ਫਿਰ ਸਾਨੂੰ ਜਿਹੜੀ ਅਸਲੀ ਇਹਦੀ ਸੀਨਾ ਜੜ ਉਦੋਂ ਪਤਾ ਲੱਗੀ ਵੀ ਇਹ ਕਹਿੰਦਾ ਹੈ ਵੀ ਮੈਨੂੰ ਆਪਦੇ ਮੇਚ ਦੀ ਪਾਪਾ ਮੇਰੇ ਕੁੜੀ ਹੋਵੇ, ਮੇਰੇ ਜਿਹੜੀ ਜ਼ਮੀਨਾਂ ਜਾਇਦਾਦ ਵਾਲੀਆਂ ਕੁੜੀ ਉਹ ਮੇਰੇ ਟਿਕਣੀ ਨਹੀਂ ਗਈ, ਵੀ ਅੱਜ ਤੁਸੀਂ ਰਿਸ਼ਤਾ ਲੈ ਲਓਗੇ ਅਤੇ ਕੱਲ੍ਹ ਨੂੰ ਮੈਂ ਇਹ ਕੰਮ ਕਰਨਾ, ਮੇਰੇ ਹੱਥ ਗੰਦੇ ਹੋਣਗੇ, ਜਾਂ ਮੈਂ ਜਾਨਵਰ ਚੱਕੂੰਗਾ, ਜਾਂ ਮੈਂ ਲੇਟ ਘਰ ਆਊਂਗਾ, ਜਾਂ ਮੈਂ ਉੱਠ ਕੇ ਜਲਦੀ ਜਾਊਂਗਾ। ਤਾਂ ਉਹਨੇ ਸੋਚਣਾ ਵੀ ਮੈਂ ਤਾਂ ਇੱਕ ਪਿੱਛੇ ਹਰੀਸ਼ ਧੀ ਦੀ ਕੁੜੀ ਹਾਂ, ਮੈਂ ਤਾਂ ਰਾਜੇ ਦਰਬਾਰ 'ਚੋਂ ਆਈ ਹਾਂ, ਅਤੇ ਮੈਨੂੰ ਇਹੋ ਜਿਹੇ ਕੁੱਤਿਆਂ ਵਾਲੇ ਨਾਲ ਵਿਆਹ ਤਾ। ਕਹਿੰਦਾ ਪਾਪਾ ਮੈਨੂੰ ਕੁਛ ਨਹੀਂ ਚਾਹੀਦਾ, ਅਤੇ ਮੈਂ ਫਿਰ ਉਹ ਇਸ ਕਰਕੇ ਨਾ ਫਿਰ ਇਹਦਾ ਰਿਸ਼ਤਾ ਜੁੜਿਆ, ਆਹਮਣੇ ਸਾਹਮਣੇ ਸਾਡੇ। ਮੇਰਾ ਇੱਕ ਤੁਹਾਨੂੰ ਵਿੱਚੋਂ ਗੱਲ ਦੱਸਾਂ, ਮੇਰਾ ਇਹ ਬੇਟੇ ਵੀ ਹੈ ਅਤੇ ਮੇਰੇ ਦੋਸਤ ਵੀ ਹੈ, ਮੇਰੇ ਨਾਲ ਇਹਨਾਂ ਦਾ ਕੋਈ ਉਹ ਨਹੀਂ ਹੈ, ਭਰਤੀ ਜੋ ਵੀ ਅਸੀਂ ਗੱਲ ਕਰਦੇ ਹਾਂ ਸ਼ੇਅਰ ਕਰਦੇ ਹਾਂ, ਹਾਂ ਅਤੇ ਕੋਈ ਉਹ ਨਹੀਂ। ਅਤੇ ਮੇਰੇ ਬੇਟੀ ਨਹੀਂ ਹੈ, ਮੇਰੇ 2 ਬੇਟੀਆਂ ਗੋਦ ਲਈਆਂ ਸੀ, ਇੱਕ ਚੰਡੀਗੜ੍ਹ ਵਿਆਹ ਤੀ ਵੱਡੇ ਭਾਈ ਦੀ ਗੁੱਡੀ ਹੈ, ਇੱਕ ਮੈਂ ਆਪਦੇ ਗੋਦ ਲਈ, ਉਹ ਕੁੜੀ ਉਹ ਬੇਟੀ ਦਾ ਨਾਂ ਹੀ ਸਾਰਾ ਕੁਛ ਹੈ, ਉਹਦੇ ਸਰਟੀਫਿਕੇਟਾਂ 'ਤੇ ਵੀ ਮੇਰਾ ਨਾਂ ਹੈ, ਉਹ ਮੈਂ ਵਿਆਹੀ ਹੈ, ਉਹ ਇੱਥੇ ਨੇੜੇ ਸਿਕੰਦਰਪੁਰ ਉੱਥੇ ਵਿਆਹੀ ਹੈ। ਅਤੇ ਉਹਨਾਂ ਨਾਲ ਵੀ ਮੇਰਾ ਕੋਈ ਉਹ ਨਹੀਂ ਹੈ, ਮੇਰੀਆਂ ਬਹੂਆਂ ਵਿਆਹ ਕੇ ਆਈਆਂ, ਇਹਨਾਂ ਨਾਲ ਵੀ ਬੇਟਾ ਮੈਂ ਤੁਹਾਡਾ ਬਾਪ ਅਲੱਗ ਹਾਂ, ਲੇਕਿਨ ਆਪਾਂ ਇੱਕ ਦੋਸਤਾਂ ਦਾ ਪਰਿਵਾਰ ਮੰਨ ਕੇ ਚੱਲੋ ਵੀ ਕੋਈ ਸ਼ੇਅਰ ਕਰਨੀ ਹੈ ਬਾਤ, ਕਿਸੇ ਤੋਂ ਝਿਜਕਣਾ ਨਹੀਂ ਹੈ। ਅੱਛਾ ਨਹੀਂ, ਇਹਨੇ ਤੁਹਾਨੂੰ ਕੀ ਆਖਿਆ ਵੀ ਮੇਰੀ ਕੋਈ, ਹਾਂ ਤੁਹਾਡੀ ਬੇਨਤੀ ਹੈ ਤੁਹਾਡੇ, ਹਾਂ ਵੀ ਪਾਪਾ ਮੇਰੇ ਉਹ ਨਹੀਂ ਰਹਿਣੀਆਂ, ਅਤੇ ਵੀ ਮੈਨੂੰ ਕੋਈ ਇਹੋ ਜਿਹਾ ਰਿਸ਼ਤਾ ਪਾ ਲਓ ਜਿਹੜੇ ਮੇਰੇ, ਮੈਂ ਕਿਹਾ ਵੀ ਸਾਡੇ ਤਾਂ ਹੁਣ ਬੇਟਾ ਇਹੋ ਜਿਹਾ ਆਉਂਦਾ ਨਹੀਂ, ਕੋਈ ਤੇਰੇ ਆਉਂਦਾ ਤਾਂ ਸਾਨੂੰ ਦੱਸ, ਅਸੀਂ ਉਹਨਾਂ ਦੇ ਘਰ ਜਾਵਾਂਗੇ। ਇਹ ਕਹਿੰਦਾ ਵੀ ਮੈਂ ਕਰਾਉਂਦਾ ਨਹੀਂ, ਵੀ ਜੇ ਮੈਂ ਰਿਸ਼ਤਾ ਕਰਾਊਂਗਾ ਤਾਂ ਵੀ ਚੱਲ ਤੁਸੀਂ ਕਰ ਵੀ ਦਿਓਗੇ। ਕਹਿੰਦਾ ਕਈ ਵਾਰ ਉਹ ਕੁੜੀ ਮੇਰੇ ਨਾ ਟਿਕੇ, 4 ਦਿਨਾਂ ਨੂੰ ਤਲਾਕ ਹੋ ਜਾਵੇ ਫਿਰ ਤਾਂ ਉਦੋਂ ਵੀ ਸਮੱਸਿਆ। ਕਿਉਂ ਤਲਾਕ ਕਿਹੜੇ ਗੱਲੋਂ, ਤਲਾਕ ਆਪੇ ਵੀ, ਮੈਂ ਤਾਂ ਜਾਨਵਰੀ ਸਾਹਮਣੇ ਹੈਗੇ। ਅੱਛਾ ਮੈਂ ਜਾਨਵਰੀ ਸਾਂਭੂਗਾ, ਮੈਂ ਜਾਨਵਰੀ ਸਾਂਭੂਗਾ, ਮੈਂ ਸੇਵੇ ਕਰਨੀ। ਅੱਛਾ ਇਹ ਕਹਿੰਦਾ ਬਾਈ, ਕੋਈ ਉਹ ਜੀ ਕੁੜੀ ਮਿਲੇ ਤਾਂ ਮੈਂ ਕਰਾ ਲਊਂਗਾ। ਇਹਦੀ ਐਜੂਕੇਸ਼ਨ ਵੀ ਘਟਣੀ ਜੀ, MBA ਇਹਨੇ ਵੀ ਕਰਵਾ ਰੱਖੇ, ਤਿੰਨੇ ਬੇਟਿਆਂ ਨੇ ਮੇਰੇ ਨੇ, ਬੇਟੀਆਂ ਨੇ ਵੀ, ਦੋਨੇ ਬੇਟੇ ਨੇ MBA, ਤੁਸੀਂ ਵੀ MBA, ਹਾਂ MBA ਜਾ, ਤੁਸੀਂ ਇਹਨੂੰ ਸਮਝਾਇਆ ਹੈ ਨਹੀਂ ਕਿ ਕਿੱਥੇ ਲੱਗ ਗਿਆ। ਤਾਂ ਫਿਰ ਮੈਂ ਨਾ ਵੀ ਇੱਕ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਪੜਾਇਆ, ਤਾਂ ਇਹਨਾਂ ਦੀ ਮੰਮੀ ਨਹੀਂ ਹੈ, ਤੇ ਇਹਨੂੰ ਬੈਂਕ 'ਚ ਵੀ ਲਾਤਾ ਸੀਗਾ, ਬੈਂਕ 'ਚ ਵੀ ਲੱਗਿਆ ਸੀ, ਬੈਂਕ 'ਚ ਲੱਗਿਆ ਰਿਹਾ 3-4 ਮਹੀਨੇ। ਇਹ ਕਹਿੰਦਾ ਪਾਪਾ ਮੇਰੇ ਤੋਂ ਉੱਥੇ ਬੈਠ ਕੇ ਨਹੀਂ ਲੋਟ ਆਉਂਦਾ ਕੰਮ। ਫਿਰ ਮੈਂ ਨਾ ਇੱਕ ਰੋਡਵੇਜ਼ ਦੇ ਵਿੱਚ ਵੀ, ਚਲੋ ਜਿਵੇਂ ਵੀ ਚੋ ਕਰਕੇ ਮੈਨੂੰ, ਮੈਂ ਕਨੈਕਟਰ ਦੇ ਫਾਰਮ ਭਰੇ ਸੀ, ਔਰ ਉੱਥੋਂ ਅਪਲਾਈ ਲੈਟਰ ਵੀ ਆ ਗਿਆ ਸੀਗਾ ਵੀ ਹਾਂ ਅਸੀਂ ਇਹਨੂੰ ਰੁਕਵਾ ਦਿਆਂਗੇ। ਅਤੇ ਮੈਂ ਇਹਨਾਂ ਨਾਲ ਗੱਲ ਕੀਤੀ ਹੈ, ਮੈਨੂੰ ਫਿਰ ਕਹਿਣ ਲੱਗਿਆ ਅਸਲੀ ਗੱਲ ਇਹਨੇ ਘੱਟਦੀ ਦੱਸੀ, ਕਹਿੰਦਾ ਪਾਪਾ ਕਿੰਨੀ ਰੋਡਵੇਜ਼ ਦੇ ਵਿੱਚ ਤਨਖਾਹ ਹੋ ਗਈ ਕਨੈਕਟਰ ਦੀ, ਕਿਉਂ ਮੇਰਾ ਮਹਿਕਮਾ ਰੋਡਵੇਜ਼ ਸੀ, ਮੈਂ ਤਾਂ ਰੋਡਵੇਜ਼ 'ਚ ਹੀ ਉਹਨੂੰ ਸੈੱਟ ਕਰਾ ਸਕਦਾ ਸੀ। ਮੈਂ ਕਿਹਾ ਬੇਟਾ 50,000 ਰੁਪਇਆ ਤਾਂ ਹੈ ਹੀ ਹੈ ਕਨੈਕਟਰ ਦੀ। ਕਹਿੰਦਾ ਤੁਸੀਂ ਮੇਰੇ ਤੋਂ 50,000 ਰੁਪਇਆ ਮਹੀਨੇ ਦਾ ਲੈ ਲਿਆ ਕਰੋ, ਮੈਨੂੰ ਆਪਦਾ ਕੰਮ ਕਰਨ ਦਿਓ। ਕਿਹੜਾ ਕੰਮ? ਜਿੰਮ ਲਈ, ਆਹੀ ਬਸ ਜਿੰਮ ਚਲਾਉਂਦਾ ਸੀ ਅਤੇ ਜਾਂ ਆ ਜਾਨਵਰਾਂ ਦਾ ਕੰਮ ਸੀ। ਮੈਂ ਕਿਹਾ ਯਾਰ ਤੂੰ 50,000 ਰੁਪਇਆ, ਚੱਲ ਮੈਂ ਫਿਰ ਜ਼ਿਆਦਾ ਨਾ ਇਹਦੇ ਦਬਾਅ ਨਹੀਂ ਪਾਇਆ। ਮੈਂ ਕਿਹਾ ਵੀ ਜ਼ਿਆਦਾ ਇਹਦੇ ਦਬਾਅ ਪਾਵਾਂਗੇ ਨਾ ਅਤੇ ਕੱਲ੍ਹ ਨੂੰ ਇਹਦੇ ਮਨ ਦੇ ਵਿੱਚ ਉਹ ਡਿਪਰੈਸ਼ਨ ਨਾ ਹੋ ਜਾਵੇ ਵੀ। ਮੈਂ ਕਿਹਾ ਵੀ ਚੱਲ ਯਾਰ ਤੂੰ ਜਿਵੇਂ ਤਰ੍ਹਾਂ ਅੱਛਾ। ਫਿਰ ਮੈਂ ਨਾ ਉੱਧਰ ਵੀ ਮੇਰਾ ਪੈਸੇ ਪੂਸੇ ਫਸੇ ਸੀ ਜਿਵੇਂ ਮੈਂ ਜੋ ਵੀ ਸੀ, ਅਤੇ ਮੈਂ ਉਹ ਵੀ ਛੱਡਿਆ ਨੌਕਰੀ ਵਾਲਾ ਇਹਨੇ। ਕਿਆ ਬਾਤ ਹੈ! ਅਤੇ ਫਿਰ ਤੁਹਾਨੂੰ ਦਿੰਦਾ ਵੀ ਰਿਹਾ ਖਰ। ਫਿਰ ਜਦੋਂ ਜ਼ਿਆਦਾ ਦਬਾਅ ਪੈ ਗਿਆ, ਜਿੰਮ ਕੀਤੀ ਸੀ, ਫਿਰ ਸਾਨੂੰ ਸਮਝ ਆਈ ਵੀ ਖਰਚਾ ਜ਼ਿਆਦਾ ਹੋਈ ਜਾਂਦਾ ਵੀ ਕਿੱਥੋਂ ਲਿਆਊਗਾ। ਫਿਰ ਮੈਂ ਜਿੰਮ ਇਹਨੂੰ ਸੰਭਾਲਤੀ ਸੀ ਕਈ ਸਾਲ, ਫਿਰ ਜਿੰਮ ਦੇ ਵਿੱਚੋਂ ਜੋ ਵੀ ਇਨਕਮ ਆਉਂਦੀ ਸੀ ਜਾਨਵਰਾਂ ਨੂੰ, ਜਾਨਵਰਾਂ ਦੇ ਲਾਉਂਦਾ ਸੀ। 6 ਸਾਲ ਹੋ ਗਿਆ, 6 ਸਾਲ ਜਿੰਮ ਦਾ, ਆਪਣਾ ਜਿੰਮ ਦਾ 6 ਸਾਲ ਤੋਂ ਜਿੰਮ ਦੀ ਇਨਕਮ ਆਉਂਦੀ ਹੈ ਆਪਣਾ, 1 ਰੁਪਿਆ ਘਰੇ ਨਹੀਂ ਆਇਆ ਸਾਨੂੰ, ਘਰੇ ਕੋਈ ਪੈਸਾ ਨਹੀਂ ਆਇਆ ਉੱਥੇ ਸ਼ੈਲਟਰ ਹਾਊਸ ਤੇ, NGO ਚ। ਅੱਛਾ, ਸਾਰਾ ਉਹ ਪਸ਼ੂ ਪੰਛੀਆਂ ਦੇ ਨਾਲ, ਸਾਰਾ ਉੱਥੇ ਲੱਗਿਆ ਘਰੇ,
ਬਾਪੂ ਦੀ ਲੱਖ ਸਵਾ ਲੱਖ ਬਾਪੂ ਦੀ ਤਨਖਾਹ ਸੀਗੀ, 50-55 ਹਜ਼ਾਰ ਭਰਾ ਦੀ, 50-55 ਭਾਬੀ ਦੀ ਪ੍ਰਿੰਸੀਪਲ ਹੈ ਹੁਣ ਲਾ ਲਓ, ਅਤੇ ਜ਼ਮੀਨ ਹੈ, ਜ਼ਮੀਨ ਦਾ ਠੇਕਾ ਵੀ ਆਉਂਦਾ, ਹਿੱਸਾ ਵੀ ਆਉਂਦਾ, ਅਤੇ ਫਿਰ ਘਰ ਤਾਂ ਲੋੜ ਹੈ ਹੀ ਨਹੀਂ ਪੈਸੇ ਦੀ, ਫਿਰ ਸਾਰਾ ਉੱਥੋਂ ਵਾਲਾ ਪੈਸਾ ਉੱਥੇ ਲਾਇਆ, ਘਰੇ ਪੈਸਾ ਨਹੀਂ ਮੰਗਿਆ ਇਹਨਾਂ ਨੇ ਮੇਰੇ ਤੋਂ। ਅੱਛਾ, ਜਦੋਂ ਤੁਹਾਡੇ ਕੋਲ ਇਹ ਰਿਸ਼ਤੇ ਆਉਂਦੇ ਰਹੇ ਅੰਕਲ ਜੀ, ਤੁਸੀਂ ਇਹ ਗੱਲ ਦੱਸਿਓ ਵੀ ਕੁੜੀ ਵਾਲਾ ਪੁੱਛਦਾ ਹੁੰਦਾ ਵੀ ਭਾਈ ਮੁੰਡਾ ਕੀ ਕੰਮ ਕਰਦਾ, ਹੈ ਨਾ, ਕੀ ਕੀ ਸਾਡੀ ਕੁੜੀ ਨੂੰ ਖਵਾਊਗਾ, ਹੈ ਨਾ, ਉਹ ਫਿਰ ਤੁਸੀਂ ਕੀ ਦੱਸਦੇ ਰਹੇ ਉੱਥੇ? ਨਹੀਂ ਜੀ, ਪਹਿਲੀ ਵਾਰ ਦੇਖੋ ਇਹਨਾਂ ਬੇਟੇ ਆਏ ਸੀਗੇ ਪੇਰੈਂਟਸ, ਅਤੇ ਅਸੀਂ ਬੈਠੇ, ਮੈਂ ਉਹੀ ਗੱਲਾਂ ਪਹਿਲਾਂ ਖੁੱਲ੍ਹੀਆਂ ਗੱਲਾਂ ਚੰਗੀਆਂ ਹੁੰਦੀਆਂ, ਬਾਅਦ 'ਚ ਪਰਦਾ ਤਾਂ ਕੋਈ ਹੋਰ ਚੀਜ਼ ਨਹੀਂ ਹੁੰਦੀ। ਮੈਂ ਦੇਖੋ ਜੀ ਆਹ ਚੀਜ਼ ਹੈ, ਇਸ ਆਪਣੀ ਬਿਟੀਆਂ ਦੀ ਸਿਸਟਰ ਆਈ ਸੀ ਵੱਡੀ, ਇਹਨਾਂ ਦੀ ਜੀਜਾ ਜੀ ਆਏ ਸੀ, ਫਾਦਰ ਆਏ ਸੀ, ਮਦਰ ਆਏ ਸੀ। ਮੈਂ ਕਿਹਾ ਜੀ ਆਹ ਚੀਜ਼ ਆ ਸਾਡੇ ਕੋਲ, ਤਾਂ ਦੇਖੋ ਤੁਹਾਨੂੰ ਥੋਥੋਂ ਕੋਈ ਲੁਕੋ ਨਹੀਂ ਹੈ, ਸਾਹਮਣੇ ਇਹ ਤਾਂ ਆਹ ਕੰਮ ਕਰਦਾ। ਉਹ ਕਹਿੰਦੇ ਜੀ ਸਾਨੂੰ ਫਿੱਟ ਹੈ। ਅੱਛਾ, ਇਹਦੇ ਸਹੁਰੇ ਵਾਲੇ ਵੀ ਮੰਨੇ? ਹਾਂ ਵੀ ਕਹਿੰਦੇ ਜੀ ਸਾਨੂੰ ਵਧੀਆ, ਵੀ ਬੇਟਾ ਸੇਵਾ ਕਰਦਾ ਜਾਨਵਰਾਂ ਦੀ, ਹੋਰ ਕਰਦਾ। ਮੈਂ ਕਿਹਾ ਜੀ ਘਰੇ ਕੋਈ ਕਿਸੇ ਕਿਸਮ ਦੀ ਉਹ ਨਹੀਂ ਹੈ, ਉਹਨਾਂ ਨੇ ਕੋਈ ਸਾਥੋਂ ਜ਼ਮੀਨ ਨਹੀਂ ਪੁੱਛੀ, ਉਹਨਾਂ ਨੇ ਸਾਨੂੰ ਕੁਛ ਨਹੀਂ ਪੁੱਛਿਆ, ਇਹਦਾ ਆਚਰਨ ਪੁੱਛਿਆ, ਇਹਦੇ ਸੁਭਾਅ ਬਾਰੇ ਪੁੱਛਿਆ, ਅਤੇ ਉਹ ਬਾਰੇ ਮੈਂ ਦੱਸਿਆ ਵੀ ਮੈਂ ਕਿਹਾ ਜਾਨਵਰਾਂ ਦੀ ਸੇਵਾ ਕਰਦਾ ਜੀ ਆ ਤੁਹਾਡੇ ਸਾਹਮਣੇ, ਬਾਕੀ ਕਿਸੇ ਕਿਸਮ ਦੀ ਸਾਡੇ ਘਰੇ ਕੋਈ ਦੇਖ ਕੇ। ਹਾਂ, ਉਹਨਾਂ ਨੇ ਜੀ ਦੂਜੀ ਗੱਲ ਨਹੀਂ ਕਰੀ, ਆ ਕੇ ਉਹ ਕਹਿੰਦੇ ਵੀ ਸਾਡੇ ਕੰਮ ਠੀਕ ਹੈ, ਵੀ ਅਸੀਂ ਫਿੱਟ ਹੈ ਕੰਮ। ਅੱਛਾ, ਅਤੇ ਕੋਈ ਬਰਾਦਰੀ ਦਾ ਨਹੀਂ ਸਾਡੇ ਉਹ ਸੀਗਾ ਵੀ ਅਸੀਂ ਬਰਾਦਰੀ 'ਚੋਂ ਅਲੱਗ ਹਾਂ, ਕਿਉਂਕਿ ਮੇਰੇ ਚਾਚੇ ਤਾਇਆਂ ਦੇ ਲੜਕੇ ਸੀ, ਉਹ ਵੀ ਇਸ ਬਰਾਦਰੀ 'ਚ ਵਿਆਹੇ ਹੋਏ ਆ, ਅਤੇ ਹਾਂ ਇਹ ਪੂਨੀਆਂ ਦੇ ਰਿਸ਼ਤੇ ਆ, ਉਹ ਸਿੱਧੂਆਂ ਦੇ ਸੀ, ਜਿਹੜੇ ਬਾਗੜੀ ਸਿੱਧੂ ਹੁੰਦੇ ਆ ਉਹਨਾਂ ਦੇ ਸੀ ਉਹ। ਅਤੇ ਫਿਰ ਮੈਂ ਘਰੇ ਵੀ ਪੁੱਛਿਆ ਜਿਹੜੇ ਆਪਣੇ ਚਾਚੇ ਤਾਏ ਸੀ ਉਹਨਾਂ ਨੂੰ ਵੀ, ਮੈਂ ਕਿਹਾ ਐਂ ਕਰਕੇ ਰਿਸ਼ਤਾ, ਉਹ ਕਹਿੰਦੇ ਨਾ ਆਪਣੇ ਕੋਈ ਇਤਰਾਜ਼ ਨਹੀਂ ਹੈ, ਵੀ ਆਪਣੇ ਵੀ ਬਾਗੜੀਆਂ ਦੇ ਹੁੰਦੇ ਆ। ਅੱਛਾ, ਇਹ ਗੱਲ ਹੋਈ ਵੀ ਉਹ ਹਿੰਦੀ ਬੋਲਦੇ ਆ ਅਤੇ ਆਪਣੇ ਵਾਲੇ ਠੇਠ ਪੰਜਾਬੀ ਵਾਲੇ? ਹਾਂ ਹਾਂ ਹਾਂ, ਇਹ ਗੱਲ ਹੋਈ, ਅਤੇ ਫਿਰ ਕੋਈ ਉਹ ਨਹੀਂ ਸੀ, ਉਹ ਕਹਿੰਦੇ ਨਾ ਨਾ ਆਪੇ ਰਲ ਮਿਲ ਜੂਗੇ, ਆਪੇ ਸਿੱਖ ਜੂਗੇ, ਆਪਾਂ ਸਿੱਖ ਜਾਂਗੇ ਉਸੇ ਸਿੱਖ ਜੂਗੇ। ਹੁਣ ਪੰਜਾਬੀ ਸਿਖਾਉਂਦੇ ਉਹਨਾਂ ਨੂੰ? ਨਹੀਂ, ਆਪੇ ਕੁਛ ਇਹ ਸਾਨੂੰ ਸਿਖਾ ਦਿੰਦੇ ਕੁਛ ਦੱਸਦੇ, ਤਾਂ ਇਹਦੀ ਭਾਸ਼ਾ ਸਿੱਖ ਜਾਂਦੇ ਹਾਂ, ਰਲ ਮਿਲ ਜੂਗਾ ਕੰਮ। ਅੱਛਾ ਭੈਣੇ, ਜਦੋਂ ਤੁਸੀਂ ਆਪਣੇ ਮਾਂ ਪਿਓ ਨੂੰ ਵੀਰ ਹੋਣਾ ਬਾਰੇ ਦੱਸਿਆ ਹੋਊਗਾ, ਅੱਛਾ ਫਿਰ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਮੈਸੇਜ ਕਰਤਾ ਵੀ ਸੇਵਾ 'ਚ ਇੰਟਰਸਟ, ਉਹ ਕੀ ਗੱਲਬਾਤ ਸੀ ਸਾਰੀ, ਉਹ ਦੱਸੋ ਮਾੜੀ ਜੀ, ਉਹ ਮੈਸੇਜ ਰਿਸ਼ਤਾ ਜੁੜਨ ਦਾ ਕਿਵੇਂ ਬਣਿਆ? ਮੈਸੇਜ ਕੀਤਾ ਅਤੇ ਫਿਰ ਇਹ ਐਨ ਜੀ ਓ ਨਾਲ ਜੁੜ ਗਏ, ਅਤੇ ਹੌਲੀ ਹੌਲੀ ਜਿਵੇਂ ਗੱਲ ਹੋਣ ਲੱਗੀ ਸਾਡੀ, ਫਿਰ ਇਹ ਮਤਲਬ ਕੋਲਜ ਦੇ ਜਿਹੜਾ ਗਰੁੱਪ ਹੁੰਦਾ ਵੀ ਮੁੰਡੇ ਕੁੜੀਆਂ ਦਾ, ਉਦੋਂ ਇਹ ਐਨ ਜੀ ਓ ਆ ਜਾਂਦੇ ਹੁੰਦੇ ਸੀਗੇ, ਮਤਲਬ ਜਿਵੇਂ ਫਿਲਮਾਂ ਦੇਖਣ ਮੱਗ ਜਾਂਦੇ ਮੁੰਡੇ ਆ ਹੋਰ, ਅਤੇ ਉਦੋਂ ਇਹ ਆਪਦੀਆਂ ਜਿਹੜੀਆਂ ਫਰੈਂਡਸ ਸੀ ਇਹਦੀਆਂ ਕੁੜੀਆਂ ਉਹਨਾਂ ਨਾਲ ਇਹ ਐਨ ਜੀ ਓ ਆਉਣ ਲੱਗ ਗਏ ਸੀਗੇ ਵੀ ਆਪਾਂ ਐਨ ਜੀ ਓ ਵਿਜ਼ਿਟ ਕਰਕੇ ਆਉਂਦੇ ਹਾਂ, ਇਹ ਐਨ ਜੀ ਓ ਬਣਾ ਵੀ ਸੋਹਣਾ ਰੱਖਿਆ ਆਪਾਂ, ਅਤੇ ਫਿਰ ਇਹ ਉੱਥੇ ਵਿਜ਼ਿਟ ਕਰਨ ਲੱਗ ਗਏ। ਹੌਲੀ ਹੌਲੀ ਫਿਰ ਮੈਂ ਇਹਨੂੰ ਵਿਆਹ ਦਾ ਪੁੱਛਿਆ ਸੀਗਾ, ਗੱਲ ਵਿਆਹ ਤੱਕ? ਹਾਂ, ਫਿਰ ਵਿਆਹ ਦਾ ਪੁੱਛਿਆ ਸੀਗਾ, ਫਿਰ ਉਦੋਂ ਬਾਅਦ ਇਹਨਾਂ ਨੇ ਆਖਿਆ ਸੀਗਾ ਵੀ ਘਰਦਿਆਂ ਨੂੰ ਪੁੱਛਾਂਗੇ, ਘਰਦਿਆਂ ਦੀ ਸਹਿਮਤੀ ਨਾਲ ਵਿਆਹ ਕਰਾਂਗੇ। ਅੱਛਾ ਅੱਛਾ, ਬਣੇ ਤੁਸੀਂ ਦੱਸਦੇ ਹੋ ਵੀ ਵਿਆਹ ਤੋਂ ਪਹਿਲਾਂ ਵੀ ਤੁਸੀਂ ਇਹ ਘਰ 'ਚ ਆਏ? ਆਏ ਸੀ ਬੱਚੇ ਨਾਲ, ਲੇਡੀ ਸੀ ਸਾਥ, ਆਤੇ ਰਹਤੇ ਵੈਸੇ ਵੀ, ਤੇ ਮੇਰੇ ਕੋ ਤੋਂ ਕਾਲਜ ਕੇ ਦੋਸਤ ਵੀ ਮੰਮਾ ਨੇ ਬਤਾਇਆ, ਇਸ ਨੇ ਬਤਾਇਆ ਜਸਪਾਲ ਕੀ ਮੰਮਾ ਨੇ, ਮਦਰ ਵੀ ਉਹ ਲੜਕੀ ਆਪਣੇ ਘਰ ਆ ਕੇ ਗਈ ਸੀ ਸਾਥ, ਤੇ ਮੰਮੀ ਵੀ ਆਏ ਹੋਏ ਇੱਥੇ ਪਹਿਲਾਂ। ਅੱਛਾ, ਉਹ ਇਹ ਪਤਾ ਨਹੀਂ ਚਿੜੀਆਂ ਲੈ ਕੇ ਆਏ ਸੀਗੇ, ਇੱਥੋਂ ਲੈ ਕੇ ਗਏ ਸੀ, ਲੈ ਕੇ ਗਏ ਸੀ, ਇੱਥੋਂ ਲੈ ਕੇ ਗਏ ਸੀ। ਹਾਂਜੀ, ਅੱਛਾ ਜਦੋਂ ਤੁਸੀਂ ਇੱਥੇ ਫਿਰ ਵਿਆਹ ਕੇ ਆਏ, ਫਿਰ ਉਸ ਤੋਂ ਬਾਅਦ ਕਿਹੋ ਜਿਹਾ ਮਾਹੌਲ ਮਿਲਿਆ? ਅੱਛਾ, ਫਿਰ ਤੁਸੀਂ ਜਦੋਂ ਬਾਈ ਨੇ ਤੁਹਾਨੂੰ ਇਹ ਗੱਲ ਦੱਸਤੀ ਵੀ ਭਾਈ ਕੁੜੀ ਮੇਰੇ ਹਿਸਾਬ ਦੀ ਤਾਂ ਉਹ ਲੱਭੇ ਹੋ ਜਿਹੜੀ ਪਸ਼ੂ ਪੰਛੀਆਂ ਨੂੰ ਪਿਆਰ ਕਰਦੀ ਹੋਵੇ, ਫਿਰ ਮੈਂ ਵਿਆਹ ਕਰਾਊਂਗਾ, ਫਿਰ ਅੱਗੇ ਗੱਲ ਇਹਨੇ ਤੁਹਾਡੇ ਨਾਲ ਕਿਵੇਂ ਕਰੀ ਬਾਈ ਨੇ ਵੀ ਇੱਕ ਕੁੜੀ ਹੈ ਇਸ ਤਰੀਕੇ ਨਾਲ? ਨਹੀਂ, ਸਾਡੇ ਨਾਲ ਨਹੀਂ ਇਹਨੇ ਗੱਲ ਕਰੀ, ਤੇ ਕਿਉਂ ਸਾਥੋਂ ਤਾਂ ਇੰਨਾ ਸ਼ਰਮਾਉਂਦਾ ਸੀ ਵੀ ਮੈਂ ਕੀ ਦੱਸਾਂ ਕੀ ਨਾ, ਤੇ ਸਾਡੇ ਇੱਕ ਮਹਿਤਾ ਜੀ ਹੈ, ਸਾਡੇ ਪੁਰਾਣੇ ਮਿੱਤਰ ਹੈ, ਉਹ ਉਹਨਾਂ ਦੇ ਥਰੂ ਮਿਊਚੁਅਲ ਹੈ, ਹਾਂ
ਤੇ ਉਹਨਾਂ ਦੇ ਥਰੂ ਇਹਨਾਂ ਨੇ ਫਿਰ ਕੋਈ ਗੱਲ ਕਰੀ। ਕੀ ਗੱਲ ਕਰੀ ਤੁਸੀਂ ਉਹਨਾਂ ਨੂੰ ਕੀ ਦੱਸਿਆ? ਉਹਨਾਂ ਨੂੰ ਮੈਨੂੰ ਦੱਸਿਆ ਸੀਗਾ ਵੀ ਐਂ ਕਰਕੇ ਨਾ ਵੀ ਐਂ ਕਰਕੇ ਰਿਸ਼ਤਾ ਯਾਰ ਵੀ ਐਂ ਕਰਕੇ ਮੇਰਾ ਦੋਸਤ ਹੈ ਪੂਨੀਆ ਸਾਹਿਬ, ਤੂੰ ਵੀ ਮੇਰੇ ਦੋਸਤ ਬਣੇ ਲੜਕੀ ਹੈ। ਮੈਨੂੰ ਨਹੀਂ ਪਤਾ ਸੀ ਇਹਨਾਂ ਦਾ ਕੁਛ ਹੈ ਆਪਸ ਜਾਂ ਪਹਿਲਾਂ ਕੋਈ ਗੱਲ ਹੋਈ ਹੈ ਜਾਂ ਨਾ। ਉਹ ਜਿਹੜੇ ਮੈਂ ਤਾਂ ਅੰਕਲ ਸੀਗੇ ਉਹ ਇਹਨਾਂ ਦੇ ਫਾਦਰ ਦੇ ਵੀ ਓਨੇ ਤਕੜੇ ਦੋਸਤ ਸੀਗੇ ਅਤੇ ਆਪਣੇ ਫਾਦਰ ਦੇ ਵੀ ਓਨੇ ਤਕੜੇ ਦੋਸਤ ਸੀਗੇ। ਮਤਲਬ ਇਹ ਵੀ ਜਦੋਂ ਸਰਸੇ ਆਏ ਤਾਂ ਪਹਿਲਾ ਬੰਦਾ ਉਹੀ ਮਿਲਿਆ, ਅਤੇ ਭਾਪਾ ਗਰ ਵੀ ਜਦੋਂ ਸਰਸੇ ਆਏ ਅਤੇ ਉਹ ਪਹਿਲਾਂ ਦੇ ਆਏ ਹੋਏ ਆ। ਮੈਂ ਤਾਂ ਅੰਕਲ ਹੋਰੀ ਤੁਸੀਂ ਉਹਨਾਂ ਨੂੰ ਕੀ ਗੱਲ ਅੰਕਲ ਨੂੰ ਦੱਸੀ? ਉਹ ਮੈਂ ਤੇ ਅੰਕਲ ਦਾ ਜਿਹੜਾ ਮੁੰਡਾ ਉਹ ਫਿਰ ਮੇਰਾ ਨੋਨ ਹੈ, ਉਹ ਮੇਰਾ ਫਰੈਂਡ ਸੀਗਾ ਅਤੇ ਉਹਦੇ ਨਾਲ ਫਿਰ ਗੱਲ ਕੀਤੀ, ਉਹਨੇ ਆਪਦੇ ਫਾਦਰ ਨਾਲ ਗੱਲ ਕੀਤੀ, ਉਹਨਾਂ ਨੇ ਫਿਰ ਇੱਧਰ ਗੱਲ ਕੀਤੀ, ਅੱਗੇ ਦੇ ਅੱਗੇ ਗੱਲਾਂ ਹੋ ਕੇ ਫਿਰ ਆਹਮਣੋ ਸਾਹਮਣੇ ਇਹਨਾਂ ਦੀ ਗੱਲ ਹੋਈ। ਫਿਰ ਘੜੀ ਅੱਛਾ ਤੁਸੀਂ ਇਹਨੂੰ ਪੁੱਛਿਆ ਵੀ ਭਾਈ ਤੂੰ ਤਾਂ ਉਦੋਂ ਕਹਿੰਦਾ ਸੀਗਾ ਵੀ ਮੈਂ ਆਪ ਦੇਖ ਕੇ ਕਰਾਊਂਗਾ ਜੇ ਕੋਈ ਮਿਲੀ ਤਾਂ ਲੱਭੀ ਹੈ। ਫਿਰ ਤਾਂ ਫਿਰ ਉਹ ਕੁੜੀ ਮੈਨੂੰ ਪੁੱਛਿਆ ਨਾ ਸੀ, ਮੈਂ ਕਿਹਾ ਵੀ ਐਂ ਕਰਕੇ ਰਿਸ਼ਤਾ ਵੀ ਕੁੜੀ ਕਿਵੇਂ ਆ ਉਹ ਅਸੀਂ ਵੀ ਫਿਰ ਬਾਅਦ 'ਚ ਪਤਾ ਕਰਦੇ ਹਾਂ। ਇਸ ਤਰ੍ਹਾਂ ਵੀ ਬੇਟਾ ਵਿਆਹਣਾ ਕੋਈ ਤਾਂ ਹੈ ਨਹੀਂ ਵੀ ਆਪਾਂ ਕੋਈ ਪਤਾ ਕਰੀਏ। ਫਿਰ ਸਾਨੂੰ ਪਤਾ ਲੱਗਿਆ ਵੀ ਕੁੜੀ ਹੈ ਜਿਹੜੀ ਉਹ ਐਨ ਜੀ ਓ ਨਾਲ ਜੁੜੀ ਹੋਈ ਹੈ। ਇਸ ਕੁੜੀ ਦਾ ਇੱਕ ਬ੍ਰਦਰ ਹੈ, ਉਹ ਵੀ ਸਾਡੇ ਘਰ ਆਉਂਦਾ ਜਾਂਦਾ ਸੀ ਉਹ ਤੋਂ ਪਹਿਲਾਂ, ਰਿਸ਼ਤੇ ਤੋਂ ਪਹਿਲਾਂ ਉਹ ਵੀ ਜੁੜਿਆ ਹੋਇਆ ਸੀ। ਅਤੇ ਅਸੀਂ ਇਹ ਫਿਰ ਮੈਨੂੰ ਕਹਿਣ ਲੱਗੇ ਕੁੜੀ ਦਾ ਭਰਾ ਹੈ ਜਿਹੜਾ ਐਨ ਜੀ ਓ ਨਾਲ ਜੁੜਿਆ, ਅਤੇ ਕੁੜੀ ਵੀ ਕਹਿੰਦੀ ਆਉਂਦੀ ਜਾਂਦੀ ਐਨ ਜੀ ਓ ਨਾਲ ਜੁੜੀ ਹੋਈ ਆਪਣੇ ਨਾਲ। ਫਿਰ ਮੈਂ ਕਿਹਾ ਇਹਨਾਂ ਦਾ ਵੀ ਕੰਮ ਠੀਕ ਰਹੂਗਾ, ਅਤੇ ਮੈਂ ਕਿਹਾ ਵਧੀਆ ਮੀਆਂ ਬੀਬੀ ਰਾਜੀ, ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੋਇਆ, ਕੋਈ ਐਂ ਨਹੀਂ ਵੀ ਕੋਈ ਸੋਹਣੀ ਘੱਟ ਹੈ ਜਾਂ ਪੜ੍ਹੀ ਲਿਖੀ ਘੱਟ ਹੈ ਜਾਂ ਕੋਈ ਅਕਲ ਨਹੀਂ ਹੈ, ਇੱਕ ਤਾਂ ਉਹ ਹੁੰਦੀ ਹੈ, ਸਭ ਕੁਛ ਪਰਮਾਤਮਾ ਦਿੱਤਾ ਸਾਡੇ ਕੋਲ ਹੈ ਅਤੇ ਇੰਨਾ ਕੁਛ। ਅੱਛਾ ਜਦੋਂ ਫਿਰ ਇੱਥੇ ਨੂੰਹ ਵਿਆਹ ਕੇ ਆਈ ਭੈਣੇ, ਜਦੋਂ ਤੁਸੀਂ ਇੱਥੇ ਵਿਆਹ ਕੇ ਆਏ ਫਿਰ ਉਦੋਂ ਕਿਹੋ ਜਿਹਾ ਅਹਿਸਾਸ ਰਿਹਾ ਇੱਥੇ ਵਿਆਹ ਕੇ ਇਹ ਘਰ 'ਚ ਆਏ ਜਦ? ਬਹੁਤ ਅੱਛਾ ਥਾ ਸਭ ਕੁਛ, ਜੈਸੇ ਮੈਂ ਵਹਾਂ ਜ਼ਿੰਦਗੀ ਸੀ ਮੇਰੀ ਬਿਲਕੁਲ ਸੇਮ ਵੈਸੇ ਹੀ ਯਹਾਂ ਚੱਲ ਰਹੀ ਹੈ ਮੇਰੀ। ਅੱਛਾ ਇੱਕ ਗੱਲ ਹੋਰ ਹੁੰਦੀ ਅੰਕਲ ਜੀ ਵੀ ਨੂੰਹ ਆ ਗਈ ਹੈ ਨਾ ਤੁਹਾਡੇ, ਦੂਜੀ ਨੂੰਹ ਵੀ ਆ ਵੀ ਇਹ ਹੁੰਦਾ ਵੀ ਨੂੰਹ ਸਾਡੀ ਕੰਮ ਕਰੇ, ਪਰ ਇਹ ਤੁਸੀਂ ਦੱਸਦੇ ਹੋ ਵੀ ਸਾਡੀ ਨੂੰ ਉੱਥੇ ਰੋਜ਼ ਐਨ ਜੀ ਓ ਜਿੱਥੇ ਸਾਡਾ ਹੋਮ ਇਹਨਾਂ ਦਾ ਸ਼ੈਲਟਰ ਬਣਾਇਆ ਹੋਇਆ ਹੈ ਨਾ ਪਸ਼ੂ ਪੰਛੀਆਂ ਦਾ, ਇਹ ਉੱਥੇ ਰੋਜ਼ ਸੇਵਾ ਕਰਨ ਜਾਂਦੀ ਆ? ਨਹੀਂ ਕੰਮ ਦਾ ਸਾਨੂੰ ਕੋਈ ਉਹ ਨਹੀਂ ਹੈ ਜੀ, ਕੰਮ ਵੀ ਕਰਦੇ ਆ ਚਲੋ, ਕੰਮ ਤਾਂ ਕਰਮ ਹੈ ਬੰਦੇ ਦੇ, ਫਿਰ ਇਹਨਾਂ ਦੀ ਮਾਂ ਬੈਠੀ ਕੰਮ, ਇਹ ਵੀ ਸੱਸ ਹੈ ਨਾ ਇਹਦੀ, ਅਤੇ ਜਸਪਾਲ ਦੀ ਮਾਂ ਇਹ ਕੰਮ ਕਰਦੀ ਆ, ਫਿਰ ਕੰਮ ਕਰਨ ਵਾਲੀਆਂ ਰੱਖੀਆਂ ਹੋਈਆਂ ਆਪਾਂ, ਸਾਨੂੰ ਕੁਛ ਉਹ ਕਰ ਜਾਂਦੀਆਂ। ਮੈਂ ਤਾਂ ਇਹਨਾਂ ਨੂੰ ਕਦੇ ਵੀ ਐਂ ਨਹੀਂ ਰੋਕਿਆ, ਮੈਂ ਕਿਹਾ ਬੇਟਾ ਜਾਓ ਟਾਈਮ ਨਾਲ ਜਾਓ, ਆਪਦਾ ਨਹਾ ਧੋ ਕੇ ਜਾਓ, ਉਸੇ ਫਿਰਦੇ ਸੋਹਣੇ ਲੱਗੋ ਵੀ ਉੱਥੇ ਸੇਵਾ ਕਰੋ ਆਪਦੀ ਜਾਓ, ਮੈਂ ਨਹੀਂ ਇਹਨਾਂ ਨੂੰ ਰੋਕਿਆ। ਮੈਂ ਇਹਨਾਂ ਨੂੰ 4 ਵਜੇ ਕਿਹਾ ਸੀ ਆ ਕੇ ਆਪਦੀ ਜਿੰਮ ਖੋਲ ਲਿਆ ਕਰੋ, ਅਤੇ ਵੀ ਉੱਥੇ ਟ੍ਰੇਨਰ ਹੈ ਵੈਸੇ ਤਾਂ ਵੀ ਤੁਹਾਡੀ ਪ੍ਰੈਕਟਿਸ ਹੋ ਜਾ ਕਰੂਗੀ, ਇਹ 4 ਵਜੇ ਆ ਜਾਂਦੇ ਆ ਉੱਥੇ ਸੇਵਾ ਕਰਕੇ, 8-10 ਵਜੇ ਨਿਕਲ ਜਾਂਦੇ ਆ, 4 ਵਜੇ ਆ ਜਾਂਦੇ ਆ ਉੱਧਰ ਜਿੰਮਾਂ ਦਾ। ਅੱਛਾ ਉਹ ਕੀ ਗੱਲ ਸੀ ਤੁਹਾਡੇ ਸਹੁਰਾ ਸਾਹਿਬ ਨੇ ਤੁਹਾਨੂੰ ਆਖਿਆ ਵੀ ਤੂੰ ਘੋੜ ਸਵਾਰੀ ਸਿੱਖਣੀ ਆ, ਅਤੇ ਤੁਸੀਂ ਇਹਨਾਂ ਉਹ ਸ਼ੌਂਕ ਆਪਦਾ ਵੀ ਪਗਾਇਆ ਅਤੇ ਇਹਨਾਂ ਦਾ ਕਹਿਣਾ ਵੀ ਪਗਾਇਆ, ਕੀ ਗੱਲ ਸੀ ਉਹ? ਹਾਂਜੀ ਤਬ ਇਹਨਾਂ ਨੇ ਵੀ ਦਾਨਵੀਰ ਨਿਕਾਲਣਾ ਸਟਾਰਟ ਹੀ ਕੀਤਾ ਥਾ, ਵੀਡੀਓ ਵਗੈਰਾ ਡਾਲਤੇ ਥੇ ਯੇ, ਫਿਰ ਪਾਪਾ ਇਨਕੋ ਦੇਖ ਕੇ ਬੋਲੇ ਕਿ ਜਾ ਬੇਟਾ ਤੂੰ ਵੀ ਕਰਿਆ ਕਰ, ਤੂੰ ਵੀ ਕਰਿਆ। ਪਾਪਾ ਇੱਕ ਬਾਤ ਹੋਰ ਬੋਲਤੇ ਹੈ ਵੀ ਜੇ ਕੁੜੀ ਦੇ ਸੱਟ ਵੱਜ ਗਈ ਫਿਰ ਤੇਰਾ ਦੇਖ ਕੇ ਕੀ ਬਣਦਾ ਹੈ, ਨਾਲ ਤਾਂ ਘੋੜਾ ਚਲਾ ਨਾਲੇ ਜੇ ਦੇ ਸੱਟ ਵੱਜ ਗਈ ਫਿਰ ਮੇਰੇ ਪੈਣਗੇ ਸਾਡੇ ਸਾਹ ਆ ਯਾਰ। ਅੱਛਾ ਅੰਕਲ ਜੀ ਉਹ ਕੀ ਗੱਲ ਸੀ ਤੁਸੀਂ ਆਪਣੀ ਨੂੰਹ ਨੂੰ ਆਖਿਆ ਵੀ ਘੋੜ ਸਵਾਰੀ ਸਿੱਖ ਤੂੰ? ਇਹਨੇ ਨਾ ਫਿਰ ਉਹ ਘੋੜਾ ਲਿਆਂਦਾ ਸੀ ਇੱਕ, ਤੁਹਾਡੇ ਬੇਟੇ ਨੇ? ਹਾਂ ਬੇਟੇ ਨੇ ਘੋੜਾ ਲਿਆਂਦਾ ਸੀ ਪੰਜਾਬ 'ਚੋਂ ਲਿਆ ਸੀਗਾ, ਅਤੇ ਅੱਛਾ ਸੀ ਘੋੜਾ, ਖੈਰ ਵਧੀਆ ਘੋੜਾ ਹੈ ਵੀ ਇਹੋ ਅੱਛਾ ਕੀ ਸੀ ਹੈ, ਅਤੇ ਵਧੀਆ ਘੋੜਾ ਸੀ ਉਹਨੂੰ ਇਹ ਚਲਾਉਂਦਾ, ਅਤੇ ਜਦੋਂ ਵਿਆਹ ਹੋ ਗਿਆ ਫਿਰ ਇਹ ਜਾਣ ਲੱਗ ਗਏ, ਮੈਂ ਇਹਨੂੰ ਕਿਹਾ ਬੇਟਾ ਤੂੰ ਇਹਨੂੰ ਵੀ ਸਿਖਾ ਆਪਣੀ ਸਹਿਜਪ੍ਰੀਤ ਨੂੰ ਵੀ ਘੋੜਾ ਸਿਖਾ ਬੇਟਾ, ਨੂੰਹ ਨੂੰ ਥੋੜ੍ਹੀ, ਹਾਂ ਵੀ ਨੂੰਹ ਨੂੰ, ਇਹ ਕੁੜੀਆਂ ਨੂੰ ਐਂ ਨਾ ਰਹੇ ਕੁੜੀਆਂ ਤੱਕ ਹੀ ਸੀਮਤ ਹੈ, ਇਹਨੂੰ ਘੋੜ ਸਵਾਰੀ ਸਿਖਾ। ਅੱਛਾ ਇਹ ਵੀ ਨਾ ਹੋਵੇ ਵੀ ਕਿਤੇ ਤੂੰ ਇੰਨੀ ਲਾਪਰਵਾਹੀ ਕਰ ਲਏ ਵੀ ਇਹਦੇ ਚੋਟ ਲੱਗ ਜੇ ਕੋਈ, ਜਾਂ ਸੱਟ ਵੱਜੇ ਕੋਈ, ਫਿਰ ਇੰਨੀ ਲਾਪਰਵਾਹੀ ਮੈਨੂੰ ਬਰਦਾਸ਼ਤ ਨਹੀਂ। ਫਿਰ ਇਹਨਾਂ ਨੂੰ ਜਦੋਂ ਅੱਗੇ ਮਿਲ ਗਈ ਤਾਂ ਫਿਰ ਇਹਨੂੰ ਛੂਟ ਮਿਲ ਗਈ, ਇਹ ਤਾਂ ਤੁਹਾਡੀ ਨੂੰਹ ਦਾ ਕੋਈ ਤੁਹਾਡਾ ਇਰਾਦਾ ਹੈਗਾ ਸੀ ਭੈਣੇ ਕੋਈ ਘੋੜ ਸਵਾਰੀ ਸਿੱਖਣ ਦਾ?
ਨਹੀਂ ਮੇਰਾ ਪਾਪਾ ਕੇ ਬੋਲਨੇ ਕੇ ਬਾਅਦ ਹੀ ਬਣਾ ਇੰਟਰਸਟ ਬਾਅਦ ਚ ਬਣਾ ਹਾਂਜੀ ਅੱਛਾ ਤੁਹਾਡੇ ਬੋਲ ਪਗਾਤੇ ਨੇ ਹਾਂ ਹਾਂ ਮੇਰੇ ਬੋਲ ਪਗਾਤੇ ਹੁਣ ਵਧੀਆ ਘੋੜ ਸਵਾਰੀ ਕਰ ਲੈਂਦੀ ਹੈ ਵੀਡੀਓ ਦੇਖਦਾ ਬੜੀ ਸੋਹਣੀ ਲੱਗਦੀ ਬੜਾ ਅੱਛਾ ਲੱਗਦਾ ਮਨ ਨੂੰ ਬੜਾ ਫੀਲ ਹੁੰਦਾ ਵੀ ਯਾਰ ਵਾਕਈ ਮੇਰੀ ਬੇਟੀ ਆ ਰਹੀ ਹੈ ਘੋੜੇ ਤੇ ਚੜ੍ਹ ਅੱਛਾ ਜਿਹੜੇ ਤੁਹਾਡੇ ਜਾਣਕਾਰ ਨੇ ਉਹ ਤੁਹਾਨੂੰ ਕਹਿੰਦੇ ਹੁੰਦੇ ਆ ਵੀ ਤੇਰੀ ਨੂੰ ਤਾਂ ਘੋੜਾ ਭਜਾ ਕੇ ਫਿਰਦੀ ਰਹਿੰਦੀ ਹਾਂ ਬੜਾ ਕੁਛ ਅਜ ਤਾਂ ਨਾ ਹੀ ਘੋੜਿਆਂ ਨਾਲ ਰੱਖ ਰੱਖੇ ਅੱਛਾ ਹੁਣ ਤਾਂ ਘੋੜੇ ਵਾਲੇ ਆਏ ਨਹੀਂ ਅੱਛਾ ਕੋਈ ਘਰੇ ਕੋਈ ਲੇਟ ਹੋ ਜਾਂਦੇ ਆ ਘੋੜੇ ਵਾਲੇ ਕਿੱਧਰ ਗਏ ਆ ਦੋਨਾਂ ਨੂੰ ਕਹਿੰਦੇ ਆ ਦੋਨਾਂ ਨੂੰ ਹੀ ਘੋੜਿਆਂ ਨਾਲ ਨਾ ਹੀ ਘੋੜਿਆਂ ਨਾਲ ਰੱਖ ਰੱਖੇ ਅੱਛਾ ਅੱਛਾ ਤੁਹਾਨੂੰ ਇਹ ਸ਼ੁਰੂ ਤੋਂ ਸ਼ੌਂਕ ਸੀਗਾ ਵੀ ਸਾਡੀ ਨੂੰਹ ਵੀ ਘੋੜਾ ਚਲਾਇਆ ਕਰੇ ਜਾਂ ਜਦੋਂ ਇਹ ਆਈ ਇਹ ਤਾਂ ਜਦੋਂ ਨਾ ਸ਼ੁਰੂ ਸਾਡੇ ਤਾਂ ਨਾ ਹੀ ਅਸੀਂ ਘੋੜਾ ਰੱਖਿਆ ਸੀ ਤਾਂ ਨਾ ਹੀ ਆ ਹੁਣ ਵੀ ਬਸ ਜਦੋਂ ਘੋੜਾ ਰੱਖਿਆ ਨਾ ਤੇ ਹੁਣ ਹੀ ਸ਼ੌਂਕ ਹੋਇਆ ਤੇ ਮੇਰਾ ਵੀ ਸ਼ੌਂਕ ਹੈ ਵੀ ਮੈਂ ਵੀ ਕਦੇ ਘੋੜਾ ਚਲਾਉਂਗਾ ਤੇ ਵੈਸੇ ਮੈਂ ਜਿਹਦਾ ਘੋੜ ਸਵਾਰੀ ਨਹੀਂ ਕੀਤੀ ਨੂੰਹ ਨੂੰ ਕਰਾ ਨੂੰਹ ਨੂੰ ਕਰਾ ਤੇ ਅੱਛਾ ਚੰਗੀ ਗੱਲ ਹੈ ਤਾਂ ਅੰਕਲ ਜੀ ਰਿਟਾਇਰਮੈਂਟ ਵਾਲੇ ਦਿਨ ਲਿਆਏ ਸੀ ਹਾਂ ਹਾਂ ਰਿਟਾਇਰਮੈਂਟ ਵਾਲੇ ਦਿਨ ਲੈ ਕੇ ਆਏ ਸੀ ਉਹਨੂੰ ਅੱਛਾ ਉਹ ਰਿਟਾਇਰਮੈਂਟ ਚ ਆਇਆ ਸੀ ਉਹ ਪਰਿਵਾਰ ਦਾ ਹਿੱਸਾ ਹੀ ਹੈ ਇੱਕ ਅੱਛਾ ਕਿਉਂਕਿ ਸਾਰੇ ਜਾਨਵਰ ਤਾਂ ਨਹੀਂ ਆ ਸਕਦੇ ਅੱਛਾ ਇਹ ਹਰਿਆਣਵੀ ਤੇ ਪੰਜਾਬੀ ਦਾ ਸੁਮੇੜ ਕਿਵੇਂ ਦਾ ਰਿਹਾ ਲਗਭਗ ਕੋਈ ਉਹ ਨਹੀਂ ਹੁੰਦਾ ਇਹਨਾਂ ਦੇ ਆਪਣੇ ਰੀਤੀ ਰਿਵਾਜ ਆ ਜਿਹੜੇ ਇੱਕੋ ਹੀ ਚੀਜ਼ ਹੁੰਦੇ ਆ ਕੋਈ ਉਹ ਨਹੀਂ ਹੁੰਦੇ ਵੀ ਆਪਾਂ ਇਹਨਾਂ ਦੇ ਕਹਿਣ ਦਾ ਭਾਤ ਬੋਲਦੇ ਨੇ ਆਪਾਂ ਨਾਨਕ ਸਿੱਖ ਬੋਲਦੇ ਨੇ ਆ ਅੱਛਾ ਕਦੇ ਕਦੇ ਤੁਸੀਂ ਵੀ ਗੇਰ ਹਰਿਆਣਵੀ ਵਾਲਾ ਪਾ ਰਹੇ ਹੋ ਨਾ ਵਿੱਚ ਵਿੱਚ ਨਹੀਂ ਫਿਰ ਉਹ ਫਿਰ ਬਾਅਦ ਜ਼ਿਆਦਾ ਟਾਈਮ ਹੋ ਗਿਆ ਨਾ ਇੱਥੇ ਰਹਿੰਦਿਆਂ ਨੂੰ ਹਰਿਆਣੇ 'ਚ ਸਰਵਿਸ ਕਰਦੇ ਉਹਨੂੰ ਤਾਂ ਫਿਰ ਉਹ ਆਪਾਂ ਤਾਂ ਸਾਰੀ ਲੈਂਗੁਏਜ ਹੀ ਹੈ ਕਿਉਂਕਿ ਹਰਿਆਣੇ ਵਾਲੇ ਪਾਸੇ ਮੰਨ ਲਓ ਇੱਧਰ ਰਾਜਸਥਾਨ ਵੀ ਪੋਖਰਣ ਤੱਕ ਚੱਲੇ ਬੱਸ ਲੈ ਕੇ ਤਾਂ ਫਿਰ ਉੱਥੋਂ ਦੇ ਲੋਕਾਂ ਨਾਲ ਉੱਥੋਂ ਦੀ ਹਿਸਾਬ ਨਾਲ ਬੋਲਣੀ ਬੋਲਦੀ ਅੱਛਾ ਜੇ ਇਹ ਮੰਨ ਲਓ ਉੱਥੇ ਠੇਠ ਪੰਜਾਬੀ ਬੋਲਣ ਉਹ ਜਿਹੜੇ ਪੋਖਰਣ ਸਾਈਡ ਦੇ ਲੋਕ ਹੈ ਹੋਰ ਉਹਨਾਂ ਨੂੰ ਠੇਠ ਪੰਜਾਬੀ ਨਾ ਆਵੇ ਫਿਰ ਉਹ ਐਡਜਸਟ ਕਰਨਾ ਪੈਂਦਾ ਉਹ ਡਰਾਈਵਰ ਕੰਡਕਟਰ ਹੋ ਗਏ ਜਾਂ ਜਿਹੜੇ ਟਰੈਵਲਰ ਹੋ ਗਏ ਉਹਨਾਂ ਨੂੰ ਲਗਭਗ ਸਾਰੀਆਂ ਲੈਂਗੁਏਜ ਐਡਜਸਟ ਕਰਨੀਆਂ ਆਉਂਦੀਆਂ ਅੱਛਾ ਜਦੋਂ ਤੁਸੀਂ ਵਿਆਹ ਕੇ ਪੈਣੇ ਪੇਕੇ ਗਏ ਆਪਦੇ ਹਾਂਜੀ ਤੇ ਤੁਸੀਂ ਉਹਨਾਂ ਨੂੰ ਦੱਸਿਆ ਵੀ ਮੇਰੇ ਸਹੁਰਾ ਸਾਹਿਬ ਕਹਿੰਦੇ ਵੀ ਤੈਨੂੰ ਘੋੜ ਸਵਾਰੀ ਸਿਖਾਉਣੀ ਆ ਅਸੀਂ ਤੇ ਘੋੜ ਸਵਾਰੀ ਕਰਨੀ ਆ ਇਹ ਗੱਲਬਾਤ ਘਰਦੇ ਨਾਲ ਕਰੀ ਕੀ ਗੱਲਬਾਤ ਸੀ ਮੈਂ ਲੱਗਦਾ ਉਦੋਂ ਪਹਿਲਾਂ ਤੂੰ ਵੀਡੀਓ ਬਣਾ ਕੇ ਘਰੇ ਗਈ ਸੀਗੀ ਹਾਂ ਕੀ ਗੱਲਬਾਤ ਸੀ ਸਾਰੀ ਦੱਸਿਓ ਨਾ ਮਤਲਬ ਮੇਰਾ ਜੋ ਪੜਦਾਦਾ ਹੋ ਰਹੀ ਥੇ ਹਮਾਰੇ ਵੋ ਰਖਤੇ ਥੇ ਸਟਾਰਟਿੰਗ ਸੇ ਹੀ ਘੋੜੇ ਵਗੈਰਾ ਮੇਰੇ ਪਾਪਾ ਨੇ ਤੋ ਰਾਈਡਿੰਗ ਨਹੀਂ ਕੀ ਲੇਕਿਨ ਦੇਖੇ ਜ਼ਰੂਰ ਹੈ ਕੇਅਰ ਮਤਲਬ ਕੀ ਹੋਈ ਹੈ ਇਨ ਚੀਜ਼ੋਂ ਕੀ ਤੁਸੀਂ ਨਹੀਂ ਦੇਖੇ ਹਾਂਜੀ ਮੈਨੇ ਨਹੀਂ ਦੇਖੇ ਮਤਲਬ ਪਾਪਾ ਕੇ ਟਾਈਮ ਪੇ ਰਖਤੇ ਥੇ ਫਿਰ ਜਬ ਮੈਂ ਗਈ ਤਬ ਮੇਰੇ ਪਾਪਾ ਨੇ ਵੀਡੀਓ ਦੇਖ ਲਈ ਥੀ ਦੇਖ ਲਈ ਥੀ ਮਤਲਬ ਮੇਰੇ ਪਾਪਾ ਕੇ ਚਾਰ ਪੰਜ ਦੋਸਤ ਵੀ ਮਿਲਤੇ ਥੇ ਤੋ ਹਾਂ ਵੋ ਕਹਤੇ ਥੇ ਵੀ ਇਹ ਆਪਕੀ ਬੇਟੀ ਹੈ ਕਿ ਜੋ ਹੋਰਸ ਰਾਈਡਿੰਗ ਕਰਤੀ ਹੈ ਮੇਰੇ ਪਾਪਾ ਕਹਤੇ ਹਾਂ ਹਾਂਜੀ ਮੇਰੀ ਬੇਟੀ ਹੈ ਤੋ ਕਹਤੇ ਕਹਾਂ ਰਿਸ਼ਤਾ ਕੀ ਹੈ ਕਿ ਉਨਕੇ ਘਰ ਪੇ ਕੀ ਹੈ ਕਹਤੇ ਕਿ ਲੜਕੀ ਕੇ ਸਾਰੇ ਸਾਰੇ ਬਈ ਸ਼ੌਂਕ ਪੂਰੇ ਕਰ ਰਹੇ ਹੈ ਬਹੁਤ ਬੜੀਆ ਜਗ੍ਹਾ ਰਿਸ਼ਤਾ ਕੀਆ ਤੁਮਨੇ ਫਿਰ ਪਾਪਾ ਕੋ ਨਾ ਇਹ ਪ੍ਰਾਊਡ ਫੀਲ ਹੋਤਾ ਥਾ ਵੀ ਮੇਰੀ ਗੁੜੀਆ ਯਹਾਂ ਤੱਕ ਪਹੁੰਚ ਗਈ ਹੈ ਅੱਛਾ ਤੁਸੀਂ ਜਦੋਂ ਵਿਆਹ ਕੇ ਜਾਂਦੇ ਹੋ ਵਿਆਹ ਕੇ ਆਪਣੇ ਪੇਕੇ ਪਰਿਵਾਰ 'ਚ ਵਾਪਸ ਜਾਂਦੇ ਹੋ ਤਾਂ ਉਦੋਂ ਉਹਨਾਂ ਨੇ ਤੁਹਾਡੀ ਵੀਡੀਓ ਦੇਖ ਰਹੀ ਸੀ ਹਾਂਜੀ ਅੱਛਾ ਹੁਣ ਵਿਆਹ ਕੇ ਇਹ ਭੈਣ ਹੋ ਰਹੀ ਆਏ ਤਾਂ ਹੁਣ ਇਹ ਕੀ ਕੰਮ ਕਰਦੇ ਆ ਜਾਂ ਇਹ ਸੇਵਾ ਤੇ ਚਲੇ ਜਾਂਦੇ ਉੱਥੇ ਜਾਨਵਰ ਪੰਛੀਆਂ ਦੀ ਕਰਨ ਸੁਬਹ ਕੰਮ ਵੀ ਕਰਦੇ ਨੇ ਹਾਂ ਰੋਟੀ ਰੋਟੀ ਬਣਾ ਕੇ ਜਿਵੇਂ ਖਾ ਕੇ ਆਪਦਾ ਨਹਾ ਨੂ ਕੇ ਜੇ ਕਿਸੇ ਨੇ ਵੀ ਆਉਣਾ ਹੋਵੇ ਉੱਧਰ ਵੀਡੀਓ ਬਣਾਉਣ ਫਿਰ ਇਹਨਾਂ ਨੂੰ ਐਂ ਵੀ ਕਹਿੰਦੇ ਨੇ ਵੀ ਤੁਸੀਂ ਜਲਦੀ ਵਗ ਜਾਓ ਅੱਛਾ ਨਹੀਂ ਵੀ ਤੁਸੀਂ ਭੁੱਖੇ ਨਾ ਰਹਿ ਜੇ ਵੀ ਤੁਸੀਂ ਰੋਟੀ ਖਾ ਕੇ ਵਗ ਜਾਓ ਇੱਕ ਰੁਟੀਨ ਕੀ ਹੁੰਦਾ ਹੈ ਇਹਨਾਂ ਦਾ ਸੇਵਾ ਕਰਨ ਜਾਂਦੇ ਇਹ ਪੱਕਾ ਟਾਈਮ ਬਣਿਆ ਹਾਂ ਜਾਂਦੇ ਜਾਂਦੇ ਡਿਊਟੀ ਵਾਲਾ ਟਾਈਮ ਹੀ ਹੈ ਬਸ ਅੱਛਾ ਜਾਣੇ ਜਾਣਾ ਕੰਮ ਕਰਨਾ ਅੱਛਾ ਇੱਕ ਨੂੰ ਸੱਸ ਦੀ ਇਹ ਹੁੰਦੀ ਆ ਵੀ ਜੇ ਮੈਂ ਪਈਆਂ ਤਾਂ ਮੇਰੀ ਨੂੰ ਕੰਮ ਕਰਦੀ ਹੋਵੇ ਅਕਸਰ ਸਾਡੇ ਇਹੀ ਫਿਤਰਤ ਹੁੰਦੀ ਹੈ ਔਰਤਾਂ ਦੀ ਹਨਾ ਮੈਂ ਇਹਨਾਂ ਨੂੰ ਬੰਦ ਕਰਦੀ ਮੈਂ ਇਹਨਾਂ ਨੂੰ ਬੰਦ ਕਰਦੀ ਅੱਛਾ ਤੁਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਤੂੰ ਉਹ ਉਹਦਾ ਖੜਾ ਛੱਡ ਉਹਦਾ ਮੁੰਡਾ ਕਰੀ ਜਾਂਦਾ ਚੱਲ ਸਾਡਾ ਵੀ ਤੂੰ ਇੱਧਰ ਘਰ ਦੀਆਂ ਜ਼ਿੰਮੇਵਾਰੀਆਂ ਸਾਂਭ ਘਰ ਦੇ ਕੰਮ ਕਰ ਐ ਨਹੀਂ ਕਹਿੰਦੀ ਮੈਂ ਕਹਿੰਦੀ ਨਹੀਂ ਮੈਂ ਇਹਨਾਂ ਨੂੰ ਕਹਿ ਦਿੰਦੀ ਹਾਂ ਸੁਣ ਕਦੀ ਮੈਂ ਵਿੱਚ ਨੂੰ ਕੰਮ ਦੇ ਲੱਗੂ ਥੋੜੇ ਹੱਥ ਬਣਾਉਂਗੀ ਜੇ ਤੁਸੀਂ ਕੰਮ ਕਰੋਗੇ ਮੈਂ ਕਰੂੰ ਤੁਹਾਡੇ ਨਾਲ ਅੱਛਾ
ਹੋਰ ਤੁਸੀਂ ਇਹ ਵੀ ਕਹਿ ਦਿੰਦੇ ਵੀ ਤੁਸੀਂ ਸੇਵਾ ਕਰੋ ਘਰ ਦੇ ਕੰਮ ਮੈਂ ਕਰਨ ਹਾਂ ਸੇਵਾ ਮੈਂ ਆਪ ਵਾਧੂ ਕਰਦੀ ਹਾਂ ਪਹਿਲਾਂ 61 ਸਾਲ ਦਾ ਕੁੱਤਾ ਪਾਲਿਆ ਸੀ ਘਰੇ ਛੋਟਾ ਜਿਹਾ ਉਹ ਮੁੱਕ ਗਿਆ ਹੁਣ 61 ਸਾਲ ਦਾ ਹੋ ਗਿਆ ਸੀ ਉਹਨੂੰ ਕੋਈ ਲੈ ਗਿਆ ਬਾਹਰੋਂ ਗਲੀ ਹੁਣ 4 ਦਾ ਫੇਰ ਚੋਰੀ ਕਰਕੇ ਲੈ ਗਿਆ ਤੇ ਉਹ ਸਾਰੇ ਉਹਨਾਂ ਦੇ ਡੋਂਗੇ ਧੋਣੇ ਰੋਟੀ ਪਾਣੀ ਧੋਣਾ ਉਹਨਾਂ ਨੂੰ ਨਹੀਂ ਪਾਉਣਾ ਹੁਣ ਗਰਮੀ ਆ ਜੂਗੀ ਦੋ ਤਿੰਨ ਵਾਰ ਉੱਤੇ ਕੁੰਡੇ ਭਰ ਕੇ ਆਇਆ ਕਰੂੰਗੀ ਕੋਰੇ ਧੋ ਧੋ ਕੇ 5-7 ਕੁੰਡੇ ਛੱਤ ਤੇ ਦਾਣਾ ਪਾਉਣਾ ਸਾਰਾ ਕੁਛ ਸਾਰੇ ਭਰ ਕੇ ਧੋ ਕੇ ਵੀ ਦੁਪਹਿਰ ਵਾਲੇ ਟਾਈਮ ਵੀ ਕਿਤੇ ਪਾਣੀ ਨਾ ਸੁੱਕ ਗਿਆ ਹੋਵੇ ਕੁੰਡਿਆਂ 'ਚ ਵੀ ਦੁਬਾਰੇ ਪਾਇਆ ਅੱਗੇ ਅੱਛਾ ਬਾਈ ਜਸਪਾਲ ਇਹ ਚੀਜ਼ ਦਾ ਪਹਿਲਾਂ ਡਰ ਹੈਗਾ ਸੀਗਾ ਜਿਵੇਂ ਤੁਸੀਂ ਆਪਦੇ ਘਰਦਿਆਂ ਨੂੰ ਵੀ ਇਹ ਗੱਲਾਂ ਕਹਿੰਦੇ ਰਹੇ ਵੀ ਰਿਸ਼ਤਾ ਇਹੋ ਜਿਹਾ ਲਿਓ ਅਤੇ ਉਦੋਂ ਇਹ ਚੀਜ਼ਾਂ ਦਾ ਡਰ ਹੈਗਾ ਸੀ ਜਿਵੇਂ ਅੰਕਲ ਜੀ ਹੋਰਾਂ ਦੇ ਗੱਲਾਂ 'ਚੋਂ ਗੱਲ ਨਿਕਲੀ ਵੀ ਇਹ ਤਾਂ ਇੱਥੇ ਤੱਕ ਵੀ ਡਰਦਾ ਸੀਗਾ ਵੀ ਮੈਨੂੰ ਕਿਤੇ ਇਹੋ ਜਿਹੀ ਜਗ੍ਹਾ ਨਾ ਵਿਆਹ ਦਿਓ ਜਿੱਥੇ ਕੱਲ੍ਹ ਨੂੰ ਮੈਂ ਤੈਰਾਕ ਕਰਾਉਂਦਾ ਫਿਰਾਂ ਅਤੇ ਉਹ ਇਹ ਚੀਜ਼ਾਂ ਤੋਂ ਨਫ਼ਰਤ ਉਹ ਜ਼ਿਆਦਾ ਸੀਗਾ ਉਹ ਜੇ ਆਪਾਂ ਦੇਖੇ ਹੋਏ ਆ ਬਈ ਆਪਣੇ ਫਰੈਂਡ ਸਰਕਲ ਦੇ ਵਿੱਚ ਵੀ ਕਈ ਇਹੋ ਜਿਹੇ ਮੁੰਡੇ ਦੇ ਰਿਸ਼ਤੇ ਹੋਏ ਹੈ ਚੰਗੇ ਮਤਲਬ ਅਗਲਾ ਸੋਚਦਾ ਹੀ ਹੈ ਵੀ ਗਰੀਬ ਘਰ ਦੀ ਕੁੜੀ ਲਵਾਂਗੇ ਗਰੀਬ ਘਰ ਦੀ ਕੁੜੀ ਲਵਾਂਗੇ ਉਹ ਗਰੀਬ ਘਰ ਦੀ ਵੀ ਨਹੀਂ ਟਿਕਦੀ ਕਿਸੇ ਦੇ ਚੰਗੇ ਘਰ ਦੀ ਵੀ ਨਹੀਂ ਟਿਕਦੀ ਉਹ ਜਦੋਂ ਬੋਂਡਿੰਗ ਨਾ ਬਣੇ ਨਾ ਹਸਬੈਂਡ ਵਾਈਫ ਦੇ ਵਿੱਚ ਉਦੋਂ ਫਿਰ ਰਿਸ਼ਤਾ ਲੰਮਾ ਨਹੀਂ ਚੱਲਦਾ ਹੁੰਦਾ ਫਿਰ ਆਪਾਂ ਨੂੰ ਉਹੀ ਸੀਗਾ ਬਈ ਯਾਰ ਉਹੀ ਜਿਹਾ ਰਿਸ਼ਤਾ ਹੋਵੇ ਜਿਹਦੇ 'ਚ ਬੋਂਡਿੰਗ ਦੋਨਾਂ ਦੀ ਸੇਮ ਹੀ ਹੋਵੇ ਵੀ ਥਿੰਕਿੰਗ ਹਾਂ ਥਿੰਕਿੰਗ ਸੇਮ ਹੋਵੇ ਸ਼ੌਂਕ ਇੱਕੋ ਜਿਹੇ ਹੋਣ ਸਾਰੇ ਅੰਡਰਸਟੈਂਡਿੰਗ ਹੋਵੇ ਉਹ ਰਿਸ਼ਤਾ ਕਾਮਯਾਬ ਹੋਊਗਾ ਵੀ ਜੇ ਮੰਨ ਲਓ ਇੱਕ ਇੱਧਰਲੇ ਪਾਸੇ ਨਹੀਂ ਜਾਂਦਾ ਇੱਕ ਉੱਧਰਲੇ ਪਾਸੇ ਨਹੀਂ ਜਾਂਦਾ ਉਹ ਡਾਂਗ ਖੜਕੀ ਜਾਵੇ ਉਹ ਫੋਨ ਕਰਦੇ ਆਪਦੇ ਘਰਦਿਆਂ ਨੂੰ ਤੁਸੀਂ ਆ ਜਾਓ ਉੱਧਰੋਂ ਮਾਂ ਪਿਓ ਆ ਜਾਣ ਭਰਾ ਆ ਜੇ ਉਹ ਇੱਥੇ ਕਲੇਸ਼ ਕਰਨ ਦੋ ਚਾਰ ਵਾਰੀ ਪੰਚਾਇਤਾਂ ਹੋਣ ਉਦੋਂ ਬਾਅਦ ਅਗਲਾ ਕਹਿੰਦਾ ਬਾਈ ਤੁਸੀਂ ਆ ਫਿਰ ਫਾਇਦਾ ਕੀ ਦੱਸੋ ਤੁਸੀਂ ਇਹ ਚੀਜ਼ਾਂ ਤਾਂ ਹੀ ਆਪਦਾ ਰਿਸ਼ਤਾ ਛੇਤੀ ਨਹੀਂ ਕਰਾਇਆ ਹਨਾ ਭਾਵੇਂ ਯਾਰ ਟਾਈਮ ਲੰਮਾ ਟੱਪ ਜਾਵੇ ਬਾਈ ਅੱਗੇ ਕੀ ਪਤਾ ਕਿੰਨੇ ਸਾਲ ਦੀ ਜ਼ਿੰਦਗੀ ਹੈ ਕੋਈ ਸਾਲ ਦੋ ਸਾਲ ਲੇਟ ਹੋ ਜਾਈਏ ਪਰ ਅੱਗੇ ਕੀ ਪਤਾ ਕਿੰਨੇ ਲੰਮੀ ਜ਼ਿੰਦਗੀ ਹੈ ਇਹ ਜੀ ਅੱਛਾ ਤੁਹਾਨੂੰ ਤੁਸੀਂ ਕਦੇ ਸੋਚਿਆ ਵੀ ਸੀ ਵੀ ਤੁਹਾਨੂੰ ਇਹੋ ਜਿਹੇ ਸਹੁਰੇ ਮਿਲ ਜਾਣਗੇ ਜਾਂ ਇਹੋ ਜਿਹੇ ਸਹੁਰਿਆਂ ਦੀ ਭਾਲ ਕਰਦੇ ਸੀ ਤੁਹਾਡੇ ਘਰ ਵਾਲੇ ਨਹੀਂ ਐਸਾ ਤਾਂ ਮੈਂ ਨਹੀਂ ਸੋਚਿਆ ਤਾਂ ਵੀ ਇਹੋ ਜਿਹੇ ਮਿਲ ਜਾਣਗੇ ਉਹ ਵਾਲੀ ਗੱਲ ਦੱਸ ਜਿਹੜੀ ਮੈਂ ਘਰ ਜਾਂਦਾ ਸੀਗਾ ਉਦੋਂ ਪਹਿਲਾਂ ਦਾਦੀ ਆਖੀ ਜਾਂਦੀ ਸੀਗੀ ਮਤਲਬ ਹਰਿਆਣਵੀ ਮੈਂ ਬੋਲਤੇ ਹੈ ਨਾ ਮੇਰੀ ਦਾਦੀ ਵੀ ਕਿ ਜੈਸੇ ਹਮਾਰੇ ਲਗਭਗ ਜੋ ਬਟੇਊ ਬੋਲਤੇ ਹੈ ਹਮਾਰੇ ਜੋ ਮਤਲਬ ਜਵਾਈ ਕੋ ਤੋ ਵੀ ਆਪਣੇ ਤੋਂ ਅਲਗ ਬਿਠਾਤੇ ਹੈ ਉਸਕੋ ਵੀ ਫੈਮਿਲੀ ਕੇ ਸਾਥ ਜ਼ਿਆਦਾ ਅਟੈਚਮੈਂਟ ਨਹੀਂ ਹੋਤੀ ਹੈ ਇੱਕ ਨਾ ਸ਼ਰਮ ਹੋਤੀ ਹੈ ਬੀਚ ਮੇ ਲੇਕਿਨ ਯੇ ਹਾਂ ਅਬ ਯੇ ਗਏ ਨਾ ਤੋ ਬੀਚ ਮੇ ਸਭ ਕੇ ਬੀਚ ਮੇ ਬੈਠੇ ਹੈ ਬਿਲਕੁਲ ਫ੍ਰੈਂਕਲੀ ਹੈ ਸਭ ਸੇ ਬਾਤ ਕਰ ਰਹੇ ਹੈ ਤੋ ਮੇਰੀ ਦਾਦੀ ਨੇ ਯੇ ਬਾਤ ਬੋਲੀ ਕਿ ਵੀ ਐਸਾ ਬਟੇਊ ਤੋ ਟੋਣੇ ਸੇ ਵੀ ਨਹੀਂ ਮਿਲਤਾ ਅੱਛਾ ਯੇ ਹੈ ਜੇ ਤਾਂ ਰੱਬੇ ਤੋਂ ਵੀ ਨਹੀਂ ਮਿਲਦਾ ਹਾਂਜੀ ਦਾਦੀ ਦੀ ਤਕੜੀ ਹੈ ਜੀ ਇਹ ਤਾਂ ਉਹਨਾਂ ਨੇ ਆਪਾਂ ਨੂੰ ਲੱਭ ਲਿਆ ਅੱਛਾ 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 ਤੇ ਕਿਵੇਂ ਦਾ ਰਿਹਾ ਤੁਹਾਡਾ ਅਹਿਸਾਸ ਇਹ ਪਰਿਵਾਰ ਦੇ ਵਿੱਚ ਆ ਕੇ ਜੁੜਨ ਦਾ ਤੁਹਾਡੀ ਸੱਸ ਸਹੁਰੇ ਦਾ ਪਿਆਰ ਕਿਵੇਂ ਦਾ ਰਿਹਾ ਤੁਹਾਨੂੰ ਧੀਆਂ ਵਾਂਗੂ ਰੱਖਿਆ ਤੁਹਾਨੂੰ ਹਾਂਜੀ ਬਿਲਕੁਲ ਕਿਉਂਕਿ ਮੈਂ ਵਾਂ ਵੀ ਮੇਰਾ ਬੈਕਗਰਾਊਂਡ ਅੱਛਾ ਹੈ ਮਤਲਬ ਮੈਂ ਬਾਹਰ ਹੀ ਸਟੱਡੀ ਕਰੀ ਹੈ ਆਲਮੋਸਟ ਮੈਨੇ ਹਿਸਾਰ ਰਹੀ ਹੂੰ ਮੈਂ ਚੰਡੀਗੜ੍ਹ ਵੀ ਰਹੀ ਹੂੰ ਤੋ ਸਭ ਕੁਛ ਮਤਲਬ ਓਪਨ ਥਾ ਤੋ ਐਸਾ ਹੀ ਇਨਵਾਇਰਮੈਂਟ ਮੇਰੇ ਕੋਈ ਹੈ ਕਿਸੇ ਚੀਜ਼ ਕੀ ਨਾ ਰੋਕ ਟੋਕ ਹੈ ਮਤਲਬ ਸਭ ਕੁਛ ਪਰਫੈਕਟ ਹੈ ਸ਼ਾਦੀ ਸੇ ਪਹਿਲੇ ਹੀ ਬਾਤ ਚੱਲ ਰਹੀ ਥੀ ਕਿ ਹਮਨੇ ਥਾਰ ਲੈਣੀ ਹੈ ਲੈਣੀ ਹੈ ਫਿਰ ਇੱਕ ਦੋ ਕੋਈ ਨਿਕਲ ਜਾਤਾ ਹੈ ਕਿ ਥਾਰ ਨਾਲੋ ਅੱਛੀ ਨਹੀਂ ਹੈ ਬਾਅਦ ਮੇ ਕੋਈ ਅੱਛੀ ਪ੍ਰੋਫਾਈਲ ਕੀ ਗਾੜੀ ਲੈ ਲੈਣਾ ਕੁਛ ਥਾਰ ਨਾਲੋ ਨਾ ਬਈ ਹੁਣ
ਐਂ ਹੋ ਰਿਹਾ ਵੀ 18-20 ਲੱਖ ਰੁਪਇਆ ਯਥਾਰ 'ਤੇ ਲਾਈਏ, ਉਹਨੇ 'ਚ ਜਗ੍ਹਾ ਲੈ ਲਈਏ ਇੱਥੇ ਸ਼ਹਿਰ ਦੇ ਨੇੜੇ, ਵੀ ਜਗ੍ਹਾ ਲੈ ਕੇ ਉੱਥੇ ਫਾਰਮ ਹਾਊਸ ਕਰੀਏ, ਉੱਥੇ ਘੋੜੇ ਵਧਾਵਾਂਗੇ ਥੋੜ੍ਹੇ। ਹੁਣ ਅਸੀਂ ਲੜ ਪੈਂਦੇ ਕਈ ਵਾਰੀ, ਮੈਂ ਬੈਠੂੰ ਦਾਨਵੀਰ ਇੱਕ ਹੈ, ਹੁਣ ਕਿਹਨੂੰ ਕਿਹਨੂੰ ਝੂਟਾ ਦੇਊਗਾ, ਅਤੇ ਉੱਥੇ ਇੱਕ ਦੋ ਹੋਰ ਵਧਾਵਾਂਗੇ। ਫਿਰ ਬਾਪੂ ਦਾ ਜ਼ਿਆਦਾ ਸ਼ੌਂਕ ਹੈ ਹੋਰਸ ਰਾਈਡਿੰਗ ਵਾਲਾ, ਪਰ ਸਰੀਰ ਭਾਰ ਹੈ ਅਤੇ ਉਮਰ ਰਿਟਾਇਰਮੈਂਟ ਦੇ ਉੱਤੇ ਨਾ ਇਹਨਾਂ ਨੇ ਮੈਨੂੰ ਗਿਫਟ ਕਰਨੀ ਸੀ ਥਾਰ, ਹਾਂ, ਅਤੇ ਉਹ ਮੈਂ ਮੂਡ ਬਣਾਇਆ ਸੀਗਾ, ਇਹਨਾਂ ਨੇ ਮੂਡ ਬਣਾਇਆ ਸੀ, ਮੈਨੂੰ ਦੱਸਿਆ ਵੀ ਨਹੀਂ ਸੀ, ਮੈਨੂੰ ਇਹਦੇ ਮੰਮੀ ਨਾਲ ਦੱਸਿਆ ਵੀ ਇਹ ਨਾ ਕੋਈ ਹੋਰ ਹੀ ਪੰਗੇ ਲੈਂਦੇ ਫਿਰਦੇ ਆ, ਕੀ ਦੇਣਗੇ, ਮੈਂ ਕੀ ਪੰਗੇ ਲੈਂਦੇ ਫਿਰਦੇ ਆ ਇਹਦੇ, ਕਹਿੰਦੇ ਨਾ ਇਹ ਥਾਰ ਥੂਰ ਕਹਿੰਦੇ ਆਪਾਂ ਦੀ ਕੀ ਹੁੰਦੀ ਹੈ, ਉਹ ਦੇਣਗੇ ਤੈਨੂੰ। ਮੈਂ ਕਿਹਾ ਆਪਣੇ ਕੋਲ ਗੱਡੀ ਹੈਗੀ, ਵੈਨੂ ਗੱਡੀ ਸਾਡੇ ਕੋਲ, ਅਤੇ ਇੱਕ ਹੋਰ ਗੱਡੀ ਹੈਗੀ ਡਟਸਨ ਹੈ, ਦੋ ਗੱਡੀਆਂ, ਮੈਂ ਕਿਹਾ ਆਪਾਂ ਥਾਰ ਕੀ ਕਰਨੀ ਹੈ, ਆਪਾਂ ਕੋਈ ਹੋਰ ਕੋਈ ਦੇਖਾਂਗੇ ਮੈਂ ਰਹਿਣ ਦੇ, ਪਰ ਮੈਂ ਮਨਾ ਕੀਤਾ ਇਹਨਾਂ ਨੂੰ। ਥਾਂ ਲੈ ਕੇ ਨਾ ਉੱਥੇ ਫਿਰ ਫਾਰਮ ਹਾਊਸ ਬਣਾਈਏ, ਫਿਰ ਹੁਣ ਫਾਰਮ ਹਾਊਸ ਬਣ ਗਿਆ, ਉੱਥੇ ਬਾਪੂ ਨੂੰ ਕਹਿਤਾ ਤੜਕੇ ਨਹਾ ਧੋ ਕੇ ਚਿੱਟੇ ਕੱਪੜੇ ਪਾ ਕੇ ਮੂੜਿਆਂ 'ਤੇ ਬਹਿ ਜਾ ਕਰੋ, ਉੱਥੇ ਬੰਦਾ ਰੱਖ ਦਾਂਗੇ, ਉਹ ਘੋੜੇ ਜਾਨਵਰ ਹੋਰ ਜਿਹਨੇ ਰੱਖਣੇ ਆ ਉਹ ਸਾਂਭੀ ਜਾਇਆ ਕਰੂਗਾ, ਆਪਦੀ ਰਿਟਾਇਰਮੈਂਟ ਵਾਲੀ ਜ਼ਿੰਦਗੀ ਰਿਟਾਇਰਮੈਂਟ ਵਾਲੇ ਹਿਸਾਬ ਨਾਲ ਹੀ ਜੀਓ। ਅੱਛਾ ਵੀ ਦੇਖ ਲਓ ਤੁਹਾਡੇ ਸ਼ੌਂਕ ਵੀ ਉਹੀ ਆ ਵੀ ਜਾਨਵਰ ਪਸ਼ੂ ਹੈ ਨਾ ਪੰਛੀਆਂ ਵਾਲੇ ਇਹੀ ਸ਼ੌਂਕ ਹੈ, ਜੇ ਇਨਵੈਸਟ ਕਰਨਾ ਤਾਂ ਕਰਨਾ ਵੀ ਇੱਧਰਲੇ ਪਾਸੇ ਆ, ਇੱਧਰਲੇ ਪਾਸੇ, ਮਤਲਬ ਆਪਾਂ ਐਂ ਨਾ ਸੋਚੀਏ ਯਾਰ ਵੀ ਇਹ ਆਪਾਂ ਨੂੰ ਇਨਕਮ ਦੇਣਗੇ, ਜੇ ਇਨਕਮ ਸੋਚ ਕੇ ਤੁਸੀਂ ਕੋਈ ਘੋੜਾ ਰੱਖਿਆ ਜਾਂ ਕੋਈ ਜਾਨਵਰ ਰੱਖਿਆ ਨਾ, ਬਈ ਵਫਾ ਨਹੀਂ ਦਿੰਦਾ, ਇਹ ਗਰੰਟੀ ਆ ਆਪਣੀ, ਜੇ ਤੁਸੀਂ ਉਹਦੀ ਸੇਵਾ ਸੋਚ ਕੇ ਉਹਨੂੰ ਰੱਖੋਗੇ ਫਿਰ ਵਫਾ ਦੇਊਗਾ, ਫਿਰ ਇਨਕਮ ਵੀ ਦੇਊਗਾ। ਪਰ ਜੇਕਰ ਤੁਸੀਂ ਐਂ ਸੋਚ ਲਿਆ ਵੀ ਆਪਾਂ ਘੋੜਾ ਲੈ ਕੇ ਆਉਂਦੇ ਹਾਂ ਅਤੇ ਉਹ ਘੋੜਾ ਆਪਾਂ ਨੂੰ ਕਮਾਈ ਹੀ ਦੇਊਗਾ, ਫਿਰ ਕਮਾਈ ਨਹੀਂ ਦਿੰਦਾ ਉਹ, ਫਿਰ ਵਫਾ ਵੀ, ਹਾਂ ਫਿਰ ਵਫਾ ਵੀ ਨਹੀਂ ਕਰਦੀ ਉਹ ਚੀਜ਼। ਉਹਨੂੰ ਸ਼ੌਂਕ ਦੇ ਹਿਸਾਬ ਨਾਲ ਰੱਖੋ ਵੀ ਹਾਂ ਇਹ ਆਪਣਾ ਸ਼ੌਂਕ ਹੈ। ਹੁਣ ਆਪਾਂ ਨੂੰ ਦਾਨਵੀਰ ਤੋਂ ਆਈ ਹੈ, ਮੈਂ ਵੀਡੀਓ ਬਣਾ ਵਧੀਆ ਰਾਈਡਿੰਗ ਕਰਾ ਜਾਂਦਾ, ਸਵਾਜ ਆ ਜਾਂਦਾ, ਠੀਕ ਹੈ। ਇਹਨੂੰ ਘਰ ਦੇ ਕੰਮਾਂ ਨੂੰ ਕਦੇ ਆਖੇ ਨਹੀਂ ਹੈਗਾ ਵੀ ਤੂੰ? ਨਹੀਂ, ਬਿਲਕੁਲ ਨਹੀਂ ਕਹਿੰਦੇ, ਨਾ ਕਿਸੇ ਨੂੰ ਸੁੱਤੇ ਨੂੰ ਉਠਾਵਾਂ ਮੈਂ, ਸੁੱਤੇ ਨੂੰ ਉਠਾਵੇ ਕਿਸੇ ਟਾਈਮ ਉੱਠਣ ਕੋਈ। ਅੱਛਾ, ਨਹੀਂ ਤੁਸੀਂ ਨੂੰ ਇਹ ਨਹੀਂ ਆਖਿਆ ਹੈਗਾ ਵੀ ਤੂੰ ਭਾਈ ਘਰ ਦੇ ਕੰਮ ਕਰ, ਤੂੰ ਉੱਧਰ ਕੀ ਕਰਨੇ ਜਾਂਦੀ ਆ? ਨਹੀਂ, ਕਦੇ ਨਹੀਂ ਆਖਿਆ। ਸੁਣ ਕਦੀ ਇਸ ਤਰ੍ਹਾਂ ਇਹ ਕਹਿੰਦੇ ਵੀ ਜੇ ਲੇਟ ਹੋ ਗਏ ਤੁਸੀਂ ਭੁੱਖੇ ਨਾ ਜਾਇਓ, ਘਰੋਂ ਰੋਟੀ ਖਾ ਕੇ ਜਾਇਓ। ਅੱਛਾ, ਰੋਟੀ ਵੀ ਬਣਾ ਕੇ ਦਿੰਦੇ ਹੋ? ਹਾਂ ਵੀ, ਰੋਟੀ ਖਾ ਕੇ ਭਗ ਜਾਓ। ਅੱਛਾ, ਇੱਕ ਤੁਹਾਡੇ ਪਰਿਵਾਰ ਦੀ ਗੱਲ ਅੰਕਲ ਜੀ ਬੜੀ ਵਧੀਆ ਲੱਗੀ ਮੈਨੂੰ, ਕਿ ਤੁਹਾਡੇ ਤੁਸੀਂ ਦੱਸਦੇ ਹੋ ਵੀ ਕੰਮ ਵਾਲੀਆਂ ਵੀ ਲੱਗੀਆਂ, ਪਰ ਜਿਹੜੀ ਅਸੀਂ ਉੱਧਰ ਆਪਣੇ ਜਾਨਵਰ ਪੰਛੀਆਂ ਦੀਆਂ ਰੋਟੀਆਂ ਬਣਾਉਣੀਆਂ ਨੇ ਉਹ ਅਸੀਂ ਸਾਰਾ ਟੱਬਰ ਆਪ ਆਪਦੇ ਹੱਥੀਂ ਬਣਾਉਣੇ, ਕੀ ਗੱਲਬਾਤ ਆ ਉਹ ਸਾਰੀ? ਇਹ ਨਾ ਬੇਟਾ ਉੱਥੇ ਫਿਰ ਬੱਚੇ ਆ, ਜਾਨਵਰ ਆ, ਉਹਨਾਂ ਨੂੰ ਵੀ ਮੁਰਗੇ ਵੀ ਹੈ, ਜੋ ਵੀ ਹੈ, ਜਿਤਨੇ ਕੁੱਤੇ ਵੀ ਆ, ਉਹਨਾਂ ਨੂੰ ਵੀ ਰੋਟੀ ਪਾਉਣੀ ਹੈ, ਤਾਂ ਰੋਟੀ ਫਿਰ ਬਣਦੀ ਹੈ। ਉਹ ਭੱਠੀ ਲਿਆ ਰੱਖੀ ਆਪਾਂ ਵੱਡੀ ਥੋੜ੍ਹੀ ਸਿਲੰਡਰ ਵਾਲੀ, ਅਤੇ ਕਿਉਂ ਛੋਟੇ ਚੁੱਲ੍ਹੇ 'ਤੇ ਰੋਟੀਆਂ ਨਹੀਂ ਬਣਦੀਆਂ, ਇਹ ਫਿਰ ਆਟਾ ਗੁੰਨ ਕੇ ਜਦੋਂ ਬੈਠ ਜਾਂਦੀਆਂ, ਫਿਰ ਪਰਿਵਾਰ ਦਾ ਤਾਂ ਇਸ ਤਰ੍ਹਾਂ ਨਾ ਵੀ ਜਦੋਂ ਰੋਟੀ ਵੇਲਣ ਲੱਗ ਗਏ ਜਿਹੜੇ ਦੇ ਹੱਥ 'ਚ ਆ ਗਿਆ ਬਸ ਉਹੀ ਵੇਲਣ ਲੱਗ ਜਾਊ, ਐਂ ਨਹੀਂ ਵੀ ਫਲਾਣੇ ਨੇ ਬਣਾਉਣੀ ਆ ਜਾਂ ਉਸਨੇ ਬਣਾਉਣੀ ਹੈ, ਜਿਹੜਾ ਬਣਾਉਣ ਲੱਗ ਗਿਆ ਉਹੀ ਹੈ। ਜੇ ਮੈਂ ਵਿਹਲਾ ਖੜਾਂ ਤਾਂ ਮੈਂ ਰੋਟੀਆਂ ਫਟਾਫਟ ਮੈਂ ਰਾੜਨ ਲੱਗ ਜਾਊਂਗਾ, ਭੱਠੀ 'ਤੇ ਰਾੜਨੀਆਂ ਰੋਟੀਆਂ, ਇਹ ਵੇਲ ਵੇਲ ਕੇ ਸਿੱਟੀ ਜਾਣਗੇ, ਅਤੇ ਸਾਡੀਆਂ ਕਈ ਵੀਡੀਆਂ ਮੇਰੀਆਂ ਰੋਟੀਆਂ ਬਣਾਉਂਦੀਆਂ ਦੀਆਂ ਆਈਆਂ ਹੋਈਆਂ ਵੀ ਉਹ ਬੜੀਆਂ। ਅੱਛਾ, ਕੀ ਗੱਲਬਾਤ ਹੈ ਬਾਈ ਸਾਰੀ? ਆਹ ਬੜੇ ਵਲੋਗ ਪਾਏ ਮੈਂ ਇਹਨਾਂ ਦੇ, ਫਿਰ ਕਈ ਵਾਰ ਤਾਂ ਮੈਨੂੰ ਕਹਿ ਵੀ ਦਿੰਦੇ ਉਹ ਘਰ ਵਾਲੇ ਦੀ ਵੀਡੀਓ ਨਾ, ਸਾਡੀ ਵੀਡੀਓ ਨਾ ਭਾਬੀ ਲੜ ਪੈਂਦੇ ਹੁੰਦੇ ਸੀਗੇ, ਮੰਮੀ ਵੀ ਸਾਡੀ ਸੇਵਾ ਕਰਦੇ ਨੇ, ਕੀ ਵੀਡੀਓ ਪਾਉਣੀ ਆ ਵੀ ਆਪਾਂ, ਸਾਡੀ ਵੀ ਵੀਡੀਓ ਬਣਾ, ਅਸੀਂ ਤਾਂ ਹੀ ਬਣਾ ਦਾਂਗੇ ਰੋਟ, ਭਾਬੀ ਮੰਗਵਾਈਏ। ਉਹ ਬੜੀ ਖਾਸ ਗੱਲ ਲੱਗੀ ਮੈਨੂੰ, ਤੁਸੀਂ ਭੱਠੀ ਘਰੇ ਲਿਆ ਰੱਖੀ, ਤੁਹਾਡੇ ਕੰਮ ਵਾਲੀਆਂ ਵੀ ਆਪ ਹੈਗੀਆਂ ਨੇ, ਤੇ ਤੁਸੀਂ ਰੋਟੀ ਆਪ ਬਣਾਉਂਦੇ ਹੋ ਆਪਣੇ ਜਾਨਵਰ ਪੰਛੀ? ਨਹੀਂ ਨਹੀਂ, ਰੋਟੀ ਅਸੀਂ ਆਪ ਬਣਾਉਂਦੇ ਨਹੀਂ, ਉਹਨਾਂ ਦੀ ਆਪ ਬਣਾਵਾਂਗੇ ਯਾਰ, ਉਹਨਾਂ ਦੇ ਵੀ ਜੇ ਮੰਨ ਲਾ ਆਪਾਂ ਮੁੱਲ ਪੈਸੇ ਦੇ ਕੇ ਉਹਨਾਂ ਦੀ ਰੋਟੀ ਬਣਵਾ ਕੇ ਫਿਰ ਸੇਵਾ ਕਾਹਦੀ ਹੋ ਗਈ, ਆਪ ਬਣਾਉਣੀਆਂ ਹੋਰ, ਉਹਨਾਂ ਦੀ ਆਪ ਬਣਾਉਂਦੇ ਆ ਸਾਰੇ, ਸਵੇਰੇ ਸ਼ਾਮ ਦੀ ਤੁਸੀਂ ਸਾਰੇ ਟੱਪਰ ਆਪ ਬਣਾਉਂਦੇ? ਸਾਰੇ ਸਾਰੇ ਬਈ, ਤੜਕੇ ਮੰਨ ਲਓ ਮੈਂ ਤੁਹਾਨੂੰ ਦੱਸਿਆ ਮੈਂ 9:15 ਜਿੰਮ ਤੋਂ ਆ ਗਿਆ, ਅਤੇ ਉਦੋਂ ਇਹਦਾ ਫੋਨ ਕਹੀ, ਉਹ ਤਾਂ ਫੋਨ ਆ ਜਾਂਦਾ ਜਿੰਮ 'ਚ, ਜਲਦੀ ਆ ਜਾਓ ਰੋਟੀ ਵੀ ਉਤਾਰਨੀ ਹੈ, ਰੋਟੀ ਲਾਉਣੀ ਹੈ, ਤਾਂ ਮਤਲਬ 9:15 ਜਿੰਮ ਤੋਂ ਆ ਗਏ 9:30 ਤੱਕ, ਉਹਨੂੰ ਆਟਾ ਗੁੰਨ ਕੇ ਬੈਠੀ ਹੁੰਦੀ ਹੈ, ਸਾਰਾ ਟੱਬਰ ਹੀ ਰੋਟੀਆਂ ਬਣਾਉਣ 'ਤੇ ਲੱਗਿਆ ਹੁੰਦਾ। ਹੋਰ ਵਧੀਆ ਯਾਰ, ਪੁੰਨ ਹੈ ਬਈ ਜਿੰਨਾ ਖੱਟਿਆ ਜਾਵੇ ਚੰਗਾ।
ਬਾਕੀ ਸ਼ਹਿਰ ਦਾ ਮਾਹੌਲ ਹੈ ਵੀਰ ਜੀ, ਸ਼ਹਿਰ ਦੇ ਮਾਹੌਲ ਦੇ ਵਿੱਚ ਨਾ ਆਪਾਂ ਜੇ ਇੱਕ ਬੰਦੇ ਦੀ ਰੋਟੀ ਫਾਲਤੂ ਬਣ ਜੇ ਤਾਂ ਆਪਣਾ ਲੱਗਦਾ ਯਾਰ ਅੱਜ ਚਾਰ ਰੋਟੀ ਫਾਲਤੂ ਬਣ ਗਈ, ਅਤੇ ਸਾਡੇ ਸਾਨੂੰ ਐਂ ਯਾਰ ਵੀ ਕੋਈ ਮੰਗਦਾ ਵੀ ਆ ਜਾਂਦਾ, ਅਤੇ ਅਸੀਂ ਘਰ ਦੇ 8 ਮੈਂਬਰ ਹਾਂ ਬੱਚਿਆਂ ਸਮੇਤ, 2 ਕੁੱਤਿਆਂ ਸਮੇਤ, ਅਤੇ 4 ਮੈਂਬਰ ਸਾਡੇ ਕੰਮ ਕਰਦੇ ਆ ਐਨ ਜੀ ਓ ਦੇ ਵਿੱਚ ਜਿਹੜੇ ਤਨਖਾਹ 'ਤੇ ਕੰਮ ਕਰਦੇ ਆ, 2 ਤਨਖਾਹ 'ਤੇ ਇੱਕ ਜਿੰਮ 'ਚ ਕੰਮ ਕਰਦਾ, ਵੀ ਅਸੀਂ ਉਹਨਾਂ ਨੂੰ ਤਨਖਾਹ ਦਿੰਦੇ ਹਾਂ, ਅਸੀਂ ਪਰਮਾਤਮਾ ਦਾ ਲੱਖ ਲੁੱਖ ਸ਼ੁਕਰ ਇਹੀ ਕਰਦੇ ਹਾਂ ਵੀ ਅਸੀਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ, ਵੀ ਸਾਡੇ ਥਰੂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਵੀ ਜਿਹੜੇ ਸਾਡੇ ਕਰਦੇ ਆ, ਫਿਰ ਉਹਨਾਂ ਦੀ ਰੋਟੀ ਵੀ ਜਾਣੀ ਹੈ, ਫਿਰ ਸਾਡੇ 'ਚ ਇਹ ਦਰਿਆਵਤ ਨਹੀਂ ਹੈ ਵੀ ਆਪਣੇ ਰੋਟੀ ਬਣ ਗਈ, ਜਿਹੜੀ ਸਬਜ਼ੀ ਘਰੇ ਬਣ ਗਈ ਵੀ ਉਹੀ ਰੋਟੀ ਉਹਨਾਂ ਨੂੰ ਜਿੰਮ 'ਚ ਜਿਹੜੇ ਆਪਣੇ ਸੇਮ ਜਾਊਗੀ ਕੰਮ ਕਰਦੇ ਨੌਕਰ ਹੈ ਜਿਹੜੇ ਉਹ ਜਾਊਗੀ, ਇਹ ਨਹੀਂ ਵੀ ਜੇ ਆਪਣੇ ਘਰੇ ਘਿਓ ਆ ਤਾਂ ਉਹਨਾਂ ਨੂੰ ਘਿਓ ਪਾ ਕੇ ਜਾਊਗੀ, ਜੇ ਦੁੱਧ ਆ ਤਾਂ ਉਹਨਾਂ ਨੂੰ ਦੁੱਧ ਜਾਊਗਾ, ਜੇ ਰੁੱਖੀ ਤਾਂ ਰੁੱਖੀ ਜਾਊਗੀ, ਵੀ ਸਾਡੀ ਦਰਿਆਵਤ ਨਹੀਂ ਹੈ ਵੀ ਕਿਸੇ ਨਾਲ ਵੀ ਆਪਾਂ ਰੋਟੀ ਉਹਨਾਂ ਨੂੰ ਵੱਢ ਭੇਜਾਂਗੇ। ਯਾਰ ਮੈਂ ਕਹਿੰਦਾ ਬਈ ਵਰਕਰ ਆਪਣੇ ਸੋਫਿਆਂ 'ਤੇ ਬਹਿ ਕੇ ਰੋਟੀ ਖਾ ਜਾਂਦੇ, ਆਪਾਂ ਨੂੰ ਐਂ ਨਹੀਂ ਹੁੰਦਾ, ਹੁਣ ਕਈ ਵਾਰੀ ਸੋਨੂ ਵਾਰੀ ਮੁੰਡੇ ਆਉਂਦੇ ਆ ਅਤੇ ਬਈ ਰੋਟੀ ਲੈਣ ਆਇਆ ਸੀਗਾ, ਮੈਂ ਕਿਹਾ ਨਾਲ ਵਾਲਾ ਮੁੰਡਾ ਕਹਿੰਦਾ ਉਹ ਵੀ ਨਾਲ ਹੀ ਹੈ, ਮੈਂ ਕਿਹਾ ਭਰਾ ਇੱਥੋਂ ਤੁਸੀਂ ਪੈਕ ਕਰਕੇ ਲਿਆਓਗੇ ਉੱਥੇ ਖਾਊਂਗੇ, ਮੈਂ ਕਿਹਾ ਇੱਧਰ ਹੀ ਬਹਿ ਜਾਓ, ਨਹੀਂ ਅਗਲਾ ਕੋਈ ਨਹੀਂ ਸਾਡੇ ਬਈ ਦਰਿਆਵਤ ਨਹੀਂ ਕੰਮ ਕਰਨ ਵਾਲਾ ਜਾਂ ਕੋਈ ਇਹੋ ਦਾ, ਸਾਡੇ ਸਭ ਬਰਾਬਰ ਹੈ ਜਿਹਦੇ ਵਿੱਚ ਪਰਮਾਤਮਾ ਨੇ ਜਾਨ ਦਿੱਤੀ ਹੈ ਨਾ, ਚਾਹੇ ਉਹ ਜਾਨਵਰ ਹੈ ਚਾਹੇ ਉਹ ਪੰਛੀ ਹੈ ਚਾਹੇ ਉਹ ਆਦਮੀ ਹੈ, ਸਾਨੂੰ ਉਹ ਬਰਾਬਰ ਲੱਗਦਾ, ਘਰੇ ਭੋਗ ਬਣਿਆ ਖੀਰ ਬਣੀ ਹੈ ਕੁਛ ਹੀ ਬਣੀ ਹੈ, ਜਿਹੜੀ ਚੀਜ਼ ਆਪਾਂ ਖਾਧੀ ਹੈ ਨਾ ਉਹਨਾਂ ਨੂੰ ਜਾਊਗੀ ਉਹ, ਇਹ ਫੈਕਟ ਹੈ ਆਪਣੇ ਘਰ ਦਾ, ਉਹ ਤਾਂ ਇਹਨਾਂ ਦੀ ਮਾਂ ਦੀ ਖਾਸੀਅਤ ਹੈ, ਅਸੀਂ ਭਾਵੇਂ ਨਾ ਕਹੀਏ ਇਹ ਤਾਂ ਪਹਿਲਾਂ ਕਹੋ ਭਾਈ ਉਹਨਾਂ ਨੂੰ ਪਾਓ, ਉਹਨਾਂ ਦਾ ਵੀ ਮੂੰਹ ਲੱਗਿਆ ਜੇ ਤੁਸੀਂ ਖਾ ਸਕਦੇ ਹੋ, ਉਹ ਕਿਵੇਂ ਮੇਰੀ ਮਾਂ ਸੀ ਉਹ ਵੀ ਘਰੋਂ ਆਪਣੇ ਸੀਰੀ ਉਹਦੇ ਕੰਮ ਕਰਕੇ, ਸਾਨੂੰ ਕੁਛ ਮਿਲਦਾ ਨਾ ਮਿਲਦਾ ਤਾਂ ਚਲੋ ਮੈਂ ਨਹੀਂ ਸੀ ਨੌਕਰੀ 'ਤੇ ਉਦੋਂ ਘਰੇ ਕੰਮ ਕਰਦੇ ਸੀ, ਉਹਨਾਂ ਨੂੰ ਗੁੜ ਦੀ ਡਲੀ 'ਤੇ ਛੰਨਾ ਦੁੱਧ ਦਾ ਭਰ ਕੇ ਦੇਣੇ ਦੇਣਾ, ਉਹਨੇ ਕਹਿੰਦੇ ਨਾ ਭਾਈ ਇਹ ਵੀ ਥੱਕੇ ਆਏ ਪਹਿਲਾਂ ਇਹਨਾਂ ਨੂੰ ਦਿਓ, ਉਹੀ ਨੇਚਰ ਸਾਡੇ ਬਣੇ ਹੋਏ ਉਹ ਬਲੱਡ 'ਚ ਆਉਂਦੀ ਆਉਂਦੀ ਆ ਉਹ ਚੀਜ਼। ਨਹੀਂ ਚਲੋ ਚੰਗਾ ਪਰਿਵਾਰ ਆ ਤੁਹਾਡਾ, ਇੰਨੀ ਬੇਜ਼ਬਾਨਾਂ ਦੀ ਸੇਵਾ ਕਰਦਾ ਹੈ ਨਾ, ਸ਼ਾਇਦ ਤਾਂ ਹੀ ਰੱਬ ਨੇ ਕੋਈ ਘਾਟ ਵੀ ਰੱਖੀ, ਕੋਈ ਘਾਟ ਹੈ ਹੀ ਨਹੀਂ ਕਿਸੇ ਪਾਸੇ ਹੀ ਨਹੀਂ, ਨਾ ਬਈ ਕੋਈ ਐਂ ਵੀ ਆਪਣੇ ਬਿਮਾਰੀ ਨਾ ਕੋਈ ਐਂ ਵੀ ਜੇ ਮੰਨ ਲਓ ਬੰਦਾ ਬੇਈਮਾਨਾਂ ਦਾ ਹੋਵੇ ਜਾਂ ਹੋਰ ਹੋਵੇ ਤਾਂ ਉਹਨਾਂ ਦੇ ਬਈ ਬਿਮਾਰੀ ਨਹੀਂ ਜਾਂਦੀ ਘਰੋਂ, ਜਾਂ ਐਂ ਨਹੀਂ ਪਤਾ ਕੀ ਨਾ ਕੀ ਡੇਗਾ ਜੇ ਬਈ ਆਪਣੇ ਕੁਛ ਨਹੀਂ ਆਇਆ, ਕਦੇ ਨਹੀਂ ਆਇਆ ਅੱਜ ਤੱਕ ਕਿ ਕੋਈ ਚੀਜ਼ ਇਹ ਤੁਹਾਡੇ 'ਤੇ ਕੁਦਰਤੀ ਮਿਹਰਬਾਨ ਆ, ਆਪਣੇ ਕੋਈ ਹੋਇਆ ਹੀ ਨਹੀਂ ਬਈ, ਆਹ ਦੇਖ ਲਓ ਦਰਖਤ ਨਹੀਂ ਸ਼ਹਿਰਾਂ ਦੇ ਵਿੱਚ, ਅਗਲਾ ਉਹਨੂੰ ਕਹਿੰਦੇ ਵੀ ਗੰਦ ਪਾਉਂਦੇ ਆ ਬੂਟੇ ਅਤੇ ਚਿੜੀਆਂ ਗੰਦ ਪਾਉਂਦੀਆਂ, ਆਪਣੇ ਇੰਨੇ ਆਲਣੇ ਲੱਗੇ ਹੋਏ ਆ, ਪਿੱਛੇ ਗੀਜਰ 'ਤੇ ਆਲਣਾ, ਇੱਥੇ ਗੀਜਰ 'ਤੇ ਆਲਣਾ, ਬਕਾਇਦਾ ਲੱਕੜ ਦੇ ਆਲਣੇ ਆਸਰੇ ਬਣਾ ਕੇ ਲਾਏ ਹੋਏ ਆ ਆਪਾਂ ਛੱਤ 'ਤੇ, ਉਹਨਾਂ 'ਚ ਵੀ ਆਲਣੇ ਪਾਏ ਹੋਏ ਚਿੜੀਆਂ ਨੇ, ਭੂੰਡੇ ਇੱਥੇ ਪਏ ਹੈ ਆਹ ਟਰੇ ਦੇ ਵਿੱਚ, ਰੋਟੀਆਂ ਤੜਕੇ ਮੇਰੇ ਆਪਾਂ ਰਾਤ ਨੂੰ ਰੋਟੀਆਂ ਵੱਧ ਬਣਾ ਕੇ ਰੱਖਦੇ ਆ ਵੀ ਤੜਕੇ ਚਿੜੀਆਂ ਦੀ ਰੋਟੀ ਜੋੜਨੀ ਹੈ, ਅਤੇ ਜਮਾਂ ਉਤਲੀ ਛੱਤ ਹੈ ਉਹ ਦੇਖੋ ਕਬੂਤਰ ਬੈਠੇ ਨਹੀਂ ਕਹਿੰਦੇ ਗੋਲੇ ਕਬੂਤਰ ਉਜਾੜ ਭਾਲਦੇ, ਅਤੇ ਆਪਣੇ ਦੇਖ ਲਓ ਗੋਲੇ ਕਬੂਤਰ ਕਿੰਨੇ ਬੈਠੇ, ਅਤੇ ਫਿਰ ਉਜਾੜ ਭਾਲਦੇ ਤਾਂ ਬਈ ਫਿਰ ਤਾਂ ਉਜਾੜ ਹੋ ਜਾਂਦਾ ਹੁਣ ਤੱਕ ਦਾ, ਅਤੇ ਆਪਣੇ ਕਪੜੇ ਦੇ ਵਿੱਚ ਗੱਡੀ ਇੱਥੇ ਖੜੀ ਹੁੰਦੀ ਹੈ, ਉੱਪਰੋਂ ਕਬੂਤਰ ਬਿੱਠਾ ਮਾਰਦੇ ਆ ਨਾ ਅਤੇ ਗੱਡੀ ਸਾਰੀ ਭਰ ਦਿੰਦੇ, ਜਿਵੇਂ ਫਰਸ਼ ਬਿੱਠਾ ਲੱਗਦਾ, ਅਸੀਂ ਨਹੀਂ ਕਦੇ ਸੋਚਿਆ ਵੀ ਫਿਰ ਕੀ ਹੋ ਗਿਆ ਧੋ ਲਾਂਗੇ ਵੀ ਜਾਨਵਰਾਂ ਨੇ ਮਾਰਤੇ ਜਾਂ ਕੀ ਹੋ ਗਿਆ, ਨਹੀਂ ਤਾਂ ਇੰਨੀ ਸੋਗ ਮੰਨਦੇ ਯਾਰ ਜਾਨਵਰਾਂ ਨੇ ਭੈਣ ਚੋ ਗੱਡੀ ਦਾ ਨਾਸ਼ ਕਰਕੇ ਸਾਰਾ। ਐਂ ਲਾ ਲਓ ਬਈ ਦੂਜਾ ਘਰ ਹੀ ਆ ਆਹ, ਇੱਕ ਘਰ ਤੋਂ ਪਹਿਲਾਂ ਦੇਖਿਆ ਸੀਗਾ, ਆਹ ਦੂਜਾ ਘਰ ਹੈ ਬਈ ਆਪਣਾ। ਅੱਛਾ ਇੱਥੇ ਕੀ ਕਿਹੜੇ ਕਿਹੜੇ ਆਪਣੇ ਕੋਲ ਜਾਨਵਰ ਪੰਛੀ ਨੇ ਇੱਥੇ? ਬਈ ਐਂ ਲਾ ਲਓ ਧਰਤੀ ਦੇ ਜਿੰਨੇ ਹੈਗੇ ਆ ਸਾਰੇ ਆਪਾਂ ਰੈਸਕਿਊ ਕਰ ਲਏ ਹੁਣ ਤਾਈਂ, ਡੋਮੈਸਟਿਕ 'ਚ ਤਾਂ ਬਈ ਸਾਰੇ ਹੀ ਕਰ ਲਏ, ਅਤੇ ਵਾਈਲਡ ਵਾਲਿਆਂ 'ਚ ਸੱਪ, ਨਿਓਲਾ, ਤਿੱਤਰ, ਮੋਰ, ਗਿੱਧ, ਬਾਜ, ਉੱਲੂ ਸਾਰੇ ਆਪਣੇ ਸਾਰੇ ਇਹ ਰੈਸਕਿਊ ਕੀਤੇ ਹੋਏ ਬਈ ਆਪਾਂ। ਅੱਛਾ ਇਹ ਆਹ ਜਿਹੜੇ ਇਹ ਬਾਂਦਰ ਤਾਂ ਅੰਦਰ ਪਿੰਜਰੇ ਦੇ ਰਹਿੰਦੇ ਨਹੀਂ ਹੁੰਦੇ? ਹਾਂ ਬਈ ਇਹ ਬਿਮਾਰ ਨੇ ਸਾਰੇ ਇਹ? ਨਹੀਂ ਨਹੀਂ ਇਹ ਫੱਟੜ ਹੈ ਬਈ, ਦੋ ਟਰੱਕ ਵਾਲਿਆਂ ਤੋਂ ਛੜਾਏ ਹੋਏ ਹੈ, ਇੱਕ ਕਰੰਟ ਲੱਗ ਕੇ ਡੱਬ ਵਾਲੀ ਤੋਂ ਆਈ ਸੀ ਆਹ, ਇਹ ਬਲਾਈਂਡ ਹੋ ਗਈ ਸੀ ਬਈ 10 ਕੁ ਦਿਨ ਇਹਦੀ ਆਈ ਸਾਈਟ ਖਤਮ ਹੋ ਗਈ ਸੀ ਜਮਾਂ ਉਹਦੀ, ਹਾਂ ਉਹ ਬਾਂਦਰੀ ਦੀ, ਫਿਰ ਪਹਿਲਾਂ ਉਹਨੂੰ ਅਲੱਗ ਕੇਜ 'ਚ ਰੱਖਦੇ ਸੀਗੇ ਕਿਉਂਕਿ ਇਹ ਮਾਰਦੇ ਸੀਗੇ ਉਹਨੂੰ, ਪਰ ਹੁਣ ਉਹਨੂੰ ਵੇਖਣ ਲੱਗ ਗਿਆ ਤਾਂ ਉਹਨੂੰ ਇਹਨਾਂ ਨੇ ਨਾਲ ਹੀ ਕਰਤਾ।
ਇਹਦਾ ਦੇਖੋ ਇਹਦਾ ਵਾਂਹ ਕੱਟੀ ਹੋਈ ਹੈ, ਇਹਦੀ ਵਾਂਹ ਕੱਟੀ ਹੋਈ ਹੈ, ਵਾਂਹ ਕੱਟੀ ਹੋਈ ਹੈ, ਹਾਂ ਇਹ ਕਰੰਟ ਨਾਲ ਲੱਗੇ ਹੋਏ ਆ ਬਈ ਸਾਰੇ। ਅੱਛਾ, ਤੁਸੀਂ ਆਪ ਕੋਈ ਨਹੀਂ ਲਿਆ ਕੇ ਰੱਖਿਆ ਇੱਥੇ ਸ਼ੌਂਕ? ਨਹੀਂ ਨਹੀਂ, ਆਪਣੇ ਸ਼ੌਂਕ ਵਜੋਂ ਕੋਈ ਨਹੀਂ ਹੈਗਾ ਬਈ। ਇਹਦੇ 'ਚੋਂ ਜਿਹੜੀ ਦੂਜੀ ਸਹੀ ਹੈ, ਇੱਕ ਬਾਹਰ ਫਿਰਦੀ ਆ, ਜੋ ਬਾਹਰ ਨਿਕਲ ਗਈ ਉਹ ਵੀ ਆ ਜੂਗੀ ਅੰਦਰ, ਕਿਉਂਕਿ ਕਈ ਵਾਰੀ ਇਹ ਬਾਹਰ ਨਿਕਲ ਜਾਂਦੇ ਆ ਜਾਲ ਜੂਲ ਤੋੜ ਕੇ ਨਾ ਆਪ ਹੀ, ਤੇ ਉਹ ਬਈ ਟਰੱਕ ਵਾਲੇ ਤੋਂ ਛੜਾਏ ਹੋਏ, ਜਿਵੇਂ ਟਰੱਕਾਂ ਤੇ ਰੱਖਣੇ ਬੈਨ ਹੁੰਦੇ ਆ ਇਹ, ਤੇ ਇਹ ਟਰੱਕ ਵਾਲੇ ਤੋਂ ਬਈ ਛੜਾਏ ਹੋਏ ਆ। ਅੱਛਾ, ਇਹ ਤੁਸੀਂ ਆਪ ਛੜਵਾਏ ਜਾਂ ਕਿਸੇ ਨੇ? ਨਹੀਂ ਨਹੀਂ, ਇਹ ਡਿਪਾਰਟਮੈਂਟ ਹੀ ਛੜਾਉਂਦੇ ਬਈ, ਫੋਰੈਸਟ ਵਾਲੇ ਡਿਪਾਰਟਮੈਂਟ, ਜਿਵੇਂ ਫਿਰ ਤੁਹਾਨੂੰ ਦੇ ਦਿੰਦੇ? ਹਾਂ, ਉਹ ਫਿਰ ਇੱਥੇ ਸਾਂਭ ਸੰਭਾਲ ਵਾਸਤੇ ਇੱਥੇ ਦੇ ਜਾਂਦੇ ਆ ਜੀ। ਠੀਕ ਆ। ਅੱਛਾ, ਅੰਦਰ ਬਹੁਤ ਇੱਥੇ ਤੁਸੀਂ ਡੋਗ ਰੱਖੇ ਹੋਏ ਆ ਨਾ ਇੱਥੇ ਸਾਰੇ? ਹਾਂਜੀ, ਅਲੱਗ ਅਲੱਗ ਇਹਨਾਂ ਲਈ ਆਹ ਬਣਾਇਆ ਹੋਇਆ, ਆਹ ਦਿਖਾਇਓ ਬਈ ਇੱਕ ਵਾਰ, ਇਹਨਾਂ ਬਾਰੇ ਦੱਸਿਓ ਤੁਸੀਂ। ਇਹ ਡੋਗਸ ਦਾ ਸੈਕਸ਼ਨ ਹੈ, ਇਹਦੇ 'ਚ ਜਿਵੇਂ ਕੋਈ ਆਲ ਓਵਰ ਇੰਡੀਆ ਬਈ ਕਿਤੋਂ ਮਰਜ਼ੀ ਲਿਆ ਕੇ ਇੱਥੇ ਛੱਡ ਸਕਦੇ ਆ, ਜ਼ਖਮੀ ਹੋਵੇ ਤਾਂ ਵੀ, ਤੰਦਰੁਸਤ ਨਹੀਂ, ਸਿਰਫ ਜ਼ਖਮੀ ਦਾ ਆਪਾਂ ਇਹ ਸਹਾਰਾ ਆਸਰਾ ਵੀ ਆਪਾਂ ਉਹਨੂੰ ਜਦੋਂ ਤੱਕ ਉਹਦਾ ਇਲਾਜ ਚੱਲੂਗਾ ਇੱਥੇ ਰੱਖਾਂਗੇ, ਕੋਈ ਰੁਪਈਆ ਨਹੀਂ ਲੈਣਾ ਕਿਸੇ ਤੋਂ, ਸਾਡੇ ਵੱਲੋਂ ਫ੍ਰੀ ਸੇਵਾ ਹੈ। ਵੀ ਕਈ ਵਾਰੀ ਐਂ ਹੋ ਜਾਂਦਾ ਵੀ ਯਾਰ ਆਪਾਂ ਜ਼ਖਮੀ ਚੱਕ ਕੇ ਉੱਥੇ ਲੈ ਜਾਈਏ, ਉਹ ਜਾ ਗਿਆਂ ਦੀ 1100 2100 ਦੀ ਪਰਚੀ ਕਿ ਨਾ ਕੱਟ ਦੇਣ, ਉਸ ਡਰ 'ਚ ਬੰਦਾ ਲਿਆਉਂਦਾ ਨਹੀਂ ਕਈ ਵਾਰੀ, ਅਤੇ ਬਈ ਜਿਹੜਾ ਮਰਜ਼ੀ ਲੈ ਆਵੇ। ਬਾਕੀ ਸਰਸੇ ਦੇ ਵਿੱਚ ਤਾਂ ਸਾਨੂੰ ਕੋਈ ਫੋਨ ਨੰਬਰ ਅਤੇ ਕਾਲ ਵੀ ਕਰਦਾ ਤਾਂ ਸਾਡੀਆਂ 2 ਐਂਬੂਲੈਂਸ ਹੈ, ਮੁੰਡੇ ਹੈਗੇ ਸਾਡੇ ਕੋਲ, ਟੀਮ ਹੈਗੀ ਹੈ ਸਾਡੀ ਵਧੀਆ, ਅਤੇ ਅਸੀਂ ਜਾ ਕੇ ਰੈਸਕਿਊ ਵੀ ਕਰਕੇ ਲੈ ਕੇ ਆਉਂਦੇ ਹਾਂ। ਅੱਛਾ, ਇੱਧਰ ਤੁਸੀਂ ਉਹ ਘੋੜਾ ਵੀ ਰੱਖਿਆ ਹੋਇਆ, ਉਹਦੇ ਬਾਰੇ ਆਪਾਂ ਬਾਅਦ 'ਚੋਂ ਜਾਣਕਾਰੀ ਲੈਂਦੇ ਤੁਹਾਡੇ ਤੋਂ, ਹੈ ਨਾ। ਅੱਗੇ ਤੁਸੀਂ ਪੰਛੀ ਰੱਖੇ ਹੋਏ ਆ, ਹੈ ਨਾ, ਤੋਤੇ ਹੋ ਗਏ, ਅਲੱਗ ਅਲੱਗ ਤਰੀਕੇ ਦੀਆਂ ਨਸਲਾਂ ਦੇ ਤੁਸੀਂ ਸਾਨੂੰ ਖਰਗੋਸ਼ ਦਿਖਾਏ ਉੱਧਰਲੇ ਪਾਸੇ, ਤੇ ਚਿੜੀਆਂ ਨੇ ਇੱਥੇ, ਹੈ ਨਾ, ਤੇ ਇਹ ਸਾਰੀ ਰੈਸਕਿਊ ਕੀਤੀਆਂ ਹੋਈਆਂ ਨੇ ਬਾਈ? ਹਾਂ, ਇਹ ਬਾਈ ਸਾਰੇ ਹੀ ਰੈਸਕਿਊ ਆ। ਹੁਣ ਆਹ ਅੰਨੀ ਆ ਮੁਰਗੀ ਜਿਹੜੀ ਆ ਪਾਣੀ ਪੀ ਜਾਂਦੀ ਹੈ ਇਸ ਟਾਈਮ, ਇਹ ਬਲਾਈਂਡ ਆ ਮੁਰਗੀ, ਮੈਂ ਤੁਹਾਨੂੰ ਅੰਦਰ ਵੀ ਆਪਾਂ ਜਾ ਸਕਦੇ ਹਾਂ ਇਹਦੇ, ਪਰ ਮੈਂ ਤੁਹਾਨੂੰ ਅੰਦਰ ਜਾ ਕੇ, ਹਾਂ ਇਹਨੂੰ ਵੇਖਦਾ ਨਹੀਂ ਭਾਈ ਮੈਂ। ਹੁਣ ਦੇਖੋ ਆਹ ਪਾਣੀ ਪੀ ਰਹੀ ਆ, ਉਹ ਹੀ ਹੈ ਵੀ ਜੇ ਮੰਨ ਲਓ ਕੁਦਰਤ ਨੇ ਇਹਦੇ ਚੁੰਝ ਲਾਈ ਹੈ, ਢਿੱਡ ਲਾਇਆ, ਤਾਂ ਇਹਨੂੰ ਪਤਾ ਹੈ ਵੀ ਇਹਨੇ ਕਿਵੇਂ ਆਪਦਾ ਢਿੱਡ ਭਰਨਾ, ਕਿਵੇਂ ਖਾਣਾ ਪੀਣਾ, ਸਭ ਇਹੀ ਦੱਸੂ। ਆਹ ਦੇਖ ਲਓ, ਹੁਣ ਇਹ ਪਾਣੀ ਪੀ ਰਹੀ ਸੀਗੀ। ਕਈ ਵਾਰੀ ਲੋਕੀ ਐਂ ਕਹਿ ਦਿੰਦੇ ਆ ਵੀ ਵੀਡੀਓ ਬਣਾਉਣ ਦੇ ਮਾਰੇ ਵੀ ਉਹਨੂੰ ਪਾਣੀ ਪੀ ਰਹੀ ਹੈ, ਵੀ ਦਿਖਦਾ ਹੋਊਗਾ, ਮੈਂ ਤੁਹਾਨੂੰ ਦਿਖਾ ਦਿੰਦਾ ਵੀ ਇਹਨੂੰ ਦਿਖਦਾ ਨਹੀਂ ਹੈਗਾ। ਅੱਛਾ, ਇਹਦੀ ਵੀ ਇੱਕ ਬੜੀ ਖਾਸ ਕਹਾਣੀ ਹੈ ਇਹਦੀ, ਉਹ ਜਿਹੜੀ ਤੁਸੀਂ ਮੈਨੂੰ ਦੱਸਦੇ ਸੀ। ਹਾਂ ਬਈ, ਇਹ ਕਸਾਈ ਕੋਲੇ ਸੀਗੀ, ਤੇ ਉਹਨਾਂ ਦਾ ਫੋਨ ਆਇਆ ਸੀਗਾ ਵੀ ਅਸੀਂ ਤਾਂ ਵੱਢਣੀ ਆ, ਵੀ ਤੁਸੀਂ ਉੱਥੇ ਰੱਖਣੀ ਹੈ ਤਾਂ ਲਿਜਾ ਸਕਦੇ ਹੋ। ਫਿਰ ਮੈਂ ਕਿਹਾ ਕਾਹਦੇ ਵਾਸਤੇ, ਵੀ ਵੱਢਣ ਵਾਸਤੇ ਤਾਂ ਹੋਰ ਵੀ ਬਲੈਲਰ ਮੁਰਗੇ ਬਥੇਰੇ ਆ, ਵੀ ਆਪਾਂ ਸਾਰਿਆਂ ਨੂੰ ਨਹੀਂ ਬਚਾ ਸਕਦੇ, ਪਰ ਕਿਸੇ ਨੂੰ ਬਚਾ ਸਕੀਏ ਤਾਂ ਉਹਦੇ ਵਾਸਤੇ ਤਾਂ ਰੱਬ ਦਾ ਰੂਪ ਹੀ ਹੈ। ਆਹ ਦੇਖ ਲਓ, ਹੁਣ ਇਹ ਅੰਨੀ ਹੈ, ਹੱਥ ਲੱਗੂਗਾ ਤਾਂ ਇਹਨੂੰ ਪਤਾ ਲੱਗੂਗਾ, ਹੱਥ ਲੱਗਦਾ ਫਿਰ ਪਤਾ ਲੱਗਦਾ, ਉਵੇਂ ਇਹਨੂੰ ਬਈ ਕੁਛ ਨਹੀਂ ਪਤਾ ਲੱਗਦਾ। ਅੱਛਾ ਬਾਈ, ਇੱਕ ਤੁਸੀਂ ਤੋਤਾ ਵੀ ਦਿਖਾਇਆ ਸੀ, ਉਹਨੂੰ ਵੀ ਅੱਖਾਂ ਤੋਂ ਦਿਖਦਾ ਨਹੀਂ ਹੋ ਰਿਹਾ ਜੀ? ਉਹ ਖੂਜੇ ਤੇ ਲੱਗਿਆ ਬੈਠਾ ਰਹਿੰਦਾ, ਉਹ ਅੰਨਾ ਹੈ ਜੀ, ਉਹ ਤੋਤਾ ਵੀ ਅੰਨਾ ਇਹ? ਅੰਨਾ ਇਹ? ਹਾਂਜੀ, ਇਹ ਤੋਤੇ ਦਾ ਵੀ ਮੈਂ ਸੇਮ ਤੁਹਾਨੂੰ ਉਹੀ ਚੀਜ਼ ਨਾਲ ਦੱਸੂਗਾ। ਇਹ ਕਿੱਥੋਂ ਮਿਲਿਆ ਤੁਹਾਨੂੰ? ਇਹ ਬਈ ਕਿਸੇ ਨੂੰ ਡਿੱਗਿਆ ਹੋਇਆ ਮਿਲਿਆ ਸੀਗਾ, ਦੇਖੋ। ਨਹੀਂ ਹੈਗਾ, ਨਹੀਂ ਚੁੰਝ ਮਾਰਦਾ, ਹੁਣ ਦੇਖੋ ਹੱਥ ਲਾਵਾਂਗੇ ਉਦੋਂ ਦੇਖਿਓ। ਇਹਨੂੰ ਐ ਨੀ ਪਤਾ ਵੀ ਹੱਥ ਕਿੱਥੇ ਆ, ਦੇਖੋ ਖਾਲੀ ਹਵਾ ਚ ਚੁੰਝਾ ਮਾਰੀ ਜਾਂਦਾ। ਇਹ ਪ੍ਰੋਫੈਸਰ ਤੋਤਾ ਹੈ ਜੀ। ਇਹ ਪ੍ਰੋਫੈਸਰ ਕਿਵੇਂ ਆ ਗਿਆ ਤੁਸੀਂ ਦੱਸਿਓ ਮਾੜਾ ਜਿਹਾ। ਇਹ ਜੋ ਵੀ ਨਵੇਂ ਬੱਚੇ ਆਤੇ ਹੈ ਯਹਾਂ, ਉਨਕੋ ਦਾਣਾ ਪਾਣੀ ਖਾਣਾ ਸਭ ਕੁਛ ਇਹੀ ਸਿਖਾਤਾ ਹੈ। ਅੱਛਾ। ਹਾਂ, ਔਰ ਬਾਕੀ ਜੋ ਹੈ ਵੋ ਥੋੜੇ ਵਾਈਲਡ ਹੈ, ਵੋ ਬੱਚੋਂ ਕੋ ਕਾਟਤੇ ਹੈ। ਉਹਨਾਂ ਨੂੰ ਇਹ ਗਿਨੀ ਪਿਗ ਕਹਿ ਜਾਂਦੇ ਹੈ, ਕੋਈ ਮੰਨ ਲਓ ਸੂਰ ਦੀ ਨਸਲ ਕਹਿ ਜਾਂਦਾ, ਕੋਈ ਖਰਗੋਸ਼ ਦੀ ਕਹਿੰਦਾ, ਕੋਈ ਚੂਹੇ ਦੀ ਕਹਿੰਦਾ, ਉਹ ਬਈ ਸਾਰਿਆਂ ਦਾ ਹੀ ਮੇਲ ਮਿਲਾਪ ਆ ਉਸ ਚੀਜ਼ 'ਚ, ਅਤੇ ਉਹ ਇਹਦੇ ਮਗਰ ਹੀ ਰਹਿੰਦੇ ਆ। ਉਹ ਬਾਹਰ ਆ ਕੇ ਖਾਣਾ ਪੀਣਾ ਆਪਦਾ ਖਾ ਕੇ, ਆਹ ਵੇਖੋ ਜੀ, ਆ ਰਹੇ ਇਹਨਾਂ 'ਚ ਜਿਹੜਾ ਉਹ ਵੱਡਾ, ਆਹ ਮੇਲ ਹੈ ਜੀ, ਆਹ ਫੀਮੇਲ ਆ। ਅੱਛਾ, ਤੁਸੀਂ ਦੱਸਦੇ ਸੀ ਵੀ ਇਹ
ਚੂਹੇ ਤੇ ਖਰਗੋਸ਼ ਖਰਗੋਸ਼ ਦਾ ਮੇਲ ਹੈ ਹਾਂ ਇਹ ਮੇਲ ਹੈ ਇਹਨਾਂ ਨਾਮ ਜੀ ਗਿਨੀ ਪਿਗ ਹੁੰਦਾ ਜੀ ਅੱਛਾ ਆਹ ਦੇਖੋ ਇਹ ਲੱਗਦੇ ਚੂਹੇ ਵਰਗੇ ਵੀ ਲੱਗਦੇ ਆ ਮੂਹਰੋਂ ਸੂਰੀ ਵਰਗੇ ਵੀ ਲੱਗਦੇ ਆ ਖਰਗੋਸ਼ ਵਰਗੇ ਵੀ ਲੱਗਦੇ ਆ ਵੀ ਸਾਰਿਆਂ ਦਾ ਮਿਕਸਅਪ ਜਿਹਾ ਕਰਕੇ ਇਹ ਇਹੋ ਜਿਹਾ ਜਾਨਵਰ ਹੈ ਬਹੁਤ ਘੱਟ ਲੋਕਾਂ ਨੇ ਇਹ ਵੇਖਿਆ ਉੱਧਰ ਤੁਸੀਂ ਖਰਗੋਸ਼ ਰੱਖਿਆ ਹੋਇਆ ਹੈ ਉਹ ਖਰਗੋਸ਼ਾਂ ਦਾ ਵੀ ਇਹ ਸੀ ਨੇ ਜੀ ਆਪਾਂ ਕੋਈ ਖਰਗੋਸ਼ ਖਰੀਦਿਆ ਨਹੀਂ ਹੋਇਆ ਇਹ ਇਹ ਸਾਰੇ ਰੈਸਕਿਊ ਖਰਗੋਸ਼ ਆ ਰੈਬਿਟ ਜਿੰਨੇ ਵੀ ਹੈਗੇ ਆ ਲੋਕੀ ਮੰਨ ਲਓ ਕੋਈ ਮੇਲਿਆਂ 'ਚੋਂ ਖਰੀਦ ਲਿਆ ਕੋਈ ਆਪਦੇ ਯਾਰ ਦੋਸਤ ਤੋਂ ਲਿਆ ਕੋਈ ਕਿਵੇਂ ਲਿਆ ਹੁਣ ਤੁਹਾਨੂੰ ਪਤਾ ਵੀ ਸਰਸਾ ਸ਼ਹਿਰ ਹੈ ਵੀ ਨੇੜੇ ਤੇੜੇ ਪਿੰਡਾਂ ਵਾਲੇ ਲੋਕ ਤਾਂ ਫਿਰ ਵੀ ਰੱਖ ਸਕਣ ਪਰ ਜਿਹੜੇ ਸ਼ਹਿਰ 'ਚ ਕੋਠੀਆਂ 'ਚ ਹੈ ਪੱਕੇ ਘਰ ਹੈ ਫਰਸ਼ ਹੈ ਉੱਥੇ ਫਿਰ ਇਹਨਾਂ ਜਿਹੜਾ ਟੋਇਲੇਟ ਹੈ ਉਹ ਸਮੈਲ ਬਹੁਤ ਕਰਦਾ ਉਹ ਛੋਟੇ ਹੁੰਦੇ ਤਾਂ ਕਿਊਟ ਲੱਗਦੇ ਆ ਪਰ ਜੇ ਉਹ ਵੱਡੇ ਹੋ ਜਾਂਦੇ ਫਿਰ ਉਹ ਕਹਿੰਦੇ ਵੀ ਸੰਭਾਲ ਨਹੀਂ ਹੁੰਦੀ ਵੀ ਅਸੀਂ ਕਿਸੇ ਕਿਸਾਈ ਨੂੰ ਜਾਂ ਕਿਸੇ ਹੋਰ ਨੂੰ ਦੇਣਾ ਨਹੀਂ ਚਾਹੁੰਦੇ ਤਾਂ ਅਸੀਂ ਇੱਥੇ ਛੱਡ ਜਾਈਏ ਵੀ ਉਹਨਾਂ ਦੇ ਖਰਗੋਸ਼ ਅਜੇ ਤੱਕ ਇੱਥੇ ਸੇਫ ਹੈ ਲੁਧਿਆਣੇ ਤੋਂ ਇੱਕ ਵੀਰ ਅਤੇ ਇੱਕ ਭੈਣ ਆਏ ਸੀਗੇ ਉਹਨਾਂ ਨੇ ਕੈਨੇਡਾ ਜਾਣਾ ਸੀਗਾ ਉਹ ਆਪਦੇ 4 ਰੈਬਿਟ ਛੱਡ ਕੇ ਗਏ ਸੀਗੇ ਅਤੇ ਇੱਕ ਭੈਣ ਲੁਧਿਆਣਾ ਤੋਂ ਉਸ ਤੋਂ ਪਹਿਲਾਂ ਆਈ ਸੀ ਉਹ ਬਰਾਊਨ ਵਾਈਟ ਵਾਲੇ ਜਿਹੜੇ ਫਿਰਦੇ ਆ ਅਤੇ ਉਹਨਾਂ ਦੇ 2 ਵਾਈਟ ਸੀ 2 ਬਰਾਊਨ ਵਾਈਟ ਸੀਗੇ ਉਹ ਵੀ ਹਲੇ ਤੱਕ ਹੀ ਫਿਰਦੇ ਆ ਅੱਛਾ ਤੁਸੀਂ ਸਾਰੀ ਇੱਥੇ ਰੱਖਦੇ ਕੋਈ ਫੀਸ ਫੂਸ ਲੈਂਦੇ ਹੋ ਕੋਈ ਫੀਸ ਨਹੀਂ ਜੀ ਹੱਥ ਜੋੜ ਦਿੰਦੇ ਹਾਂ ਬਸ ਜੋ ਤੁਹਾਡਾ ਦਿਲ ਕਰੇ ਕਰ ਸਕਦੇ ਹੋ ਸਾਡੇ ਵੱਲੋਂ ਮੰਗਣ ਵਾਲਾ ਨਹੀਂ ਹੈਗਾ ਵੀ ਸਾਨੂੰ 1100 ਦੀ ਪਰਚੀ ਕਟਾਓ 2100 ਦੀ ਕਟਾਓ ਸਾਡੇ ਵੱਲੋਂ ਕੁਛ ਨਹੀਂ ਹੈਗਾ ਜੀ ਫ੍ਰੀ ਹੈ ਇਹ ਬਈ ਆਪਣਾ ਯਾਰ ਦੋਸਤ ਹੈ ਮੁੰਡਾ ਜਸਵਿੰਦਰ ਬਰਾੜ ਹੈ ਮੁਕਤਸਰ ਤੋਂ ਅਤੇ ਉਹਨਾਂ ਨੇ ਇਹ ਬਈ ਛੱਡੇ ਹੋਏ ਆ ਟਰਕੀ ਇੱਥੇ ਉਹ ਤਾਂ ਛੱਡਿਆ ਕਹਿੰਦਾ ਵੀ ਜਿਵੇਂ ਸ਼ਹਿਰ ਦੇ ਲੋਕ ਇੱਥੇ ਸਕੂਲ ਦੇ ਬੱਚੇ ਵਿਜ਼ਿਟ ਕਰਨ ਆਉਂਦੇ ਆ ਤਾਂ ਉਹਨਾਂ ਨੂੰ ਸੋਹਣੇ ਲੱਗਦੇ ਇਹ ਦੇਖਣ 'ਚ ਸੋਹਣੇ ਲੱਗਦੇ ਆ ਕੁਛ ਉਹਨਾਂ ਨੂੰ ਨਵੀਆਂ ਪ੍ਰਜਾਤੀਆਂ ਉਹਨਾਂ ਦੇ ਬਾਰੇ ਜਾਣਨ ਦਾ ਮੌਕਾ ਮਿਲਦਾ ਜੀ ਬਹੁਤ ਸੋਹਣੇ ਲੱਗਦੇ ਹਨ ਦੇਖਣ ਨੂੰ ਇਹ ਮੋਰ ਵਾਂਗੂ ਲੱਗਦੇ ਜੀ ਮੋਰਾਂ ਵਾਂਗੂ ਪਹਿਲ ਪਾਉਂਦੇ ਨਾ ਖੰਭ ਖੋਲ੍ਹ ਕੇ ਐਂ ਰਹਿੰਦੇ ਆ ਆਹ ਅੱਛਾ ਇੱਧਰ ਤੁਸੀਂ ਗਾਵਾਂ ਵੀ ਰੱਖੀਆਂ ਹੋਈਆਂ ਨੇ ਬਾਈ ਹਾਂ ਇਹ ਗਾਵਾਂ 'ਚੋਂ ਵੀ ਆਹ ਤਾਂ ਇੱਥੇ ਮੰਨ ਲਓ ਜਿਹੜੇ ਡੋਗਸ ਵਗੈਰਾ ਕੈਟਸ ਵਗੈਰਾ ਉਹਨਾਂ ਦੇ ਦੁੱਧ ਵਾਸਤੇ ਆ ਉਹ ਰੈਸਕਿਊ ਹੈ ਜੀ ਆਪਣੀਆਂ ਅੱਛਾ ਹਾਂ ਉਹ ਵੱਛਾ ਜਿਹੜਾ ਗਿਰ ਹੈ ਉਹ ਵੀ ਰੈਸਕਿਊ ਆ ਆਹ ਜਿਹੜੀ ਰਾਧਾ ਹੈ ਆਹ ਵੀ ਰੈਸਕਿਊ ਆ ਅੱਛਾ ਹਾਂ ਇਹ ਬੱਕਰਾ ਜੀ ਆਪਣੇ ਕੋਲ ਹੁਣ ਇਹਨੂੰ 1.5 ਸਾਲ ਹੋ ਗਏ ਜੀ ਆਏ ਨੂੰ ਅਤੇ 2 ਸਾਲ ਹੋ ਗਏ ਅਤੇ ਇਹ ਆਪਾਂ ਕਸਾਈ ਦੀ ਦੁਕਾਨ 'ਤੇ ਕੋਲੋਂ ਦੇ ਲੰਘ ਰਹੇ ਸੀਗੇ ਕਿਉਂਕਿ ਨਾਲ ਹੀ ਪੱਠੇ ਆਉਂਦੇ ਸੀਗੇ ਅਤੇ ਅਸੀਂ ਪੱਠੇ ਗੱਡੀ 'ਚ ਰੱਖੇ ਅਤੇ ਅਸੀਂ ਤੁਰਨ ਲੱਗੇ ਨਾ ਤਾਂ ਮੈਨੂੰ ਆਵਾਜ਼ ਆਈ ਸੀਗੀ ਮਤਲਬ ਬੱਕਰੀਆਂ ਬੁੱਕਰੀਆਂ ਦੀ ਅਤੇ ਉਹਨੇ ਦੀ ਇੱਕ ਮਤਲਬ ਦਿਲ ਨੂੰ ਲੱਗਣ ਵਾਲੀ ਆਵਾਜ਼ ਜੀ ਉਵੇਂ ਫੀਲ ਜੀ ਆਈ ਅਤੇ ਦੇਖਿਆ ਵੀ ਇਹ ਮਤਲਬ ਜਮਾਂ ਹੀ ਇੰਨਾ ਕੁ ਸੀਗਾ ਇਹ ਅਤੇ ਮੈਂ ਕਿਹਾ ਯਾਰ ਐਡੇ ਸੋਹਣੇ ਬੱਕਰੇ ਨੂੰ ਮੈਂ ਕਿਹਾ ਚਿੱਟਾ ਬੱਕਰਾ ਬਰਬਰੀ ਮਤਲਬ ਜਿਹੜੇ ਗੋਟ ਫਾਰਮਿੰਗ ਕਰਦੇ ਉਹਨਾਂ ਨੂੰ ਪਤਾ ਹੋਊਗਾ ਬਈ ਇਹਦੀ ਕੁਆਲਿਟੀ ਕਿੰਨੀ ਹੈ ਵੀ ਕਿੰਨਾ ਪਿਓਰ ਹੈ ਇਹ ਬਰਬਰੀ 'ਚ ਤਾਂ ਇਸ ਨੂੰ ਕਸਾਈ ਵੱਢਣ ਵਾਲੇ ਸੀਗੇ ਉਹ ਫਿਰ ਜਦੋਂ ਅਸੀਂ ਵੇਖਿਆ ਉਹਨੂੰ ਆਖ ਮੈਂ ਕਿਹਾ ਯਾਰ ਵੀ ਆਹ ਬੱਕਰਾ ਕਹਿੰਦੇ ਕਿਵੇਂ ਮੈਂ ਕਿਹਾ ਬੱਕਰਾ ਲੈਣਾ ਕਹਿੰਦੇ ਸਫਾਈ ਕਰਕੇ ਦੇ ਦਿੰਦੇ ਮੈਂ ਕਿਹਾ ਸਫਾਈ ਸਫੂਈ ਨਾ ਕਰੋ ਮੈਂ ਕਿਹਾ ਮੈਨੂੰ ਜਿਉਂਦਾ ਦੇ ਦਿਓ ਕਿੰਨੇ ਦਾ ਇਹ ਬਈ ਮੈਂ 6750 ਰੁਪਈਆਂ ਦਾ ਲਿਆ ਸੀਗਾ ਤੋਲ ਕੇ ਮੀਟ ਦੇ ਹਿਸਾਬ ਨਾਲ ਤੋਲ ਕੇ ਦਿੱਤਾ ਸੀਗਾ ਉਹਨਾਂ ਨੇ ਮੈਨੂੰ ਅਤੇ ਉਹ ਕਹਿੰਦੇ ਇਹਦੀ ਕਿਸਮਤ ਹੀ ਵਧ ਗਿਆ ਸੀਗੀ ਉਹ ਕਹਿੰਦੇ ਅਸੀਂ ਮੁੰਡੇ ਨੂੰ ਦੱਸਿਆ ਸੀਗਾ ਵੀ ਬੱਕਰਾ ਲਿਆ ਵੱਢਣ ਵਾਸਤੇ ਉਹ ਕਹਿੰਦਾ ਇਹਦੇ ਨਾਲ 4 ਕਾਲੇ ਸੀਗੇ ਉਹ ਜਿਹੜੇ ਮੀਟ ਵਾਲੇ ਹੁੰਦੇ ਜਿਹੜੇ ਬੀਟਲ ਨਸਲ ਵਾਲੇ ਹੁੰਦੇ ਆ ਕਹਿੰਦਾ ਉਹ ਕਾਲੇ ਨੂੰ ਲਿਆਇਆ ਕਹਿੰਦਾ ਮੈਂ ਉਹਨੂੰ ਮੁੰਡੇ ਨੂੰ ਲੜਿਆ ਵੀ ਮੈਂ ਕਿਹਾ ਤੇਰਾ ਸਾਰਾ ਦਿਨ ਫੋਨ 'ਚ ਧਿਆਨ ਰਹਿੰਦਾ ਤੈਨੂੰ ਜਦੋਂ ਆਖਿਆ ਸੀਗਾ ਵੀ ਚਿੱਟਾ ਪਹਿਲਾਂ ਵੱਢ ਲੈਂਦੇ ਹਾਂ ਅੱਛਾ ਚਿੱਟੇ ਦੀ ਕਿਸਮਤ ਸੀਗੀ ਮੰਨ ਲਓ ਉਹ ਕਹਿੰਦਾ ਬਈ ਅਸੀਂ 11 ਵਜੇ ਜਦੋਂ ਕਾਲਾ ਵੱਢਿਆ ਨਾ ਉਦੋਂ ਨੰਬਰ ਇਹਦਾ ਲੱਗਣਾ ਸੀਗਾ ਅੱਛਾ ਉਹ ਭੁਲੇਖੇ ਨਾਲ ਮੁੰਡਾ ਭੁਲੇਖੇ ਨਾਲ ਉਹ ਫੋਨ 'ਚ ਲੱਗਿਆ ਹੋਇਆ ਸੀ ਕਹਿੰਦਾ ਕਹਿੰਦਾ ਉਹਨੂੰ ਮੈਂ ਕਿਹਾ ਚਿੱਟਾ ਲਿਆ ਵੀ ਪਹਿਲਾਂ ਚਿੱਟੇ 'ਚ ਮਾਸ ਸਹੀ ਹੈ ਅਤੇ ਪਹਿਲਾਂ ਚਿੱਟਾ ਵੱਢ ਲੈਂਦੇ ਹਾਂ ਉਹ ਫੋਨ 'ਚ ਲੱਗਿਆ ਹੋਇਆ ਸੀ ਕਿੱਧਰ ਉਹਨੇ ਕਾਲੇ ਦਾ ਕੰਨ ਫੜਿਆ ਉਹ ਕਾਲਾ ਅੰਦਰ ਲੈ ਗਿਆ ਕਾਲਾ ਵਲੀ ਚੜ ਗਿਆ ਅਤੇ 1-2 ਵਜੇ ਇਹ ਅੱਜ ਤੱਕ ਜਾਂਦਾ ਹੁਣ ਤਾਂ ਬਈ ਇਹ ਜਾਂਦਾ ਹੀ ਰਹੂਗਾ ਸਾਰੀ ਉਮਰ ਹੀ ਹਾਂ ਇਸੇ ਦੀ ਬੱਚੀ ਹੈ ਇਹ ਅੱਛਾ ਇਹਦੀ ਬੱਚੀ ਹਾਂ ਇਸੇ ਦੀ ਬੱਚੀ ਹੈ ਇਹਦੀ ਜਿਹੜੀ ਮਦਰ ਹੈ ਉਹ ਆਪਾਂ
ਕਿਸੇ ਯਾਰ ਮਿੱਤਰ ਨੂੰ ਅਡੋਪਟ ਕਰਾਤੀ, ਉਹ ਵੀ ਪੈਸਿਆਂ 'ਚ ਨਹੀਂ ਵੇਚੀ ਆਪਾਂ, ਉਹ ਵੀ ਫ੍ਰੀ ਅਡੋਪਟ ਹੀ ਕਰਾਈ ਆ। ਅੱਛਾ, ਇੱਧਰ ਦੱਸਿਓ ਮਾੜਾ ਜਿਹਾ। ਆਹ ਪੀਜੀ ਹੈ ਜੀ, ਪੀਜੀ ਦੀ ਪੁਰਾਣੀ ਫੋਟੋ ਮੈਂ ਤੁਹਾਨੂੰ ਉੱਧਰ ਦਿਖਾਉਣਾ, ਪੋਸਟਰ 'ਤੇ ਲੱਗੀ ਹੋਈ। ਇਹ ਬੱਚੀ ਆਈ ਸੀਗੀ ਆਪਣੇ ਕੋਲ ਦੋ ਹੀ ਦਿਨਾਂ ਦੀ, ਖਰਗੋਸ਼ ਜਿੱਡੇ ਹੁੰਦੇ ਆ, ਖਰਗੋਸ਼ ਤੋਂ ਵੀ ਨਿੱਕੀ ਸੀਗੀ ਇਹ ਤਾਂ, ਮਤਲਬ ਇਹ ਗਟਰ ਦੇ ਵਿੱਚ ਡਿੱਗੀ ਹੋਈ ਸੀਗੀ ਅਤੇ ਗਟਰ 'ਚੋਂ ਫਿਰ ਅਸੀਂ ਇਹਨੂੰ ਕੋਲ ਆਇਆ ਸੀਗਾ ਸਾਨੂੰ ਸਰਸੇ ਐਫ ਬਲੋਕ ਤੋਂ ਇੱਕ ਭੈਣ ਦਾ, ਉਹ ਕਹਿੰਦੀ ਵੀ ਬਈਆ ਗਟਰ ਮੈਂ ਪਿੱਗ ਕੇ ਬੱਚੇ ਗਿਰੇ ਹੋਏ ਹੈ। ਆਵਾਜ਼ ਆ ਰਹੀ ਸੀ ਉਹਨੂੰ, ਪਰ ਐਂ ਨਹੀਂ ਪਤਾ ਸੀ ਵੀ ਕਿੰਨੇ ਬੱਚੇ ਡਿੱਗੇ ਹੋਏ ਹੈ। ਅਤੇ ਜਦੋਂ ਅਸੀਂ ਗਏ ਦੇਖਿਆ ਅੰਦਰ ਤਾਂ ਇੱਕ ਇਕੱਲੀ ਇਹੀ ਸੀਗੀ ਪਿੱਗੀ, ਅਤੇ ਅੰਦਰ ਰੌਲਾ ਪਾਈ ਜਾਂਦੀ ਸੀਗੀ। ਫਿਰ ਅਸੀਂ ਉਹ ਡੋਗ ਰੈਸਕਿਊ ਕਰਦੇ ਹਾਂ, ਉਹ ਸਟਿੱਕ 'ਚ ਇਹਨੂੰ ਫੜਿਆ ਬਾਹਰ ਕੱਢਿਆ, ਫਿਰ ਇਹਨੂੰ ਜਿਹੜਾ ਗੰਦ ਗੁੰਦ ਲੱਗਿਆ ਸੀਗਾ ਉਹ ਧੋ ਕੇ, ਫਿਰ ਇਹਨੂੰ ਪਹਿਲਾਂ ਬਨਾਨਾ ਸ਼ੇਕ ਪਿਆਉਂਦੇ ਸੀਗੇ ਨਿੱਕੀ ਹੁੰਦੀ ਨੂੰ, ਹੁਣ ਬਈ ਇਹ ਪੱਠੇ ਖਾਂਦੀ ਹੈ, ਪਾਣੀ ਦੀ ਡਿੱਗੀ ਦੇਖ ਲਓ, ਪਾਣੀ ਪੀ ਜਾਂਦੀ। ਇੱਧਰ ਕਿਚੜ ਵੀ ਹੈ ਪਰ ਮਜਾਲ ਨਹੀਂ ਬਈ, ਕਿਚੜ 'ਚ ਲਿਟ ਜੂਗੀ ਇਹ ਦੇਖ ਲਓ, ਨਹੀਂ ਆਪਾਂ ਕਹਿ ਦਿੰਦੇ ਵੀ ਸੂਰ ਗਾਂਦੇ 'ਚ ਲਿਟ ਦਿਆ, ਦੇਖ ਲਓ ਗੁਲਾਬੀ ਰੰਗ ਦੀ ਐਂ ਰਹੂਗੀ, ਉਹ ਇਹਦਾ ਗੱਦਾ ਬਈ, ਉੱਥੇ ਸੌਗੀ ਇਹ, ਉਹ ਬੈੱਡ ਹੈ ਇਹਦਾ, ਆਹ ਦੇਖ ਲਓ ਕਿਚੜ ਪਿਆ ਇੱਥੇ ਜਮ੍ਹਾਂ, ਤਾਂ ਕਿਸੇ ਪਾਸੇ ਵੀ ਗੰਦੀ ਦਿਖਦੀ ਹੋਵੇ ਤਾਂ ਇਹ। ਇਹ ਜੀ ਅਸੀਂ ਇਸ 2023 ਦੀ ਜਿਹੜੀ ਧਨਤੇਰਸ ਗਈ ਹੈ ਦਿਵਾਲੀ ਤੋਂ ਇੱਕ ਦਿਨ ਪਹਿਲਾਂ, ਉਦੋਂ ਅਸੀਂ ਇਹ ਬਾਜ਼ਾਰ 'ਚੋਂ ਰੈਸਕਿਊ ਕੀਤੀ ਸੀਗੀ ਆਪਣੇ ਸਰਸੇ ਦੀ ਜਿਹੜੀ ਮਾਰਕੀਟ ਹੈ ਉਹਦੇ 'ਚ ਹੀ, ਵੀ ਇਹਦੇ ਉੱਤੇ ਨਾ ਲੈਂਟਰ ਵਾਲੀਆਂ ਜਿਹੜੀਆਂ ਪਲੇਟਾਂ ਹੁੰਦੀਆਂ ਲੋਹੇ ਵਾਲੀਆਂ, ਉਹ ਲੋਡ ਕਰ ਰੱਖੀਆਂ ਸੀਗੀਆਂ ਰੇੜੇ 'ਤੇ, ਅਤੇ ਉਹ ਰੇੜੇ ਦੇ ਵਿੱਚ ਇਹ ਬੇਹੋਸ਼ ਹੋ ਗਈ ਸੀਗੀ, ਬੇਹੋਸ਼ ਹੋ ਕੇ ਅਤੇ ਜਿੰਨੀਆਂ ਪਲੇਟਾਂ ਸੀ ਬਈ ਉਹਦੀਆਂ ਸਾਰੀਆਂ ਉੱਤੇ ਵੱਜੀਆਂ ਇਹਦੇ ਟੂਏ 'ਤੇ, ਇਹ ਬੇਹੋਸ਼ ਹੋ ਗਈ। ਜਿਹੜਾ ਇਹਦਾ ਮਾਲਕ ਸੀਗਾ ਉਹ ਬੇਹੋਸ਼ ਪਈ ਨੂੰ ਵੀ ਕੁੱਟੀ ਗਿਆ, ਖੜ੍ਹੀ ਕਰਨ ਵਾਸਤੇ ਕੁੱਟੀ ਗਿਆ, ਬਕਾਇਦਾ ਆਪਣੇ ਕੋਲ ਉਹਦੇ ਪਰੂਫ ਵੀ ਪਏ ਸੀਗੇ, ਅਤੇ ਮੁੰਡੇ ਦਾ ਮੈਨੂੰ ਕਾਲ ਆਇਆ, ਫਿਰ ਆਪਾਂ ਇਹਨੂੰ ਰੈਸਕਿਊ ਕਰਕੇ ਲੈ ਕੇ ਆਏ। ਹੁਣ ਇਹਨੂੰ ਆਪਣੇ ਕੋਲ 6 ਮਹੀਨੇ ਦੇ ਤਕਰੀਬਨ ਹੋ ਗਏ, 5-6 ਮਹੀਨੇ ਹੋ ਗਏ, ਅਤੇ ਹੁਣ ਤਾਂ ਬਈ ਇਹ ਬਹੁਤ ਭਰ ਗਈ, ਪਹਿਲਾਂ ਤਾਂ ਇਹਦੀਆਂ ਇਕੱਲੀ ਇਕੱਲੀ ਹੱਡੀ ਦਿਖਦੀ ਹੁੰਦੀ ਸੀਗੀ ਸਰੀਰ ਦੀ, ਆਹ ਸਾਰੇ ਆ ਦੇਖੇ ਹਜੇ ਜ਼ਖਮ ਹੈ, ਵਾਲ ਆਉਣੇ ਇੱਥੇ, ਆਹ ਸਾਰਾ ਹੀ ਗਲਿਆ ਹੋਇਆ, ਇੱਥੋਂ ਇੰਨਾ ਹਿੱਸਾ ਗਲਿਆ ਹੋਇਆ, ਪਰਲਾ ਪਾਸਾ, ਰੀੜ ਵਾਲੀ ਹੱਡੀ, ਪੈਰ, ਸਾਰਾ ਕੁਛ ਇਹਦਾ ਬਈ ਪੂਰਾ ਸਮੈਲ ਕਰਦੇ ਹੁੰਦੇ ਸੀਗੇ, ਅਤੇ ਹੁਣ ਤੁਹਾਡੇ ਸਾਹਮਣੇ ਆ ਤੁਹਾਨੂੰ। ਅੱਛਾ ਭੈਣੇ, ਤੁਸੀਂ ਵੀਰ ਹੋਣਾ ਨਾਲ ਜਦੋਂ ਵਿਆਹ ਸੀ ਅਤੇ ਪਹਿਲੀ ਵਾਰ ਜਾਂ ਵਿਆਹ ਤੋਂ ਪਹਿਲਾਂ ਇੱਥੇ ਆਏ, ਤੁਹਾਨੂੰ ਸ਼ਹਿਰੀ ਕੁੜੀਆਂ ਹੁੰਦੀਆਂ ਨੇ ਅਕਸਰ ਉਹ ਚੀਜ਼ਾਂ ਤੋਂ ਸੂਗ ਮੰਨਦੀਆਂ ਹੁੰਦੀਆਂ ਨੇ, ਹੈ ਨਾ, ਕਿ ਹਾਈਜੈਨਿਕ ਨੇ, ਹੈ ਨਾ, ਇਹ ਬਹੁਤ ਸਾਫ਼ ਸੁਥਰੇ ਨਹੀਂ ਹੁੰਦੇ ਹੈਗੇ, ਤੁਹਾਨੂੰ ਇਹ ਚੀਜ਼ਾਂ ਤੋਂ ਸੂਗ ਹੋਈ ਵੀ ਇਹ ਜ਼ਖਮੀ ਨੇ, ਮੈਂ ਇਹਨਾਂ ਨੂੰ ਚੱਕ ਰਹੀ ਹਾਂ, ਇਹਨਾਂ ਦੀ ਸੇਵਾ ਕਰ ਰਹੀ ਹਾਂ, ਜਾਂ ਇਹਨਾਂ ਨੂੰ ਰੋਕਿਆ ਹੋਵੇ? ਨਹੀਂ ਨਹੀਂ, ਪਹਿਲੇ ਮੇਰੇ ਕੋਲ ਬਿਲਕੁਲ ਵੀ ਪਸੰਦ ਨਹੀਂ ਥਾ, ਬਿਲਕੁਲ ਵੀ, ਮਤਲਬ ਆਸ ਪਾਸ ਵੀ ਨਹੀਂ ਥਾ ਘਰ ਪੇ, ਡੋਗ ਵੀ ਨਹੀਂ ਰੱਖਤੀ ਥੀ ਪਹਿਲੇ ਮੈਂ। ਫਿਰ ਧੀਰੇ ਧੀਰੇ ਇਨਕਾ ਮੇਰੇ ਸੇ ਬਾਤ ਹੋਣੇ ਲੱਗੀ, ਫਿਰ ਇਹਨਾਂ ਨੇ ਸਮਝਾਇਆ ਕਿ ਇਹ ਮੇਰੀ ਦਾਦੀ ਐਸੇ ਸੇਵਾ ਕਰਤੀ ਥੀ, ਔਰ ਮਤਲਬ ਅੱਗੇ ਨਾ ਤੇਰੇ ਕੋ ਪੁੰਨ ਮਿਲੇਗਾ ਇਨ ਚੀਜ਼ੋਂ ਕਾ, ਕਰਕੇ ਦੇਖੇ ਇੱਕ ਵਾਰੀ, ਕਿਉਂਕਿ ਆਈਜ਼ ਮੈਂ ਦੇਖੇ ਕਿ ਨਾ ਉਹ ਮਾਸੂਮੀਅਤ ਦਿਖਤੀ ਹੈ, ਤੋ ਫਿਰ ਮੈਨੇ ਧੀਰੇ ਧੀਰੇ ਥੋੜ੍ਹਾ ਸਟਾਰਟ ਕੀਆ ਦੇਖ ਇਨਕੋ, ਮਤਲਬ ਕੇਅਰ ਕਰਨਾ ਇਨਕੀ, ਫਿਰ ਮੇਰਾ ਮਨ ਲੱਗਣੇ ਲੱਗਿਆ ਉਸ ਚੀਜ਼ ਨੂੰ। ਅੱਛਾ, ਤੁਹਾਨੂੰ ਇਹ ਚੀਜ਼ਾਂ ਤੋਂ ਸਕੂਨ ਮਿਲਦਾ? ਕਿੰਨੀ ਵਾਰ ਆਉਂਦੇ ਹੋ ਇੱਥੇ ਤੁਸੀਂ, ਮਹੀਨੇ 'ਚ, ਹਫ਼ਤੇ 'ਚ, ਜਾਂ ਨਹੀਂ 30-30 ਦਿਨ ਆਉਂਦੇ ਹਾਂ ਮਹੀਨੇ ਮੈਂ? ਤੁਸੀਂ 30-30 ਦਿਨ ਇੱਥੇ ਆਉਂਦੇ ਹੋ? ਹਾਂਜੀ। ਤੁਸੀਂ ਕੀ ਕੰਮ ਕਰਦੇ ਹੋ ਇੱਥੇ? ਕੁਛ ਵੀ, ਜੋ ਵੀ ਮਿਲ ਜਾਏ ਬਈ। ਅੱਛਾ, ਤੁਸੀਂ ਵੀ ਸੇਵਾ ਕਰਦੇ ਹੋ ਇਹਨਾਂ ਦੀ? ਹਾਂਜੀ। ਅੱਛਾ, ਬਿਲਕੁਲ, ਇਹ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਇਹਨਾਂ ਨੂੰ ਦੇਖ ਕੇ ਇਹ ਸੇਵਾ ਕਰਨੀ ਸਿੱਖੀ, ਹੈ ਨਾ, ਇਹ ਤਾਂ ਚਲੋ ਕਰ ਹੀ ਰਹੇ ਸੀਗੇ। ਅੱਛਾ, ਤੁਸੀਂ ਇਹਨਾਂ ਨੂੰ ਪਹਿਲਾਂ ਕਦੇ ਵਿਆਹ ਤੋਂ ਪਹਿਲਾਂ ਰੋਕ ਟੋਕ ਤਾਂ ਨਹੀਂ ਕਰੀ ਹੈਗੀ ਵੀ ਤੁਸੀਂ ਕਿਹੜੇ ਕੰਮੀ ਲੱਗੇ ਹੋ ਤੁਸੀਂ? ਨਹੀਂ, ਪਹਿਲੇ ਮੇਰੀ ਇਨਕੇ ਸਾਥ ਜਾਣਕਾਰੀ ਨਹੀਂ ਥੀ, ਤਬ ਤੋਂ ਮਤਲਬ ਮੰਮੀ ਔਰ ਕੇ ਸਾਥ ਬਾਤੇਂ ਕਰਤੀ ਥੀ ਮੈਂ, ਕਿਉਂਕਿ ਸ਼ੈਲਟਰ ਬਿਲਕੁਲ ਘਰ ਕੇ ਸਾਹਮਣੇ ਥਾ, ਕਿ ਮੰਮੀ ਇਹ ਗੰਦੇ ਸੇ ਕੁੱਤੇ ਉਠਾਤੇ ਹੈ, ਔਰ 2-2 ਵਜੇ ਤੱਕ ਬੈਠੇ ਰਹਿਤੇ ਥੇ ਰਾਤ ਕੋ, ਕਿਸੀ ਕੀ ਸਰਜਰੀ ਕਰਵਾ ਰਹੇ ਹੈ, ਕਿਸ ਕੁਛ ਕਰਵਾ ਰਹੇ ਹੈ, ਮਤਲਬ ਮੇਰੇ ਕੋ ਅੱਛਾ ਨਹੀਂ ਲੱਗਦਾ ਥਾ ਵੋ। ਫਿਰ ਆਂਟੀਆਂ ਬਾਤ ਕਰਤੀ ਥੀ, ਸਮੈਲ ਆਤੀ ਥੀ ਰਾਤ ਕੋ, ਫਿਰ ਇੰਟਰਸਟ ਸਾ ਥੋੜ੍ਹਾ ਟੁੱਟ ਗਿਆ ਥਾ ਇਨਸੇ, ਫਿਰ ਥੋੜ੍ਹੀ ਬਾਤ ਹੋਈ ਨਾ ਉਸਕੇ ਬਾਅਦ ਮੇਰਾ ਇੰਟਰਸਟ ਬਣ ਗਿਆ ਇਨ ਚੀਜ਼ੋਂ। ਅੱਛਾ, ਸਭ ਤੋਂ ਜ਼ਿਆਦਾ ਕਿਹੜੇ
ਪੰਛੀ ਨੂੰ ਤੁਸੀਂ ਜਾਂ ਕਿਹੜੇ ਪਸ਼ੂ ਹੈ ਇੱਥੇ ਜਿਹਨੂੰ ਪਿਆਰ ਕਰਦੇ ਹੋ ਤੁਸੀਂ? ਦਾਨਵੀਰ ਨੂੰ। ਅੱਛਾ, ਉਹ ਦਾਨਵੀਰ ਹੈ ਤੁਹਾਡਾ? ਹਾਂਜੀ। ਅੱਛਾ ਭੈਣੇ, ਸਭ ਤੋਂ ਪਿਆਰਾ ਉਹ ਉੱਥੇ ਅਸੀਂ ਸਾਰੇ ਪੰਛੀ ਦੇਖ ਲਏ ਜਿਹੜੇ ਤੁਸੀਂ ਜਾਨਵਰ ਰੱਖੇ ਹੋਏ ਹੈ ਨਾ, ਸੇਵਾ ਕਰਦੇ ਹੋ, ਉਹ ਦੇਖ ਲਏ। ਤੁਹਾਡਾ ਸਭ ਤੋਂ ਪਿਆਰਾ ਕਿਹੜਾ ਇਹਨਾਂ ਚੋਂ? ਦਾਨਵੀਰ ਹੈ। ਦਾਨਵੀਰ ਕੌਣ ਹੈ? ਮੁੰਡਾ ਹੈ ਜੀ ਸਾਡਾ। ਇਹ ਮੁੰਡਾ ਤੁਹਾਡਾ? ਹਾਂਜੀ। ਅੱਛਾ, ਇਹ ਇੰਨਾ ਇਹਦਾ ਬੱਚਿਆਂ ਵਾਂਗੂ ਪਿਆਰ ਕਰਦੇ ਤੁਸੀਂ? ਬਿਲਕੁਲ ਜੀ। ਇਹ ਬਹੁਤ ਬੁਰੀ ਹਾਲਤ ਮੈਂ ਆਇਆ ਥਾ ਨਾ, ਤਬ ਤਬ ਸੇ ਹੀ ਐਸੇ ਬਿਲਕੁਲ ਆਪਣੇ ਬੱਚੋਂ ਸੇ ਵੀ ਜ਼ਿਆਦਾ ਰੱਖਤੇ ਹਾਂ ਮੈਂ ਇਸਕੋ। ਅੱਛਾ। ਹਾਂਜੀ। ਅੱਛਾ, ਤੁਹਾਡਾ ਇਹ ਘੋੜ ਸਵਾਰੀ ਵੀ ਤੁਸੀਂ ਕਰਦੇ ਹੋ, ਇੱਥੇ ਚੜ੍ਹ ਵੀ ਜਾਂਦੇ ਹੋ ਹਨਾ, ਘੋੜ ਸਵਾਰੀ ਵੀ ਕਰਦੇ ਹੋ ਤੁਸੀਂ, ਭਜਾ ਭਜੂ ਵੀ ਲੈਂਦੇ ਹੋ ਇਹਨਾਂ ਨੂੰ? ਹਾਂਜੀ। ਉਹ ਕੀ ਸਬੱਬ ਬਣਿਆ? ਪਹਿਲੇ ਮੈਨੇ ਕਭੀ ਦੇਖੇ ਨਹੀਂ ਥੇ ਘੋੜੇ, ਮੇਰੇ ਪੜਦਾਦਾ ਹੋਰੀ ਤੋਂ ਰੱਖਤੇ ਥੇ, ਲੇਕਿਨ ਜਬ ਮੇਰਾ ਬਰਥ ਹੁਆ ਤਬ ਉਹਨੇ ਵੇਚ ਬੂਚ ਦੀਏ ਥੇ, ਮਤਲਬ ਤੋ ਫਸਟ ਟਾਈਮ ਮੈਨੇ ਘੋੜਾ ਅਗਰ ਟੱਚ ਕੀਆ ਥਾ ਤੋ ਇਸੀ ਕੋ ਕੀਆ ਥਾ, ਔਰ ਰਾਈਡਿੰਗ ਕਾ ਸ਼ੌਕ ਉਨਕੋ ਥਾ ਤੋ ਧੀਰੇ ਧੀਰੇ ਉਨਕੋ ਦੇਖ ਕੇ ਮੁਝੇ ਵੀ ਰਾਈਡਿੰਗ ਕਾ ਸ਼ੌਕ ਹੋ ਗਿਆ ਫਿਰ। ਅੱਛਾ, ਤੁਸੀਂ ਇਹਨਾਂ ਨੂੰ ਸਪੈਸ਼ਲੀ ਡਿਮਾਂਡ ਕੀਤੀ ਕਿ ਮੈਂ ਸਿੱਖਣਾ? ਹਾਂਜੀ। ਘੋੜ ਸਵਾਰੀ? ਹਾਂਜੀ। ਕੀ ਆਖਿਆ ਸੀ ਇਹਨਾਂ ਨੂੰ? ਵੀ ਮੈਂ ਵੀ ਸਿੱਖਣੀ ਹੈ। ਅੱਛਾ, ਤੇ ਇਹਨਾਂ ਨੇ ਨਾ ਤਾਂ ਨਹੀਂ ਕੀਤੀ ਹੈਗੀ? ਨਹੀਂ ਜੀ, ਮੇਰੇ ਸਸੁਰ ਹੈ ਸਭ ਤੋਂ ਪਹਿਲੇ ਮੁਝੇ ਉਹਨਾਂ ਨੇ ਬੋਲਾ ਥਾ ਕਿ ਰਾਈਡਿੰਗ ਸਿੱਖਣੀ ਹੈ ਪੁੱਤਾ ਤੂੰ। ਅੱਛਾ। ਹਾਂਜੀ, ਕਿਆ ਬਾਤ ਹੈ। ਅੱਛਾ, ਸਹੁਰੇ ਦੇ ਕਹਿਣਦੇ ਤੁਸੀਂ ਸਿੱਖੀ? ਹਾਂ। ਅੱਛਾ ਵੀਰੇ, ਇਹ ਘੋੜੇ ਨਾਲ ਵੀ ਤੁਹਾਡਾ ਖਾਸ ਲਗਾ ਹੈ ਹਨਾ, ਤੇ ਭੈਣ ਹੋਰਾਂ ਦਾ ਵੀ ਖਾਸ ਲਗਾ ਹੈ, ਇਹਦੇ ਪਿੱਛੇ ਦੀ ਕਹਾਣੀ ਕੀ ਹੈ? ਇਹ ਤੁਸੀਂ ਸ਼ੌਂਕੀਆ ਇੱਥੇ ਲਿਆਂਦਾ ਜਾਂ ਇਹਦੇ ਪਿੱਛੇ ਦੀ ਵੀ ਕੋਈ ਕਹਾਣੀ ਆ? ਬਈ, ਘੋੜਿਆਂ ਨਾਲ ਸ਼ੁਰੂ ਤੋਂ ਹੀ ਮੇਰਾ ਨਿੱਕੇ ਹੁੰਦੇ ਬੜਾ ਲਗਾਵ ਸੀ, ਕਿਉਂਕਿ ਮੇਰੇ ਨਾਨਕੇ ਰੱਖਦੇ ਹੁੰਦੇ ਸੀਗੇ, ਤੇ ਉੱਥੇ ਜੇ ਮੈਂ ਨਾਨਕੇ ਜਾਂਦਾ ਤਾਂ ਰਾਈਡਿੰਗ ਜ਼ਰੂਰ ਕਰਦੇ, ਮਤਲਬ ਮੈਂ ਚੌਥੀ ਪੰਜਵੀਂ ਕਲਾਸ 'ਚ ਸੀਗਾ ਉਦੋਂ ਤੋਂ ਘੋੜਿਆਂ 'ਤੇ ਚੜ੍ਹਨ ਲੱਗ ਗਏ ਸੀਗੇ, ਫਿਰ ਇੱਥੇ ਸਾਡੇ ਸਰਸੇ ਸਕੂਲ ਹੁੰਦੇ ਸੀ ਉਹਨਾਂ ਕੋਲ ਘੋੜੇ ਹੁੰਦੇ ਸੀਗੇ, ਉਹਨਾਂ ਦੇ ਘੋੜੇ ਕਈ ਵਾਰੀ ਚਾਲ ਕੱਢਣ ਜਾਂਦੇ ਹੁੰਦੇ ਉੱਥੇ ਚੱਲ ਜਾਂਦੇ ਸੀਗੇ ਅਸੀਂ, ਫਿਰ ਸਰਸੇ ਦੇ ਲਾਗੇ ਤਾਂ ਗਏ ਮੈਂ, ਯਾਰ ਦੋਸਤਾਂ ਨੇ ਰੱਖੇ ਹੁੰਦੇ ਉੱਥੇ ਵਗ ਜਾਂਦੇ, ਤਾਂ ਫਿਰ ਮੈਨੂੰ ਐਂ ਸੀਗਾ ਮੈਂ ਕਿਹਾ ਯਾਰ ਜ਼ਿੰਦਗੀ 'ਚ ਆਪਦੀ ਕਮਾਈ ਦਾ ਮੈਂ ਕਿਹਾ ਇੱਕ ਘੋੜਾ ਤਾਂ ਲੈ ਕੇ ਆਊਂਗਾ, ਅਤੇ ਉਹ ਲੋਪਾਂ ਵਾਲਾ ਬਾਈ ਆਇਆ ਸੀਗਾ ਅਤੇ ਉਹਦੇ ਨਾਲ ਵੀ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਘੋੜੇ ਬਾਰੇ, ਅਤੇ ਉਹ ਵੀ ਆਉਂਦੇ ਕਹਿੰਦੇ ਯਾਰ ਦੇਖ ਘੋੜੇ ਦੀ ਸਵਾਰੀ ਘੋੜੇ ਦੀ ਹੁੰਦੀ ਹੈ, ਘੋੜੀ ਦੀ ਹੁੰਦੀ ਹੈ, ਵੀ ਜਿਹੜਾ ਘੋੜਾ ਜਿਸ ਐਟੀਟਿਊਡ ਨਾਲ ਚੱਲੇਗਾ ਨਾ ਉਹ ਘੋੜੀ ਨਹੀਂ ਚੱਲਦੀ, ਮੰਨ ਲਓ ਜੇਕਰ ਤੁਸੀਂ 10-12 ਘੋੜੀਆਂ ਸਾਂਭ ਲਓ ਅਤੇ ਇੱਕ ਵੱਡਾ ਆਸਟ੍ਰੇਲੀਅਨ ਘੋੜਾ ਸਾਂਭ ਲਓ ਇੱਕ ਬਰਾਬਰ ਹੈ ਬਾਈ। ਅੱਛਾ, ਇਹਦੇ ਪਿੱਛੇ ਦੀ ਕੀ ਕਹਾਣੀ ਤੁਸੀਂ ਦੱਸ ਦਿਓ ਵੀ ਇਹ ਵੀ ਕਿਸੇ ਬੰਦੇ ਤੋਂ ਰੈਸਕਿਊ? ਇਹ ਬਾਈ ਰੈਸਕਿਊ ਕੀਤਾ ਸੀਗਾ ਆਪਾਂ, ਉਹ ਨਸ਼ੇ ਪੱਤੇ ਵਾਲਾ ਬੰਦਾ ਸੀਗਾ ਅਤੇ ਇਹਦੇ ਬਈ ਸਾਰਾ ਥੱਲੋਂ ਗਲਿਆ ਹੋਇਆ ਸੀਗਾ, ਮੇਰੇ ਕੋਲ ਬਕਾਇਦਾ ਪਿਕਸ ਪਈਆਂ ਹਲੇ ਤੱਕ ਉਹਦੀਆਂ, ਅਤੇ ਇਹਦੇ ਜਿਹੜੇ ਬੋਡੀ ਦੀਆਂ ਹੱਡੀਆਂ ਉਹ ਪਿੰਜਰ ਤੱਕ ਭਾਵੇਂ ਜਿੰਨੇ 14-16 ਜਿੰਨੇ ਰਿਬਸ ਇਹਦੇ ਹੈਗੇ ਆ ਸਾਰੀਆਂ ਹੱਡੀਆਂ ਕਾਊਂਟ ਕਰ ਸਕਦੇ ਸੀਗੇ, ਇਹਦੇ ਪਿੰਜਰ ਦਿੰਦਾ ਸੀ, ਪਿੰਜਰ ਦੇਖਦਾ ਹੁੰਦਾ ਸੀਗਾ ਇਹਦਾ ਘੋੜੇ ਦਾ ਸਾਰਾ, ਵੀ ਘੋੜਾ ਤਾਂ ਕਾਹਦਾ ਸੀ ਬਈ, ਉਹਦੇ ਅੱਖਣ ਵਾਂਗੂ ਮਾੜਾ ਹੈ ਤਾਂ ਟੱਟੂ, ਤਕੜਾ ਹੈ ਤਾਂ ਘੋੜਾ, ਬਈ ਇਹ ਤਾਂ ਟੱਟੂ ਸੀਗਾ, ਤੇ ਉਦੋਂ ਬਾਅਦ ਆਏ ਆ ਵੀ ਮਹਾਰਾਜ ਨੇ ਆਪਾਂ ਨੂੰ ਬਈ ਸੇਵਾ ਲਾਈ, ਆਪਾਂ ਵੀ ਦਿਨ ਰਾਤ ਇਹਦੀ ਸੇਵਾ ਕੀਤੀ। ਇਹ ਬਈ ਕੋਈ ਯਾਰ ਮਿੱਤਰ ਹੀ ਸੀਗਾ ਤੇ ਉਹਨੇ ਮੈਨੂੰ ਦੱਸਿਆ ਸੀਗਾ, ਕਹਿੰਦਾ ਵੀ ਇੱਕ ਘੋੜਾ ਬਕਾਊ ਖੜਾ ਵੀ ਫਤਿਹਬਾਦ ਦੇ ਇਲਾਕੇ 'ਚ, ਅਤੇ ਵੀ ਉਹ ਦੇਖ ਲਓ ਜੇ ਹੈਗਾ ਤਾਂ, ਅਤੇ ਕਹਿੰਦਾ ਬਕਾਊ ਵੀ ਖੜਾ ਹੈ ਅਤੇ ਦੂਜਾ ਬਈ ਉਹਦੀ ਦੁਰਗਤੀ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਘੋੜੇ ਦੀ, ਅਤੇ ਉਵੇਂ ਬਲੱਡ ਲਾਈਨ ਚੰਗੀ ਦਾ ਵੀ ਆਲੀਸ਼ਾਨ ਦਾ ਇਹ ਉਹ ਆ ਪੋਤਾ ਹੈ ਇਹ। ਅੱਛਾ, ਉਹ ਬੰਦਾ ਤੁਹਾਨੂੰ ਮੁਫ਼ਤ 'ਚ ਦੇਣ ਨੂੰ ਮੰਨ ਗਿਆ ਫਿਰ? ਮੁਫ਼ਤ 'ਚ ਨਹੀਂ ਬਈ, ਉਹਨੇ ਦਿੱਤਾ ਆਪਾਂ ਨੂੰ ਮੁੱਲ ਹੀ ਹੈ ਇਹ, ਹਾਂ ਉਹਨੇ ਦਿੱਤਾ ਪੈਸਿਆਂ 'ਚ ਹੀ ਹੈ, ਅਤੇ 1.75 ਦਾ ਆਪਾਂ ਨੂੰ ਘੋੜਾ ਪਿਆ ਇਹ। ਅੱਛਾ, ਨਾਲੇ ਬਿਮਾਰ ਸੀ, ਨਾਲੇ ਬਿਮਾਰ ਸੀ ਬਈ, ਅਗਲਾ ਉਹਦੇ ਭਾਵੇਂ ਘਰੇ ਮਰ ਜੇ, ਉਹਦੇ ਵਾਸਤੇ ਤਾਂ ਐਂ ਵੀ ਉਹਦੇ ਭਾਵੇਂ ਘਰੇ ਮਰ ਜੇ, ਪਰ ਜਿਹਦੇ ਘਰੇ ਖੜਾ ਉਹ ਤਾਂ ਅਗਲਾ ਆਖੂ ਵੀ ਚੀਜ਼ ਮੇਰੀ ਹੈ ਵੀ ਰੇਟ ਮੇਰਾ ਹੀ ਹੋਊਗਾ, ਮੈਂ ਤੁਹਾਨੂੰ ਆ ਕੇ ਮੈਂ ਕਿਹਾ ਬਈ ਜਿੰਨਾ ਤੂੰ ਕਹਿੰਦਾ ਓਨਾ ਹੀ ਦੇ ਦਾਂਗੇ ਵੀ ਘੋੜਾ ਅਸੀਂ ਲੈ ਕੇ ਜਾਵਾਂਗੇ। ਅੱਛਾ, ਹਾਂ ਫਿਰ ਘੋੜਾ ਬਈ ਅਸੀਂ ਉਹ ਦਿਨ ਰਾਤ ਹੀ ਹੋ ਗਈ ਸੀਗੀ ਸਾਨੂੰ ਆਉਂਦਿਆਂ ਨੂੰ, ਫਿਰ ਬਸ ਉਹ ਦਿਨ ਅਤੇ ਅੱਜ ਦਾ ਦਿਨ
ਮਤਲਬ ਦਿਨੋਂ ਦਿਨ ਇਹਦੇ 'ਚ ਸੂਤ 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 ਫਰਕ ਆਈ ਜਾਂਦਾ ਵੀ ਹੁਣ ਐਂ ਬਈ ਅੱਜ ਤੁਸੀਂ ਵੀਡੀਓ ਕਰ ਲਈ 6 ਮਹੀਨਿਆਂ ਬਾਅਦ ਫਿਰ ਪਛਾਣ ਨਹੀਂ ਆਉਣਾ ਇਹ ਘੋੜਾ ਕਿ ਜਿੰਨੀ ਕੁ ਅਸੀਂ ਸੇਵਾ ਕਰੀ ਜਾਂਦੇ ਹਾਂ ਵੀ ਆਪਾਂ ਆਪਦੇ ਵੱਲੋਂ ਬਈ 100% ਦੇਈਏ ਅੱਗੇ ਦਾਨਵੀਰ ਦੀ ਕਿਸਮਤ ਹੈ ਵੀ ਕਿਵੇਂ ਇਹਨੇ ਉਹ ਕਰਨਾ ਅਦਰਵਾਈਜ਼ ਬਹੁਤ ਘੋੜਿਆਂ ਵਾਲੇ ਬੰਦੇ ਇਹ ਵੀ ਹੋਣਗੇ ਜਿਨ੍ਹਾਂ ਕੋਲ ਵੱਡੇ ਸਟੈਲੀਅਨ ਹੁੰਦੇ ਆ ਅਤੇ ਕਈਆਂ ਦੇ ਘੋੜੇ ਵੱਢਣ ਲੱਗ ਜਾਂਦੇ ਲੱਤਾਂ ਮਾਰਨ ਲੱਗ ਜਾਂਦੇ ਬਈ ਆਪਣੇ ਕੋਲ ਇੰਨਾ ਟਾਈਮ ਹੋ ਗਿਆ ਇਹਨੂੰ ਆਏ ਨੂੰ ਨਾ ਤਾਂ ਇਹਨੇ ਚੱਬਾ ਮਾਰਿਆ ਨਾ ਇਹਨੇ ਲੱਤ ਮਾਰੀ ਨਾ ਕਦੇ ਅੱਗੋਂ ਖੜ੍ਹਾ ਹੋਇਆ ਇਹਨੇ ਸਹਿਜ ਨੇ ਅੱਜ ਤੱਕ ਜ਼ਿੰਦਗੀ 'ਚ ਘੋੜੇ ਨਹੀਂ ਚਲਾਏ ਪਹਿਲੀ ਵਾਰੀ ਇਹ ਸਟੈਲੀਅਨ 'ਤੇ ਬੈਠੀ ਹੈ ਅੱਛਾ ਹਾਂ ਪਹਿਲੀ ਵਾਰੀ ਸਟੈਲੀਅਨ 'ਤੇ ਬੈਠੀ ਹੈ ਅਤੇ ਇੰਨਾ ਸਮਝ ਵਾਲਾ ਘੋੜਾ ਇਹ ਇਹਨੂੰ ਪਤਾ ਹੈ ਵੀ ਇਹ ਸਾਡੇ ਘਰ ਮੈਂਬਰ ਹੈ ਇਹ ਫੈਮਿਲੀ ਮੈਂਬਰ ਹੈ ਇਹਦੇ ਨਾਲ ਰਾਈਡ 'ਤੇ ਚੱਲ ਜੂਗਾ ਮੇਰੇ ਨਾਲ ਚੱਲ ਜੂਗਾ ਇੱਕ ਮੁੰਡਾ ਜਿਹੜਾ ਇਹਦੇ ਟੇਕ ਕੇਅਰ ਕਰਦਾ ਰਕੇਸ਼ ਸੋਨੂ ਉਹਨਾਂ ਨਾਲ ਚੱਲ ਜਾਏਗਾ ਰਾਈਡ 'ਤੇ ਹੋਰ ਬਈ ਪੰਜਵੇਂ ਬੰਦੇ ਨਾਲ ਕਿਸੇ ਨਾਲ ਰਾਈਡ 'ਤੇ ਨਹੀਂ ਜਾਂਦਾ ਕੀ ਕਰਦਾ ਕੋਈ ਚਾਰੇ ਪੈਰ ਰੋਕ ਕੇ ਖੜਾ ਹੋ ਜੂਗਾ ਭਾਵੇਂ ਇਹਨੂੰ ਡੰਡਾ ਮਾਰ ਲਓ ਕੁੱਟ ਲਓ ਧਮਕਾ ਲਓ ਡਰਾ ਲਓ ਉੱਤਰ ਕੇ ਲਗਾਮ ਫੜ ਕੇ ਲੈ ਜਾਓ ਇਹਨੇ ਨਹੀਂ ਪੈਰ ਪੱਟਣਾ ਅੱਛਾ ਹਾਂ ਜਦੋਂ ਅਸੀਂ ਕਹਿਤਾ ਹਾਂ ਜਦੋਂ ਅਸੀਂ ਕਹਿਤਾ ਇਹ ਲਗਾਮ ਫੜ ਕੇ ਵੀ ਚੱਲ ਬੇਟਾ ਬਸ ਉਦੋਂ ਨਾਲ ਦੀ ਨਾਲ ਤੁਰ ਪੈਂਦਾ ਇਹ ਅੱਛਾ ਤੁਹਾਡਾ ਲਗਾ ਇਹਦੇ ਨਾਲ ਅਤੇ ਇਹਦਾ ਲਗਾ ਤੁਹਾਡੇ ਨਾਲ ਹੋ ਗਿਆ ਬਸ ਐਂ ਹੈ ਬਈ ਕਹਿੰਦੇ ਮੁਸ਼ਕਿਲ ਆਹ ਨਹੀਂ ਹੁੰਦਾ ਕਿ ਇੱਕ ਸਵਾਰ ਘੋੜੇ ਨੂੰ ਚੁਣੇ ਮੁਸ਼ਕਿਲ ਹੁੰਦਾ ਵੀ ਇੱਕ ਘੋੜਾ ਸਵਾਰ ਨੂੰ ਚੁਣੇ ਵੀ ਉਹ ਕਿਹਨੂੰ ਆਪਦਾ ਸਵਾਰ ਮੰਨਦਾ ਉਹ ਕੰਮ ਔਖਾ ਹੈ ਉਹ ਬਈ ਉਦੋਂ ਸਵਾਰ ਮੰਨੂਗਾ ਜਦੋਂ ਤੁਸੀਂ ਉਹਨੂੰ ਸੇਵਾ ਕਰੋਗੇ ਉਹਦੀ ਸੇਵਾ ਕਰੋਗੇ ਉਹਨੂੰ ਖੁਸ਼ ਰੱਖੋਗੇ ਉਦੋਂ ਤੁਹਾਨੂੰ ਆਪਦਾ ਸਵਾਰ ਮੰਨੂਗਾ ਅਦਰਵਾਈਜ਼ ਤੁਸੀਂ ਸਵਾਰ ਨਹੀਂ ਹੈਗੇ ਐਂ ਤਾਂ ਬਈ ਹੰਟਰ ਲੈ ਕੇ ਤਾਂ ਜਿਹੜੇ ਮਰਜ਼ੀ ਘੋੜੇ 'ਤੇ ਬਹਿ ਜਾਓ ਐਂ ਤਾਂ ਜੰਗਲ ਵਾਲਾ ਸ਼ੇਰ ਵੀ ਸਰਕਸ 'ਚ ਨੱਚਦਾ ਨਾ ਉਹ ਡਰ ਕਰਕੇ ਨੱਚਦਾ ਹਾਂ ਹੁਣ ਇਹਨੂੰ ਤਾਂ ਆਪਾਂ ਕੁੱਟ ਕੇ ਲਿਆਉਣਾ ਹੋਵੇ ਤਾਂ ਬਈ ਕੁੱਟ ਕੇ ਲੈ ਜਾਓ ਪਰ ਕੁੱਟ ਕੇ ਲਿਜਾਣਾ ਅਤੇ ਆਪਦੇ ਦਿਲੋਂ ਜਾਣਾ ਉਹ ਚੀਜ਼ਾਂ ਦਾ ਬਹੁਤ ਫਰਕ ਹੈ ਸਾਨੂੰ ਐਂ ਵੀ ਇਹ ਰਾਜੀ ਖੁਸ਼ੀ ਸਾਨੂੰ ਰਾਈਡ ਕਰਾਵੇ ਰਾਜੀ ਖੁਸ਼ੀ ਲੈ ਕੇ ਜਾਵੇ ਆਪਾਂ ਬਈ ਭੈਣੇ ਜਦੋਂ ਤੁਸੀਂ ਪਹਿਲੀ ਵਾਰ ਇੱਥੇ ਰਾਈਡ ਕਰੀ ਪਹਿਲੀ ਵਾਰੀ ਇਹਦੀ ਸਵਾਰੀ ਕਰੀ ਉਦੋਂ ਕਿਹੋ ਜਿਹਾ ਲੱਗਿਆ ਤੁਸੀਂ ਆਪਣੀ ਸਾਰੀ ਜ਼ਿੰਦਗੀ 'ਚ ਨਹੀਂ ਬੈਠੇ ਸੀ ਸਹੁਰੇ ਆ ਕੇ ਤੁਹਾਨੂੰ ਘੋੜੇ ਚਲਾਉਣ ਦਾ ਮੌਕਾ ਮਿਲਿਆ ਪਹਿਲੇ ਤੋਂ ਇਹਨਾਂ ਨੇ ਜੈਸੇ ਮੇਰੇ ਕੋ ਬਿਠਾਇਆ ਉੱਪਰ ਤੋ ਮੇਰੇ ਕੋ ਇਹ ਥਾ ਮੈਂ ਗਿਰ ਜਾਊਂਗੀ ਤੋ ਸਾਥ ਸਾਥ ਇਹ ਚਲਤੇ ਥੇ ਥੋੜੇ ਦੋ ਚਾਰ ਦਿਨ ਤੋ ਐਸੇ ਹੁਆ ਔਰ ਸਾਥ ਸਾਥ ਇਹ ਮੇਰੇ ਕੋ ਮਤਲਬ ਯਹਾਂ ਸੇ ਪਕੜ ਕੇ ਐਸੇ ਰਾਈਡ ਕਰਵਾ ਦੇ ਤਾਂ ਕਿ ਮੇਰੇ ਕੋ ਨਾ ਬੋਡੀ ਕਾ ਬੈਲੈਂਸ ਬਣਾਉਣਾ ਆ ਜਾਏ ਇਸ ਕੇ ਉੱਪਰ ਫਿਰ ਧੀਰੇ ਧੀਰੇ ਹਮ ਵਾਂ ਸੂਹੈ ਹਮ ਵਾਂ ਪੇ ਲੈ ਕੇ ਜਾਤੇ ਹੈ ਉਸਕੋ ਵਾਂ ਪੇ ਮੈਨੇ ਫਸਟ ਟਾਈਮ ਇਸਕੀ ਰਾਈਡਿੰਗ ਖੁਦ ਕੀ ਥੀ ਅੱਛਾ ਹਾਂਜੀ ਡਰਦਾ ਨਹੀਂ ਲੱਗਿਆ ਤੁਹਾਨੂੰ ਨਹੀਂ ਨਹੀਂ ਇੱਕ ਵਾਰ ਵੀ ਇਸਨੇ ਨਹੀਂ ਗਿਰਾਇਆ ਇਸਕੋ ਇਹ ਪਤਾ ਹੈ ਕਿ ਨਯਾ ਸਿੱਖ ਰਿਹਾ ਮੇਰੇ ਉੱਪਰ ਕੋਈ ਰਾਈਡਿੰਗ ਤੋਂ ਗਿਰਾਤਾ ਨਹੀਂ ਹੈ ਕਿਸੇ ਕੋਈ ਇਹ ਤੁਹਾਡੇ ਘਰ 'ਚ ਵੀ ਦੇਖਿਆ ਹੈ ਨਾ ਇੱਥੇ ਵੀ ਆ ਰਹਿਣਾ ਇੱਥੇ ਵੀ ਆ ਰਹਿਣਾ ਉੱਧਰਲੇ ਪਾਸੇ ਵੀ ਚਿੜੀਆਂ ਬੈਠੀਆਂ ਹੈ ਨਾ ਤੁਹਾਡੇ ਉਹ ਪਾਣੀ ਦੇ ਛੰਨੇ ਰੱਖੇ ਹੋਏ ਨੇ ਆਹ ਬਈ ਰੋਟੀਆਂ ਦੇਖ ਲਓ ਚੂਰੀਆਂ ਹੋਈਆਂ ਤੜਕੇ ਦੀਆਂ ਆਹ ਜਮ੍ਹਾਂ ਸਾਫ਼ ਹੁੰਦੀ ਹੈ ਟਰੇ ਕਈ ਵਾਰ ਜਿਵੇਂ ਮੰਨ ਲਓ ਮੀਂਹ ਆ ਗਿਆ ਉਦੋਂ ਇਹ ਵਿੱਚ ਮੁਸ਼ਕ ਮਾਰਨ ਲੱਗ ਜਾਓ ਜਾਂ ਗਲ ਜੂ ਕੋਈ ਚੀਜ਼ ਆਹ ਸਾਰੀ ਨੂੰ ਉਤਾਰ ਕੇ ਇੱਥੋਂ ਕੁੰਡੇ ਤੋਂ ਇਹਨੂੰ ਧੋ ਕੇ ਚੰਗੀ ਤਰ੍ਹਾਂ ਫਿਰ ਦੁਬਾਰਾ ਰੋਟੀਆਂ ਚੂਰ ਕੇ ਪੈ ਜਾਣਗੀਆਂ ਵਿੱਚ ਆਹ ਦੇਖੋ ਆਹ ਇਹਨਾਂ ਦਾ ਆਲਣਾ ਬਈ ਅੰਦਰ ਆਲਣਾ ਪਿਆ ਵੀ ਹੋਇਆ ਆਂਡੇ ਬੱਚੇ ਵੀ ਹੈਗੇ ਆ ਅਤੇ ਦੂਜਾ ਆਹ ਰੂੰ ਰੱਖੀ ਹੋਈ ਹੈ ਬਈ ਸਾਰੇ ਕਿਤੇ ਦੇਖ ਲਓ ਹੁਣ ਨਹੀਂ ਰੱਖੀ ਨਾ ਤੁਸੀਂ ਤਾਂ ਹੁਣ ਆਇਆ ਦੇਖੋ ਇਹਦੇ 'ਚ ਉਹ ਰੂੰ ਰੱਖੀ ਹੋਈ ਰੂੰ ਰੱਖਣ ਦਾ ਕਾਰਨ ਇਹ ਰੂੰ ਬਈ ਕਾਟਵਾਂ ਚਿੜੀਆਂ ਇਹ ਥੋੜ੍ਹੀ ਥੋੜ੍ਹੀ ਰੂੰ ਨਾ ਚੁੰਝਾਂ ਦੇ ਵਿੱਚ ਇੱਥੋਂ ਪੱਟ ਪੱਟ ਕੇ ਅਤੇ ਆਪਦੇ ਆਲਣਿਆਂ 'ਚ ਲੈ ਕੇ ਜਾਂਦੀਆਂ ਅੱਛਾ ਆਲਣਿਆਂ ਨੂੰ ਸੇਫ ਰੱਖਣਾ ਅੱਛਾ ਉਹ ਉਹ ਦਿਖਾਇਓ ਮੈਨੂੰ ਮਾੜਾ ਜਿਹਾ ਉਹ ਦੇਖ ਲਓ ਬਈ ਉੱਥੇ ਵੀ ਆਲਣਾ ਨਹੀਂ ਅਗਲਾ ਪੱਟ ਕੇ ਚਲਾ ਕੇ ਮਾਰੇ ਵੀ ਗੰਦ ਪਾ ਰੱਖਿਆ ਜਿਹੜਾ ਉਹ ਗੀਜ਼ਰ ਦੇ ਆਲਣਾ ਪਾ ਰੱਖਿਆ ਉਹਦੇ ਜੋੜਾ ਬੈਠਾ ਪੱਟੇ ਤੁਸੀਂ ਨਹੀਂ ਬਈ ਇਹ 4 ਸਾਲ ਹੋ ਗਏ ਆਪਾਂ ਨੂੰ ਘਰ ਆਏ ਨੂੰ ਅਤੇ 4 ਸਾਲ ਉਹਦੇ ਗੀਜ਼ਰ ਲਵਾਇਆ ਸੀ ਆਪਾਂ ਅਤੇ ਉਦੋਂ ਦਾ ਜੋੜਾ ਇੱਥੇ ਰਹਿੰਦਾ ਇਹ ਦੇਖ ਲਓ ਹਾਂ ਚਿੜੀਆਂ ਇੱਥੇ ਨੇ ਹੈ ਨਾ ਹਾਂ ਇੱਥੇ ਰਹਿੰਦੀਆਂ ਬਈ ਇਹ ਅੱਛਾ ਅੱਛਾ ਉਹ ਦੇਖ ਲਓ ਔਰ ਉੱਥੇ ਵੀ ਫਸੀ ਪਈ ਆ ਹੈ ਨਾ ਦੇਖੋ ਇੱਕ ਜੋੜਾ ਬਈ ਉੱਤੇ ਆ ਰਿਹਾ ਉਹ ਬੈਠਾ ਦੇਖੋ ਉਹ ਆਸਰਾ ਲਾਇਆ ਹੋਇਆ ਡੱਬੇ 'ਚ ਅੱਛਾ ਤੁਸੀਂ ਰੂੰ ਇੱਥੇ ਵੀ ਰੱਖ ਰੱਖੀ ਹੈ ਬਈ ਇੱਥੇ ਵੀ ਹੈ ਬਈ ਅੱਗੇ ਦੇਖੋ
ਉੱਥੇ ਵੀ ਹੈ। ਇੱਥੇ ਚਿੜੀਆਂ ਜਿਹੜੀਆਂ ਉਹ ਨਿੱਕੀਆਂ ਨਿੱਕੀਆਂ ਫੁੱਲਾਂ ਦਾ ਰਸ ਪੀਂਦੀਆਂ ਹੁੰਦੀਆਂ, ਉਹਨਾਂ ਦੇਖੋ ਫੁੱਲ ਕਿੰਨੇ ਲੱਗੇ ਹੋਏ। ਅੱਛਾ, ਘਰੇ ਤੁਸੀਂ ਫੁੱਲਾਂ ਦਾ ਪ੍ਰਬੰਧ ਵੀ ਕਰਿਆ ਹੋਇਆ ਹੈ ਜਿੱਥੇ? ਬਈ ਇਹੋ ਜਿਹੜੇ ਛੋਟੀਆਂ ਜਿਹੀਆਂ ਜੜੀਆਂ ਹੁੰਦੀਆਂ ਨਾ, ਸਨ ਬਰਡ ਕਹਿ ਦਿੰਦੇ ਉਹਨੂੰ ਆਪਾਂ, ਪਿੱਦੀ ਜਿਹੜੀ ਹੁੰਦੀ ਨਹੀਂ ਜਿਹੜੀ, ਉਹ ਫੁੱਲਾਂ ਦਾ ਰਸ ਹੀ ਪੀਂਦੀ ਆ, ਆਪਣੀਆਂ ਰਸ ਪੀਂਦੀਆਂ ਫੁੱਲਾਂ। ਅੱਛਾ, ਇੱਧਰ ਵੀ ਰੂੰ ਰੱਖ ਰੱਖੀ ਹੈ ਤੁਸੀਂ, ਸਾਰੇ ਘਰ ਦੇ ਕੋਨੇ ਕੋਨੇ 'ਚ ਰੱਖੀ ਹੋਈ ਹੈ। ਬਈ ਪਾਰਕ, ਪਾਰਕ ਦੇ ਵਿੱਚ ਐਂ ਰੱਖੀ ਵੀ ਪਾਰਕ ਦੇ ਵਿੱਚ ਚਿੜੀਆਂ ਅਤੇ ਕਾਟਵਾਂ ਵੱਧ ਆਉਂਦੀਆਂ, ਇੱਥੋਂ ਲੈ ਕੇ ਵੀ ਜਾਂਦੀਆਂ ਸੀ, ਬਕਾਇਦਾ ਵੀਡੀਓ ਪਾਈਆਂ ਵੀ ਹੋਈਆਂ ਇਹਨਾਂ ਦੀਆਂ। ਕਿਆ ਬਾਤ ਆ। ਅੱਛਾ, ਤੁਸੀਂ ਘਰੇ ਵੀ ਆਲ੍ਹਣੇ ਲਾ ਰੱਖਿਆ ਹੈ? ਹਾਂ, ਆਹ ਦੇਖੋ ਬਈ ਆਲ੍ਹਣਿਆਂ ਦੇ ਵਿੱਚ ਰੂਮ ਹੈ, ਤੁਹਾਨੂੰ ਥੱਲੇ ਦਿਖਾਈਏ ਤੇ ਉਹ ਦੇਖੋ ਆਲ੍ਹਣਿਆਂ ਦੇ ਵਿੱਚ, ਉਹ ਸਾਰੇ ਆਲ੍ਹਣਿਆਂ ਦੇ ਵਿੱਚ ਚਿੜੀਆਂ। ਇੱਧਰ ਵੀ ਦਿਖਾਇਓ ਬਈ ਕੈਮਰਾ ਮਾਰ ਕੇ। ਆਹ ਦੇਖੋ ਰੂਮ ਬਈ ਦਿਖਦੀ ਆ, ਪਰਲੇ ਚੋ ਵੀ, ਆਹ ਦੇਖੋ ਥੱਲੋਂ ਲੈ ਕੇ ਆਏ ਆਏ ਨੇ ਵੀ ਆਪਾਂ ਲਿਆ ਕੇ ਤੇ ਆਪਾਂ ਆਲ੍ਹਣੇ ਬਣਾਉਣੇ ਸੌਖੇ ਹੋ ਜਾਂਦੇ ਹਨਾ। ਹਾਂ, ਇਹ ਆਲ੍ਹਣੇ ਆਪਾਂ ਤਾਂ ਬਈ ਉਹਨਾਂ ਨੂੰ ਪਲਾਟ ਦਿੱਤਾ, ਘਰ ਤਾਂ ਉਹ ਆਪ ਬਣਾਉਂਦੇ। ਜੇ ਆਪਾਂ ਐਂ ਕਹਿ ਦਈਏ ਵੀ ਆਪਾਂ ਪੰਛੀਆਂ ਨੂੰ ਆਲਸੀ ਬਣਾਉਂਦੇ ਹਾਂ, ਤੁਸੀਂ ਦਰਖਤ ਲਾ ਦਿਓ, ਬੜੇ ਬੰਦੇ ਐਂ ਗਿਆਨ ਦਿੰਦੇ ਆ ਵੀ ਦਰਖਤ ਲਾ ਦਿਓ, ਵੀ ਦਰਖਤ ਦੇ ਉੱਤੇ ਕਈ ਪੰਛੀ ਹੈ ਉਹ ਦਰਖਤ 'ਤੇ ਆਲ੍ਹਣਾ ਬਣਾਉਣਗੇ। ਹੁਣ ਜਿਹੜੀ ਆਪਣੀ ਘਰ ਵਾਲੀ ਚਿੜੀ ਹੈ, ਘਰੇਲੂ ਜਿਹੜੀ ਦੇਸੀ ਚਿੜੀ ਕਹਿ ਦਿੰਦੇ, ਉਹ ਚਿੜੀ ਪਹਿਲਾਂ ਆਪਣੇ ਕਾਨਿਆਂ 'ਚ ਆਲ੍ਹਣੇ ਬਣਾਉਂਦੇ ਹੁੰਦੇ ਸੀਗੇ, ਛੱਤਾਂ ਦੇ ਵਿੱਚ ਕੱਚੀਆਂ ਛੱਤਾਂ ਹੁੰਦੀਆਂ ਇਹ ਕਾਨੇ ਹੁੰਦੇ ਸੀਗੇ, ਉੱਥੇ ਆਲ੍ਹਣੇ ਬਣਾਉਂਦੇ ਸੀ। ਹੁਣ ਇੱਕ ਵੀ ਘਰ ਦਿਖਾ ਦਿਓ ਮੈਨੂੰ, ਸ਼ਹਿਰ 'ਚ ਤਾਂ ਬਈ ਹੈ ਹੀ ਨਹੀਂ, ਪਿੰਡਾਂ 'ਚ ਵੀ ਨਹੀਂ ਹੈਗੇ, ਕੱਚੇ ਘਰ ਹੈ ਨਹੀਂ, ਕੱਚੇ ਬਰਾਂਡੇ ਹੈ ਨਹੀਂ, ਚਿੜੀਆਂ ਆਲ੍ਹਣੇ ਕਿੱਥੇ ਪਾਉਣਗੀਆਂ? ਉਹ ਮੇਨ ਰੀਜ਼ਨ ਆਪਾਂ ਕਹਿ ਦਿੰਦੇ ਹਾਂ ਵੀ ਟਾਵਰ ਕਰਕੇ ਚਿੜੀਆਂ ਮਰ ਗਈਆਂ, ਟਾਵਰ ਕਰਕੇ ਮਰ ਗਈਆਂ, ਉਹਨਾਂ ਦੇ ਜਦੋਂ ਬੱਚੇ ਕੱਢਣ ਵਾਸਤੇ ਬਈ ਥਾਂ ਹੀ ਨਹੀਂ ਹੈਗੀ, ਤਾਂ ਉਹ ਕਿਤੇ ਨਾ ਕਿਤੇ ਤਾਂ ਮਰਨਗੀਆਂ ਫਿਰ। ਇਹ ਆਪਾਂ ਮੇਨ ਰੀਜ਼ਨ ਆਪਣਾ ਹੈ ਬਈ ਇਹ। ਕਿਆ ਬਾਤ, ਬਹੁਤ ਚੰਗੀ ਗੱਲ ਆ ਬਾਈ, ਬਹੁਤ ਚੰਗਾ ਉਪਰਾਲਾ ਤੁਹਾਡਾ ਜਸਪਾਲ, ਬਹੁਤ ਸਮਾਂ ਦਿੱਤਾ ਤੁਹਾਡੇ ਪਰਿਵਾਰ ਨੇ, ਖੁੱਲ੍ਹੀਆਂ ਗੱਲਾਂ ਬਾਤਾਂ ਸਾਡੇ ਨਾਲ ਕੀਤੀਆਂ, ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਤੁਹਾਡਾ ਸਾਰੇ ਪਰਿਵਾਰ ਦਾ, ਬਹੁਤ ਧੰਨਵਾਦ। ਇਹ ਪੱਠੀ ਬੇਟਾ ਆਪਾਂ ਜਾਨਵਰਾਂ ਦੇ ਵਾਸਤੇ ਰੋਟੀਆਂ ਵਾਸਤੇ ਬਣਵਾਈ ਹੈ। ਅੱਛਾ, ਅਤੇ ਇਹ ਕਿਉਂ ਆਪਾਂ ਆਮ ਚੁੱਲ੍ਹੇ 'ਤੇ ਰੋਟੀਆਂ ਬਣਾਈਏ ਤਾਂ ਥੋੜ੍ਹੀਆਂ ਐਨ ਜੀ ਓ ਦੇ ਜਾਨਵਰਾਂ ਨੂੰ ਵੀ ਰੋਟੀ ਆ ਜਾਂਦੀ ਹੈ, 70-80 ਰੋਟੀ ਬਣਦੀ ਹੈ, ਆਮ ਰੋਟੀ ਬਣਾਉਣੀ ਬਹੁਤ ਔਖੀ ਹੋ ਜਾਂਦੀ ਹੈ 70-80 ਰੋਟੀ, ਫਿਰ ਇਹ ਪੱਠੀ ਦੇ ਉੱਤੇ 4-5 ਰੋਟੀਆਂ ਪੈ ਜਾਂਦੀਆਂ, ਸਾਰਾ ਪਰਿਵਾਰ ਬੈਠ ਕੇ ਅਸੀਂ ਇਸੇ ਪੱਠੀ 'ਤੇ ਰੋਟੀਆਂ ਬਣਾਉਣੀਆਂ। ਉਹ ਜਾਨਵਰਾਂ ਵਾਸਤੇ? ਉਹਨਾਂ ਜਾਨਵਰਾਂ ਵਾਸਤੇ। ਕਿਆ ਬਾਤ ਆ, ਇਹ ਪੱਠੀ ਸਪੈਸ਼ਲ ਉਹਨਾਂ ਵਾਸਤੇ ਹੈ। ਅੱਛਾ, ਆਮ ਤੁਹਾਡੇ ਘਰ ਦੇ ਵਿੱਚ ਕੰਮ ਵਾਲੀਆਂ ਹੈਗੀਆਂ ਨੇ, ਪਰ ਤੁਸੀਂ ਜਾਨਵਰਾਂ ਪੰਛੀਆਂ ਦੀ ਰੋਟੀ ਆਪਦੇ ਹੱਥੀਂ? ਉਹ ਆਪਦੇ ਹੱਥੀਂ ਬਣਾਉਣੀ ਹੈ, ਸੇਵਾ ਜਿਹੜੀ ਜਾਨਵਰਾਂ ਦੀ ਕਰਨੀ ਉਹ ਅਸੀਂ ਆਪਦੇ ਹੱਥੀਂ ਕਰਨੀ ਹੈ। ਕਿਆ ਬਾਤ ਹੈ, ਤੁਹਾਡੀਆਂ ਨੂੰਹਾਂ ਵੀ ਲੱਗ ਜਾਂਦੀਆਂ? ਹਾਂ, ਸਾਰਾ ਪਰਿਵਾਰ ਹੀ, ਵਿੱਚੇ ਮੈਂ ਲੱਗਦਾ। ਅੱਛਾ, ਬੈਠਿਆ ਮਤਲਬ ਇਹਨਾਂ ਦਾ ਕੋਈ ਨਹੀਂ ਬੈਠਾ ਤਾਂ ਕੁਰਸੀ ਲਾ ਕੇ ਆਦੋ, ਰੋਟੀਆਂ ਰਾੜਨਾ ਅਸੀਂ ਆਪ ਲੱਗਦੇ ਹਾਂ। ਅੱਛਾ, ਸਪੈਸ਼ਲ ਇਹ ਤੁਸੀਂ ਜਾਨਵਰ ਪੰਛੀਆਂ ਵਾਸਤੇ ਬਣਾਈ? ਪੰਛੀਆਂ ਵਾਸਤੇ ਮੰਗਵਾਈ ਹੋਈ। ਆ ਬਈ ਆਪਣੀ ਜਿਹੜੇ ਘਰ ਦੀ ਸਭ ਤੋਂ ਟੋਪ ਦੀ ਛੱਤ ਹੈ, ਉੱਪਰ ਦੀ ਛੱਤ ਹੈ ਇਹ, ਉਹ ਆ ਇਹਦੇ ਉੱਤੇ ਵੀ ਦੇਖ ਲਓ ਤੁਸੀਂ, ਰੋਟੀਆਂ ਦਾ ਜਿਹੜਾ ਚੂਰਾ ਮਿਕਸੀ ਦੇ ਵਿੱਚ ਕੀਤਾ ਹੋਇਆ, ਮੱਕੀ ਤੋਤੇ ਖਾ ਗਏ ਬਈ, ਮੱਕੀ ਹਜੇ ਥੱਲੇ ਪਈ ਹੈ, ਫਿਰ ਦੁਬਾਰੇ ਪਾਵਾਂਗੇ, ਬਾਜਰਾ ਪਿਆ, ਆਹ 4 ਕੁੰਡੇ ਮੈਂ ਸਵੇਰੇ ਭਰ ਕੇ ਗਿਆ ਸੀ, ਦੇਖ ਲਓ ਕਿੰਨੇ ਕਿੰਨੇ, ਹਾਂ ਕਿੰਨੇ ਕਿੰਨੇ ਊਣੇ ਵੀ ਹੋ ਗਏ ਬਈ ਇਹ, ਇੰਨੇ ਇੰਨੇ ਊਣੇ ਹੋ ਗਏ। ਹੁਣ ਆਪਾਂ ਕੋਠੇ ਚੜ੍ਹੇ ਸੀਗੇ ਤਾਂ ਉੱਡ ਵੀ ਗਏ ਸੀਗੇ ਕਬੂਤਰ, ਹੁਣ ਉਹ ਸਾਹਮਣੀਆਂ ਛੱਤਾਂ 'ਤੇ ਬੈਠੇ ਆ, ਦੇਖੋ ਡਰ ਗਏ। ਹਾਂ, ਉਹ ਆ ਜਾਣਗੇ ਬਈ ਦੁਬਾਰੇ, ਕਿਉਂਕਿ ਉਹਨਾਂ ਨੂੰ ਪਤਾ ਵੀ ਇੱਥੇ ਚੋਗਾ ਮਿਲਣਾ, ਇੱਥੇ ਪਾਣੀ ਮਿਲਣਾ, ਤਾਂ ਉਹ ਆਪਣੀ ਛੱਤ ਦੇ ਉੱਤੇ ਇੱਥੇ ਬੈਠੇ ਰਹਿੰਦੇ, ਉਹ ਪਰਲੇ ਪਾਸੇ ਤਾਂ ਦੇਖ ਵੀ ਲਓ, ਭਾਵੇਂ ਛੱਤ 'ਤੇ ਇੱਕ ਤਾਂ ਬੈਠਾ ਵੀ ਆ ਹਜੇ, ਹਾਂ ਉਹ ਛੱਤ 'ਤੇ ਬੈਠੇ ਅਤੇ ਇੱਥੇ ਰਹਿੰਦੇ ਆ ਬਈ ਸਾਰਾ ਦਿਨ ਹੀ ਨਾ, ਹੁਣ ਸ਼ਾਮ ਦਾ ਵੇਲਾ ਹੋ ਜੂਗਾ, ਤੁਹਾਡਾ ਪਰਿਵਾਰ ਤਾਂ ਸਾਰਾ ਦਿਨ ਸੇਵਾ 'ਤੇ ਲੱਗਿਆ ਰਹਿੰਦਾ ਉਹ, ਹੈ ਨਾ ਬਈ, ਰੌਣਕ ਹੀ ਬੜੀ ਲਾਉਂਦੇ ਇਹ, ਬਹੁਤ ਜੀ ਲਈ ਰੱਖਦੇ ਆ ਸਾਰਾ ਦਿਨ, ਮੰਨ ਲਓ ਚਿੜੀਆਂ ਦੀ ਆਵਾਜ਼, ਕਬੂਤਰਾਂ ਦੀ ਆਵਾਜ਼, ਤੋਤਿਆਂ ਦੀ ਆਵਾਜ਼, ਹੁਣ ਸਾਰਾ ਦਿਨ ਹੀ ਮਨੋਰੰਜਨ ਹੀ ਹੁੰਦਾ ਰਹਿੰਦਾ ਬਈ। ਬਹੁਤ ਚੰਗੀ ਗੱਲ ਆ, ਬਹੁਤ ਸੇਵਾ ਬਾਈ ਜਸਪਾਲ, ਬਹੁਤ ਸਮਾਂ ਦਿੱਤਾ, ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ।